ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਬੰਧਕ ਸਾਹਿਬਾਨ ਦੇ ਵੱਲੋਂ ਜਿਹੜਾ ਮੈਨੂੰ ਸਬਜੈਕਟ ਦਿੱਤਾ ਗਿਆ ਹੈ ਉਹ ਹੈ ਗੁਰਮਤਿ ਔਰ ਕਰਮ ਕਾਂਡ। ਸਿੱਖ ਰਹਿਤ ਮਰਿਆਦਾ ਦੇ ਦਾਇਰੇ ਦੇ ਵਿੱਚ ਸਿੱਖ ਸਿੱਖ ਰਹਿਤ ਮਰਿਆਦਾ ਦੇ ਦਾਇਰੇ ਦੇ ਵਿੱਚ ਸਾਡੀ ਜੀਵਨ ਜਾਂਚ ਕੀ ਹੋਵੇ, ਧਰਮ ਕੀ ਹੈ, ਧਰਮ ਦੀ ਪਰਿਭਾਸ਼ਾ ਕੀ ਹੈ, ਕਰਮ ਦੇ ਵਿੱਚ ਧਰਮ ਕਿਵੇਂ ਹੁੰਦਾ ਹੈ ਤੇ ਧਰਮ ਕਰਮ ਕਾਂਡ ਦਾ ਸ਼ਿਕਾਰ ਕਿਵੇਂ ਹੋ ਜਾਂਦਾ ਹੈ, ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਾਵਨ ਗੁਰਬਾਣੀ ਦੇ ਵਿੱਚ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਕਰਮ ਧਰਮ ਅਖੰਡ ਜੋ ਦੀਸੇ ਤਿੰਨ ਜੰਮ ਜਗਾਤੀ ਲੋਟੇ। ਜਦੋਂ ਅਸੀਂ ਸ਼ਬਦ ਕਰਮ ਕਾਂਡ ਵਰਤਦੇ ਹਾਂ ਤਾਂ ਸਾਨੂੰ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਕਰਮ ਕਾਂਡ ਤੋਂ ਬਚਣਾ। ਦਰਅਸਲ ਕਰਮ ਕਾਂਡ ਕੁਝ ਵੀ ਨਹੀਂ, ਪੁਰਾਣਾ ਦਾ ਉਹ ਅਧਿਆਇ ਜਿਸ ਦੇ ਵਿੱਚ ਕਰਮ ਫਿਲਾਸਫੀ ਦੀ ਗੱਲ ਕੀਤੀ ਜਾਂਦੀ ਹੈ। ਕਰਮ ਫਿਲਾਸਫੀ ਇਹ ਹੁੰਦੀ ਹੈ ਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਆਪਣੇ ਜੀਵਨ ਵਿੱਚ ਕਰ ਰਹੇ ਕਰਮਾਂ ਨੂੰ ਇਸ ਤਰੀਕੇ ਦੇ ਨਾਲ ਵੇਖਦੇ ਹਾਂ ਕਿ ਇਸ ਲੋਕ ਦੇ ਵਿੱਚ ਆਹ ਕੀਤਾ ਜਾਵੇ ਤੇ ਪਰਲੋਕ ਦੇ ਵਿੱਚ ਸਾਨੂੰ ਆਹ ਮਿਲੇਗਾ। ਪੁਰਾਣਾ ਦੇ ਵਿੱਚ ਜਿਸ ਚੈਪਟਰ ਦੇ ਵਿੱਚ ਜਿਸ ਅਧਿਆਏ ਦੇ ਵਿੱਚ ਅਕਸਰ ਤੁਸੀਂ ਜਦੋਂ ਅਸੀਂ ਪੰਜਾਬੀ ਦੇ ਨਾਵਲ ਪੜ੍ਹਦੇ ਹਾਂ ਉਹਦੇ ਵਿੱਚ ਜਿਹੜੇ ਚੈਪਟਰ ਹੁੰਦੇ ਪੰਜਾਬੀ 'ਚ ਕਹਿੰਦੇ ਕਾਂਡ ਇੱਕ ਕਾਂਡ ਦੋ ਕਾਂਡ ਤਿੰਨ, ਪੰਜਾਬੀ ਤੇ ਹਿੰਦੀ 'ਚ ਨਾਮਕਰਨ ਚੈਪਟਰ ਦਾ ਕਾਂਡ ਕੀਤਾ ਜਾਂਦਾ। ਸੋ ਇੱਕ ਬੜੀ ਵੱਡੀ ਮਿਸਇਨਫੋਰਮੇਸ਼ਨ ਹੈ ਕਿ ਅਸੀਂ ਸੋਚਦੇ ਕਿ ਕਰਮ ਕਾਂਡ ਆਪਣੇ ਆਪ 'ਚ ਕੋਈ ਚੀਜ਼ ਹੈ, ਕੁਝ ਵੀ ਨਹੀਂ। ਪੁਰਾਣਾ ਦਾ ਉਹ ਚੈਪਟਰ ਉਹ ਕਾਂਡ ਜਿਸ ਦੇ ਵਿੱਚ ਕਰਮ ਦੀ ਗੱਲ ਕੀਤੀ ਗਈ ਹੈ ਉਸਨੂੰ ਕਰਮ ਕਾਂਡ ਕਿਹਾ ਜਾਂਦਾ, ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਜਿਉਂਦੇ ਜੀ ਤੁਸੀਂ ਆਹ ਕਰੋਗੇ ਤੇ ਮਰਨ ਉਪਰੰਤ ਤੁਹਾਨੂੰ ਆਹ ਮਿਲੇਗਾ। ਪਰ ਜਦੋਂ ਅਸੀਂ ਸਿੱਖ ਜੀਵਨ ਜਾਂਚ ਨੂੰ ਵੇਖਦੇ ਹਾਂ ਤੇ ਸਾਡੀ ਗੁਰਮਤਿ ਵਿਚਾਰਧਾਰਾ ਕਹਿੰਦੀ ਹੈ ਕਿ ਨਾਮ ਤੇ ਸਿਮਰਨ ਤੋਂ ਬਿਨਾਂ ਕੋਈ ਵੀ ਚੀਜ਼ ਅੱਗੇ ਨਹੀਂ ਜਾ ਸਕਦੀ। ਭਾਈ ਸਾਹਿਬ ਭਾਈ ਗੁਰਦਾਸ ਇੱਕ ਬੜੀ ਪਿਆਰੀ ਉਦਾਹਰਨ ਦਿੰਦੇ ਨੇ। ਇਹਨਾਂ ਉਦਾਹਰਨਾਂ ਦੇ ਵਿੱਚ ਅਸੀਂ ਇੱਕ ਗੱਲ ਨੂੰ ਸਮਝਣਾ ਹੈ ਕਿ ਸਾਡਾ ਜੀਵਨ ਜਾਂ ਸਾਡਾ ਧਰਮ ਉਹ ਅਜਿਹੇ ਪਰਿਭਾਸ਼ਿਤ ਕਰਮਾਂ ਤੋਂ ਮੁਕਤ ਕਿਵੇਂ ਹੋਵੇ, ਉਹ ਕਿਹੜੀ ਅਵਸਥਾ ਹੈ ਜਦੋਂ ਸਾਡਾ ਕਰਮ ਸਾਡਾ ਧਰਮ ਬਣ ਜਾਂਦਾ ਹੈ। ਤੇ ਜਿਸ ਕਰਮ ਧਰਮ ਪਖੰਡ ਜੋ ਦਿਸੇ ਦੀ ਗੱਲ ਕੀਤੀ ਗਈ ਹੈ ਉਹ ਪਖੰਡ ਧਰਮ ਕਦੋਂ ਬਣ ਜਾਂਦਾ ਹੈ, ਜਦੋਂ ਧਰਮ ਧੰਦਾ ਬਣ ਜਾਂਦਾ ਹੈ। ਸੋ ਸਾਡੇ ਸਾਹਮਣੇ ਇਹ ਤਿੰਨ ਗੱਲਾਂ ਜਿਹੜੀਆਂ ਨੇ ਮੁੱਖ ਵਿਚਾਰ ਦੀਆਂ ਨੇ। ਧਰਮ ਕਿਸ ਤਰ੍ਹਾਂ ਧੰਦਾ ਬਣਦਾ, ਭਗਤ ਰਵਿਦਾਸ ਜੀ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ, ਉਸ ਘਟਨਾ ਦਾ ਅਸੀਂ ਅਜੇ ਤੱਕ ਅਨੁਭਵੀ ਅਤੇ ਅਧਿਆਤਮਿਕ ਅਰਥ ਸਮਝ ਨਹੀਂ ਸਕੇ, ਅਸੀਂ ਉਸਨੂੰ ਕਰਮ ਕਾਂਡਾਂ ਦੇ ਵਿੱਚ ਪ੍ਰਭਾਸ਼ਿਤ ਕਰ ਦਿੱਤਾ। ਤੁਸੀਂ ਬਹੁਤ ਜਗ੍ਹਾ ਤੇ ਸੁਣਿਆ ਹੋਵੇਗਾ ਭਗਤ ਰਵਿਦਾਸ ਜੀ ਆਪਣੇ ਕਰਮ ਦੇ ਵਿੱਚ ਆਪਣੇ ਧੰਦੇ ਦੇ ਵਿੱਚ ਬੈਠੇ ਨੇ, ਕੰਮ ਕਰ ਰਹੇ ਨੇ ਤੇ ਕੰਮ ਕੀ ਹੈ ਉਹ ਖੁਦ ਦੱਸਦੇ ਨੇ ਕਿ ਹਾਂ ਗੰਢ ਗੰਢ ਖਰਾ ਬੇਗੋਚਾ, ਲੋਕ ਕੀ ਗੰਢ ਗੰਢ ਕੇ ਲੋਕ ਗੰਢ ਗੰਢ ਖਰਾ ਬੇਗੋਚਾ ਹੋਂ ਬੇਗੰਠੇ ਚਾਏ ਪਹੁੰਚਾ, ਜੁੱਤੀਆ ਗੰਢਣਾ ਕੰਮ ਹੈ। ਇੱਕ ਪੰਡਿਤ ਆਇਆ ਹੈ ਤੇ ਪੰਡਿਤ ਨੇ ਆ ਕੇ ਇੱਕ ਪਾਰਸ ਪੱਥਰ ਦੇ ਦਿੱਤਾ, ਇਹ ਭਗਤ ਮਾਲਾ ਕਹਿੰਦੀ ਹੈ। ਹੁਣ ਪਾਰਸ ਪੱਥਰ ਕੀ ਹੈ? ਸਾਡੀ ਗੁਰਮਤਿ ਵਿਚਾਰਧਾਰਾ ਕਹਿੰਦੀ ਹੈ ਗੁਰ ਪਾਰਸ
ਭਾਮ ਲੋਹ ਮਿਲ ਕੰਚਨ ਹੋਵਾਰ। ਦਰਅਸਲ ਪਾਰਸ, ਜੇਕਰ ਅਸੀਂ ਇਸ ਦੇ ਅਰਥ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਵਿੱਚ ਵੇਖਦੇ ਹਾਂ, ਇਸ ਦੇ ਅਰਥ ਨੇ ਫਿਲੋਸਫਰ ਸਟੋਨ, ਚੇਤਨਾ ਦਾ ਪੱਥਰ। ਸਾਡੇ ਬੱਚਿਆਂ ਨੇ ਹੈਰੀ ਪੋਟਰ ਦੇ ਨਾਵਲ ਪੜ੍ਹੇ ਹੋਣਗੇ, ਉਹਨਾਂ ਦੇ ਵਿੱਚ ਵੀ ਇੱਕ ਨਾਵਲ ਦਾ ਨਾਮ ਹੈ ਫਿਲੋਸਫਰ ਸਟੋਨ, ਚੇਤਨਾ ਦਾ ਪੱਥਰ। ਜੇ ਸੱਚਮੁੱਚ ਦੁਨੀਆਂ 'ਤੇ ਕੋਈ ਐਸਾ ਪੱਥਰ ਹੁੰਦਾ ਕਿ ਲੋਹੇ ਨੂੰ ਲਾਓ ਅਤੇ ਸੋਨਾ ਬਣ ਜਾਵੇ, ਤਾਂ ਸ਼ਾਇਦ ਦੁਨੀਆਂ ਦੇ ਵਿੱਚ ਅਮੀਰੀ ਦੀ ਕੋਈ ਘਾਟ ਨਾ। ਐਸਾ ਕੋਈ ਪੱਥਰ ਨਹੀਂ ਹੈ, ਗੁਰੂ ਐਸਾ ਚੇਤਨਤਾ ਦਾ ਸੋਮਾ ਹੈ ਜਿਹੜਾ ਕਿਸੇ ਵੀ ਮਨੁੱਖ ਦੇ ਲੋਹੇ ਵਰਗੇ ਜੀਵਨ ਨੂੰ ਕੰਚਨ ਵਰਗਾ ਕਰ ਦਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਪਰਬਤ ਵਿਖੇ ਉਤਪਤ ਹੋਤ ਅਸ਼ਟ ਧਾਤ, ਕੰਚਨ ਉਹ ਕਿਹੜਾ ਬਣਦਾ ਹੈ? ਪਾਰਸ ਸਮੀਪ ਇੱਕ ਕੰਚਨ ਕਹਿ ਜਾਵੇ। ਦੁਨੀਆਂ 'ਤੇ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਨੇ, ਪਰ ਚੇਤਨਤਾ ਉਹਨਾਂ ਦੇ ਵਿੱਚ ਜਨਮ ਲੈਂਦੀ ਹੈ ਜਿਹੜੇ ਆਪਣੇ ਇਸ਼ਟ ਦੇ ਕੋਲ ਹੁੰਦੇ ਨੇ। ਸਾਰੇ ਲੋਕਾਂ ਦੇ ਚੇਤਨਤਾ ਜਨਮ ਨਹੀਂ ਲੈਂਦੀ। ਸੋ ਭਗਤ ਰਵਿਦਾਸ ਜੀ ਦੀ ਜਿਹੜੀ ਕਹਾਣੀ ਹੈ, ਜਿਹੜੀ ਕਥਾ ਸੁਣਾਈ ਜਾਂਦੀ ਭਗਤ ਮਾਲਾ ਦੇ ਵਿੱਚੋਂ, ਇੱਕ ਬ੍ਰਾਹਮਣ ਨੇ ਪਾਰਸ ਪੱਥਰ ਦੇ ਦਿੱਤਾ ਅਤੇ ਭਗਤ ਜੀ ਨੇ ਕੱਪੜੇ ਦੇ ਵਿੱਚ ਬੰਨ੍ਹ ਕੇ ਉਸ ਨੂੰ ਰੱਖ ਦਿੱਤਾ ਹੈ ਆਪਣੀ ਛੱਤ ਦੇ ਵਿੱਚ, ਅਤੇ ਨਾਲ ਹੀ ਉਹਨੇ ਕਹਿ ਦਿੱਤਾ ਕਿ ਇਸ ਪੱਥਰ ਦੇ ਨਾਲ ਜਦੋਂ ਤੂੰ ਦੋਹੇ ਨੂੰ ਰਗੜੇਗਾ ਸੋਨਾ ਬਣ ਜਾਵੇਗਾ। ਕੁਝ ਚਿਰ ਬਾਅਦ ਉਹ ਫਿਰ ਬ੍ਰਾਹਮਣ ਵਾਪਸ ਆਉਂਦਾ ਹੈ ਅਤੇ ਭਗਤ ਜੀ ਨੂੰ ਪੁੱਛਦਾ ਕਿ ਪੱਥਰ ਦੇ ਕੇ ਗਿਆ ਸੀ? ਕਹਿੰਦੇ, ਜਿੱਥੇ ਮੈਂ ਤੇਰੇ ਸਾਹਮਣੇ ਰੱਖ ਦਿੱਤਾ ਸੀ ਉੱਥੇ ਹੀ ਪਿਆ। ਭਗਤ ਮਾਲਾ ਦੇ ਲਿਖਾਰੀ ਕਹਿੰਦੇ ਨੇ ਕਿ ਉਸ ਬ੍ਰਾਹਮਣ ਨੇ ਪੱਥਰ ਨੂੰ ਫੜਿਆ, ਲੋਹੇ ਨੂੰ ਛਾਇਆ ਅਤੇ ਲੋਹਾ ਸੋਨਾ ਬਣ ਗਿਆ। ਤੇ ਭਗਤ ਜੀ ਨੇ ਉਸ ਵੇਲੇ ਕੀ ਕੀਤਾ? ਕਹਿੰਦੇ, ਮੈਨੂੰ ਤੇਰੇ ਇਸ ਤਰ੍ਹਾਂ ਦੇ ਬਣਾਏ ਸੋਨੇ ਦੀ ਲੋੜ ਨਹੀਂ, ਜਿਸ ਧਾਗੇ ਦੇ ਨਾਲ ਜੁੱਤੀਆਂ ਗੰਢ ਰਹੇ ਸੀ ਉਸ ਨੂੰ ਹੱਥ ਲਾਇਆ ਅਤੇ ਉਹ ਸੋਨਾ ਬਣ ਗਿਆ। ਹੁਣ ਇਹ ਜਿਹੜੀ ਭਗਤ ਮਾਲਾ ਦੀ ਸਾਖੀ ਸਾਡੇ ਸਾਹਮਣੇ ਰੱਖੀ ਗਈ, ਅਸੀਂ ਇਸ ਦਾ ਅਧਿਆਤਮਕ ਪੱਖ ਵੇਖਣਾ ਸੀ। ਬ੍ਰਾਹਮਣ ਕਹਿ ਰਿਹਾ ਹੈ ਕਿ ਤੂੰ ਆਪਣੇ ਧਰਮ ਨੂੰ ਧੰਦਾ ਬਣਾ ਲੈ। ਰਵਿਦਾਸ ਜੀ ਜਵਾਬ ਦੇ ਰਹੇ ਨੇ ਕਿ ਜਿਸ ਧਾਗੇ ਦੇ ਨਾਲ ਮੈਂ ਜੁੱਤੀਆਂ ਗੰਢ ਰਿਹਾ, ਮੈਂ ਧੰਦੇ ਨੂੰ ਧਰਮ ਬਣਾਉਣਾ ਚਾਹੁੰਦਾ। ਖੇਡ ਇੱਥੇ ਟਿਕੀ ਪਈ ਹੈ। ਅੱਜ ਵੀ ਅਸੀਂ ਧਰਮ ਨੂੰ ਧੰਦਾ ਬਣਾਇਆ, ਜਦੋਂ ਕਿ ਸਾਡੀ ਗੁਰਮਤਿ ਵਿਚਾਰਧਾਰਾ ਕਹਿੰਦੀ ਹੈ ਕਿ ਧੰਦੇ ਨੂੰ ਧਰਮ ਬਣਾਉਣਾ। ਤੇ ਧਰਮ ਜਿਹੜਾ ਧੰਦਾ ਉਦੋਂ ਬਣ ਜਾਂਦਾ ਹੈ ਤੇ ਨੁਕਸਾਨਦੇਹ ਉਦੋਂ ਹੋ ਜਾਂਦਾ ਹੈ ਤੇ ਕਰਮ ਕਾਂਡਾਂ ਦੇ ਵਿੱਚ ਉਦੋਂ ਚਲਾ ਜਾਂਦਾ ਹੈ ਜਦੋਂ ਇਹ ਉਹਨਾਂ ਲੋਕਾਂ ਦੇ ਹੱਥ ਆ ਜਾਂਦਾ ਹੈ ਜਿਨ੍ਹਾਂ ਦੇ ਕੋਲ ਧਰਮ ਦੀ ਚੇਤਨਤਾ ਨਹੀਂ ਹੁੰਦੀ। ਧਰਮ ਜਦੋਂ ਮੂਲ ਰੂਪ ਦੇ ਵਿੱਚ ਬ੍ਰਜ ਤੋਂ ਸੰਸਕ੍ਰਿਤ ਭਾਸ਼ਾ 'ਚ ਆਉਂਦਾ ਹੈ ਤਾਂ ਮੂਲ ਸ਼ਬਦ ਹੈ ਤ੍ਰੀ, ਧਾਰਨ ਕੀਤੇ ਕੁਛ ਗੁਣ। ਜਦੋਂ ਅਸੀਂ ਜ਼ਿੰਦਗੀ ਜੀਣ ਦੇ ਕੁਛ ਗੁਣ ਧਾਰਨ ਕਰਦੇ ਹਾਂ ਤਾਂ ਇਹਦਾ ਅਗਲਾ ਸ਼ਬਦ ਸੰਸਕ੍ਰਿਤ ਦਾ ਬਣਦਾ ਹੈ ਮਰਿਯਮ, ਜਿੱਥੋਂ ਸਾਡਾ ਪੰਜਾਬੀ ਦਾ ਸ਼ਬਦ ਬਣਦਾ ਮਰਿਆਦਾ। ਇੱਕ ਸੰਜਮ ਦੇ ਵਿੱਚ, ਇੱਕ ਮਰਿਆਦਾ ਦੇ ਵਿੱਚ ਜ਼ਿੰਦਗੀ ਨੂੰ ਗੁਜ਼ਾਰਨਾ। ਮਰਿਆਦਾ ਦੇ ਵਿੱਚ ਵਹਿ ਰਹੀ ਨਦੀ ਜਿਹੜੀ ਹੈ ਉਹ ਨਦੀ ਹੈ, ਪਰ ਜਦੋਂ ਹੜ੍ਹ ਆ ਜਾਂਦਾ ਹੈ ਉਹ ਆਪਣੇ ਦਾਇਰੇ ਨੂੰ ਵਿਨਾਸ਼ਕਾਰੀ ਬਣਾ ਲੈਂਦੀ ਹੈ ਕਿਉਂਕਿ ਮਰਿਆਦਾ ਤੋਂ ਪਾਰ ਹੋ ਜਾਂਦੀ ਹੈ। ਤੇ ਜਦੋਂ ਵੀ ਧਰਮ ਦੀ ਗਿਆਨ ਦੀ ਗੱਲ ਉਹਨਾਂ ਲੋਕਾਂ ਦੇ ਕੋਲ ਆਉਂਦੀ ਹੈ ਜਿਹੜੇ ਗਿਆਨ ਤੋਂ ਸੱਖਣੇ ਹੁੰਦੇ ਨੇ, ਫਿਰ ਜਿਹੜਾ ਧਰਮ ਹੈ ਉਹ ਕਰਮਕਾਂਡ ਦਾ ਹਿੱਸਾ ਬਣ ਜਾਂਦਾ ਹੈ। ਇਸੇ ਕਰਕੇ ਜਿਹੜੇ ਪ੍ਰਾਪਤ ਸਰੋਤ ਨੇ ਸੰਸਕ੍ਰਿਤ ਦੇ, ਉਹਨਾਂ 'ਚ ਇੱਕ ਸ਼ਬਦ ਆਉਂਦਾ ਹੈ ਕਦਾਪੀ ਮਰਿਆਦਾ ਨਾ ਛੇੜ ਦੇ। ਧਰਮ ਦੀ ਮਰਿਆਦਾ ਦੇ ਨਾਲ ਕਦੇ ਵੀ ਖਿਲਵਾੜ ਨਾ ਕਰੋ, ਨੁਕਸਾਨਦੇਹ ਹੋਵੇਗਾ। ਆਪਣੀ ਜ਼ਿੰਦਗੀ ਨੂੰ ਮਰਿਆਦਾ ਦੇ ਵਿੱਚ, ਧਰਮ ਦੇ ਵਿੱਚ, ਸੰਜਮ ਦੇ ਵਿੱਚ ਬਤੀਤ ਕਰੋ, ਕਦੇ ਨੁਕਸਾਨ ਨਹੀਂ ਹੋਵੇਗਾ। ਸੋ ਉਹ ਜਿਹੜਾ ਧਰਮ ਹੈ ਜਦੋਂ ਉਹਨਾਂ ਲੋਕਾਂ ਦੇ ਕੋਲ ਆਉਂਦਾ ਹੈ ਤੇ ਜਿਹੜੇ ਧਰਮ ਦੇ ਤੱਤ ਨੂੰ ਨਹੀਂ ਸਮਝਦੇ, ਤੇ ਭਾਈ ਸਾਹਿਬ ਭਾਈ ਗੁਰਦਾਸ ਇੱਕ ਬਹੁਤ ਪਿਆਰੀ ਉਦਾਹਰਣ ਦਿੰਦੇ ਨੇ। ਹੈ ਤਾਂ ਵਿਅੰਗ ਦਾ ਇੱਕ ਰੂਪ, ਸਿੱਖਿਆ ਬਹੁਤ ਵੱਡੀ ਹੈ। ਪੁਰਾਣੇ ਸਮਿਆਂ ਦੇ ਵਿੱਚ ਵੈਦ ਜਾਨਵਰਾਂ ਅਤੇ ਮਨੁੱਖਾਂ ਦਾ ਇਲਾਜ ਕਰਦੇ ਕਰਦੇ ਸੀ। ਜਿਸ ਤਰ੍ਹਾਂ ਅੱਜ ਅਸੀਂ ਡਾਕਟਰ ਬਣਦੇ ਹਾਂ ਤੇ ਸਾਡੇ ਕੋਲ ਇੱਕ ਕਿਤਾਬ ਹੁੰਦੀ ਹੈ ਵਿੱਚ ਇਸਨ ਕਲੀਨਿਕਲ ਮੈਥਡਸ, ਪੇਸ਼ੈਂਟ ਬਿਮਾਰ ਹੋ ਕੇ ਆਉਂਦਾ, ਅਸੀਂ ਬਹੁਤ ਸਾਰੇ ਟੈਸਟ ਲਿਖ ਦਿੰਦੇ ਉਸ, ਪਰ ਸਾਨੂੰ ਪੜ੍ਹਾਇਆ ਇੰਝ ਨਹੀਂ ਜਾਂਦਾ। ਜਦੋਂ ਅਸੀਂ ਮੈਡੀਸਨ ਦੀ ਸਟੱਡੀ ਕਰਦੇ ਹਾਂ ਸਾਨੂੰ ਕੇਵਲ ਤੇ ਕੇਵਲ ਪੈਥੋਲੋਜੀਕਲ ਟੈਸਟਾਂ ਦੇ ਉੱਪਰ ਆਧਾਰਿਤ ਹੋਣ ਨੂੰ ਨਹੀਂ ਕਿਹਾ ਜਾਂਦਾ।
ਸਾਨੂੰ ਦੱਸੇ ਜਾਂਦੇ ਨੇ ਸਾਈਨ ਐਂਡ ਸਿੰਪਟਮ, ਚਿੰਨ ਔਰ ਲੱਛਣ, ਡਾਕਟਰ ਨੇ ਬਿਮਾਰੀ ਨੂੰ ਲੱਭਣਾ ਕਿਵੇਂ। ਜਦੋਂ ਇੰਨੇ ਪੈਥੋਲੋਜੀਕਲ ਟੈਸਟ ਨਹੀਂ ਸੀ ਹੁੰਦੇ ਉਦੋਂ ਵੀ ਇਲਾਜ ਹੁੰਦੇ ਸੀ, ਉਦੋਂ ਵੀ ਬਿਮਾਰੀਆਂ ਲੱਭੀਆਂ ਜਾਂਦੀਆਂ ਸੀ। ਤੁਸੀਂ ਹੋਰ ਪਿੱਛੇ ਚਲੇ ਜਾਓ ਥੋੜ੍ਹਾ, ਜਿਹੜੇ ਪੁਰਾਣੇ ਵੈਦ ਸੀ ਪਲਸ ਰੀਡਿੰਗ ਤੋਂ ਬਿਮਾਰੀ ਨੂੰ ਲੱਭ ਲਿਆ ਕਰਦੇ ਸੀ, ਤਜਰਬਾ ਸੀ, ਚਿੰਨ ਤੇ ਲੱਛਣਾਂ ਦੀ ਪਛਾਣ ਸੀ। ਹੁਣ ਇੱਕ ਵੈਦ ਜਿਹੜਾ ਉਹ ਆਪਣੇ ਵੈਦ ਖਾਨੇ ਤੇ ਬੈਠਾ ਤੇ ਜਾਨਵਰਾਂ ਦਾ ਤੇ ਮਨੁੱਖਾਂ ਦਾ ਇਲਾਜ ਜਿਹੜਾ ਉਹ ਵੈਦ ਕਰਿਆ ਕਰਦੇ ਸੀ। ਅੱਜ ਵੀ ਹਿਊਮਨ ਤੇ ਵੈਟਰਨਰੀ ਮੈਡੀਸਨ ਦੇ ਕੰਬੀਨੇਸ਼ਨ ਚ ਕੋਈ ਫਰਕ ਨਹੀਂ ਹੁੰਦਾ, ਡੋਜ ਵੱਧ ਹੁੰਦੀ ਹੈ, ਮਾਤਰਾ ਵੱਧ ਹੁੰਦੀ ਹੈ। ਜਿਹੜੇ ਐਂਟੀਬਾਇਓਟਿਕਸ, ਐਨਰਜੈਸਿਕਸ, ਪੇਨ ਕਿਲਰ ਜਿਹੜੇ ਮਨੁੱਖਾਂ ਨੂੰ ਦਿੱਤੇ ਜਾਂਦੇ ਨੇ, ਜਾਨਵਰਾਂ ਨੂੰ ਵੀ ਦਿੱਤੇ ਜਾਂਦੇ ਨੇ। ਸੋ ਇੱਕ ਕਿਸਾਨ ਮਾਦਾ ਊਠ ਨੂੰ ਲੈ ਕੇ ਆਇਆ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਵੈਦ ਚੰਗੇਰੀ ਊਠਣੀ ਲੈ ਸਿਲਵੱਟਾ ਕੱਚਰ ਪੰਨਾ। ਆ ਕੇ ਸ਼ਿਕਾਇਤ ਵੀ ਕੀਤੀ ਹੈ ਵੈਦ ਜੀ, ਮੇਰੀ ਊਠਣੀ ਕੁਛ ਦਿਨਾਂ ਤੋਂ ਬਿਮਾਰ ਹੈ, ਪਤਾ ਨਹੀਂ ਕੀ ਹੋ ਗਿਆ, ਨਾ ਕੁਛ ਖਾਂਦੀ ਹੈ ਨਾ ਪੀਂਦੀ ਹੈ, ਗਲੇ ਦੇ ਵਿੱਚੋਂ ਘਰੜ ਘਰੜ ਦੀ ਆਵਾਜ਼ ਆਉਂਦੀ ਹੈ। ਹੁਣ ਵੈਦ ਨੇ ਸਭ ਤੋਂ ਪਹਿਲਾਂ ਲੱਛਣਾਂ ਦੀ ਗੱਲ ਕੀਤੀ ਹੈ ਕਿ ਪਾਣੀ ਪੀਂਦੀ ਹੈ ਉਸਨੇ ਕਿਹਾ ਨਹੀਂ ਪੀ ਨਹੀਂ ਸਕਦੀ, ਇਹ ਚਾਰਾ ਖਾਂਦੀ ਹੈ ਨਹੀਂ ਖਾ ਸਕਦੀ, ਹੋਰ ਕੋਈ ਤਕਲੀਫ, ਕਹਿੰਦਾ ਗਲੇ ਚੋਂ ਘਰੜ ਘਰੜ ਦੀ ਆਵਾਜ਼ ਆਉਂਦੀ ਹੈ। ਫਿਰ ਉਸਨੇ ਚਿੰਨ ਵੇਖਿਆ, ਉਸਨੇ ਗਰਦਨ ਦੇ ਉੱਪਰ ਹੱਥ ਫੇਰਿਆ ਤੇ ਇੰਝ ਲੱਗਾ ਕਿ ਗਰਦਨ ਦੇ ਵਿੱਚ ਕੋਈ ਮੋਟੀ ਗਿਲਟੀ ਹੈ। ਫਿਰ ਹੁਣ ਉਸਨੇ ਡਾਇਗਨੋਸ ਕਰਨਾ ਸ਼ੁਰੂ ਕੀਤਾ, ਕਹਿੰਦਾ ਇਸ ਨੂੰ ਖਵਾਇਆ ਕੀ ਸੀ। ਕਹਿੰਦਾ ਅਕਸਰ ਤੇ ਅਸੀਂ ਆਮ ਚਾਰਾ ਹੀ ਦਿੰਦੇ ਹਾਂ, ਪਰ ਕੁਝ ਦਿਨਾਂ ਦੀ ਗੱਲ ਹੈ, ਰਾਤ ਉੱਠ ਕੇ ਖੜੀ ਹੋ ਗਈ, ਪਾਣੀ ਪੀਤਾ, ਚਾਰਾ ਖਾਧਾ, ਕੋਲ ਖੜਾ ਸੀ ਮੇਰੇ ਵਰਗਾ ਸਿਖਿਆਰਥੀ, ਸਿੱਖਣ ਵਾਲਾ ਡਾਕਟਰ, ਉਹਨੇ ਕਿਹਾ ਇਲਾਜ ਕਰਨਾ ਤੇ ਹੈ ਹੀ ਬੜਾ ਸੌਖਾ, ਜਿਹੜਾ ਪਾਣੀ ਨਹੀਂ ਪੀਂਦਾ, ਰੋਟੀ ਨਹੀਂ ਖਾਂਦਾ, ਗਲੇ ਚੋਂ ਆਵਾਜ਼ ਆਉਂਦੀ ਹੈ, ਇੱਕ ਪੱਥਰ ਥੱਲੇ ਰੱਖੀਦਾ ਇੱਕ ਉੱਪਰੋਂ ਮਾਰੀਦਾ, ਬੰਦਾ ਠੀਕ ਹੋ ਜਾਂਦਾ। ਸੇਵਕ ਸਿੱਖੀ ਵੈਦ ਕੀ, ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ, ਸੇਵਕ ਸਿੱਖੀ ਵੈਦ ਕੀ। ਉਸਨੇ ਸੋਚਿਆ ਮੈਂ ਤੇ ਸਭ ਕੁਛ ਸਿੱਖ ਲਿਆ, ਜਾ ਕੇ ਦੁਕਾਨ ਖੋਲ੍ਹੀ ਕਿਸੇ ਪਿੰਡ ਦੇ ਵਿੱਚ, ਇੱਕ ਬੱਚਾ ਆਇਆ, ਵੈਦ ਜੀ ਸਾਡੇ ਘਰ ਚਲੋ, ਮੇਰੀ ਦਾਦੀ ਬੜੀ ਬਿਮਾਰ ਹੈ, ਕੁਝ ਦਿਨ ਹੋ ਗਏ ਨਾ ਖਾਂਦੀ ਨਾ ਪੀਂਦੀ, ਗਲ ਚ ਕੋਲ ਰੂਜਿਆ ਬੱਚੀ ਚੱਲਦਾ। ਕਹਿੰਦਾ ਗੱਲ ਹੀ ਕੋਈ ਨੀ ਪੁੱਤ, ਦੋ ਪੱਥਰਾਂ ਦਾ ਇੰਤਜ਼ਾਮ ਕਰੋ, ਅਸੀਂ ਤੇ ਸਪੈਸ਼ਲਿਸਟ ਹੀ ਇਸ ਚੀਜ਼ ਦੇ ਹਾਂ। ਘਰ ਗਿਆ ਉਹਨਾਂ ਦੇ, ਸੇਵਕ ਸਿੱਖੀ ਵੈਦ ਜੀ, ਮਾਤਾ ਨੂੰ ਮੰਜੇ ਤੋਂ ਲਾਇਆ, ਮਾਤੇ ਨੂੰ ਗਲੇ ਦਾ ਟਿਊਮਰ ਸੀ, ਇੱਕ ਪੱਥਰ ਥੱਲੇ ਰੱਖਿਆ, ਇੱਕ ਉੱਤੋਂ ਮਾਰਿਆ, ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਮਾਰੀ ਬੁੱਢੀ ਰੋਮਣ ਗੰਨਾ, ਮਾਤਾ ਦਾ ਸਤਨਾਮ ਵਾਹਿਗੁਰੂ ਕਰਾਂ। ਕਿਉਂ ਹੋਇਆ? ਕਾਰਨ ਇਹ ਹੈ ਕਿ ਨੀਮ ਹਕੀਮ ਖਤਰਾ ਹੈ। ਹੁਣ ਤਾਂ ਇਹ ਮੁਹਾਵਰੇ ਵੀ ਭੁੱਲਦੇ ਜਾ ਰਹੇ ਆ। ਮੈਂ ਬੱਚਿਆਂ ਦੇ ਕੈਂਪ 'ਚ ਪੁੱਛ ਲਿਆ, ਪੰਜਾਬ ਤੋਂ ਬਾਹਰ ਕੈਂਪ ਸੀ, ਬੱਚੇ ਹਿੰਦੀ ਜਾਣਦੇ ਸੀ। ਮੈਂ ਕਿਹਾ ਜੀ ਨੀਮ ਹਕੀਮ ਖਤਰਾ ਹੈ ਜਾਣ ਦਾ ਮਤਲਬ ਕੀ ਹੁੰਦਾ ਹੈ? ਇੱਕ ਬੱਚੀ ਉੱਠ ਕੇ ਕਹਿੰਦੀ, ਵੀਰ ਜੀ ਇਹ ਹਕੀਮ ਤੂੰ ਨੀਮ ਕੇ ਪੇੜ ਪਰ ਮੱਤ ਚੜ, ਤੇਰੀ ਜਾਨ ਕੋ ਖਤਰਾ ਹੈ। ਹੁਣ ਤਾਂ ਸਾਡਾ ਜ਼ਿਆਦਾ ਬੁਰਾ ਹਾਲ ਹੋ ਗਿਆ, ਨਾ ਭਾਸ਼ਾ ਰਹੀ, ਨਾ ਗਿਆਨ ਰਿਹਾ, ਨਾ ਧਰਮ ਦੀ ਚੇਤਨਤਾ ਰਹੀ। ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਧਰਮ ਅਗਿਆਨੀ ਲੋਕਾਂ ਦੇ ਹੱਥ ਆ ਜਾਂਦਾ ਹੈ, ਧਰਮ ਦਾ ਵਿਨਾਸ਼ ਹੁੰਦਾ ਹੈ। ਤੁਸੀਂ ਪੰਜਾਬ 'ਚ ਕੁਛ ਦਿਨਾਂ ਤੋਂ ਜੋ ਕੁਛ ਵੇਖ ਰਹੇ ਹੋ, ਜਿਵੇਂ ਦੇ ਹਾਲਾਤ ਬਣੇ ਇੱਕ ਪਖੰਡੀ ਬਾਬੇ ਦੇ ਕਰਕੇ, ਉਹਦਾ ਕਾਰਨ ਕੀ ਸੀ? ਕਿ ਧਰਮ ਦੀ ਅਗਵਾਈ ਅਗਿਆਨੀ ਲੋਕਾਂ ਦੇ ਕੋਲ ਆਈ ਤੇ ਅਸੀਂ ਲੋਕੀ ਭੇਟਾਂ ਵਾਂਗ ਉਸ ਦੀ ਅਗਵਾਈ ਨੂੰ ਸਵੀਕਾਰ ਕਰ ਗਏ। ਮਾਫ ਕਰਨਾ, ਜੇ ਉਹ ਦੋਸ਼ੀ ਹੈ ਤੇ ਦੋਸ਼ੀ ਉਹ ਵੀ ਪਰਿਵਾਰ ਨੇ ਜਿਨ੍ਹਾਂ ਨੇ ਆਪਣੀਆਂ ਬੱਚੀਆਂ ਸਵੇਰੇ ਚੜਾ ਦਿੱਤੀਆਂ, ਦੋਸ਼ ਤੋਂ ਮੁਕਤ ਉਹਨਾਂ ਨੂੰ ਨਹੀਂ ਕੀਤਾ ਜਾ ਸਕਦਾ। ਜਦੋਂ ਸਾਨੂੰ ਗੁਰਦੇਵ ਪਾਤਸ਼ਾਹ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਫਿਰ ਕਿਉਂ ਟੇਕ ਲੈਂਦੇ ਸੀ ਬਾਪ ਬਾਪ? ਹਰ ਵਾਰੀ ਨਿਰਾਸ਼ਤਾ ਦਾ, ਹਰ ਵਾਰੀ ਨਿਰਾਸ਼ਤਾ ਦਾ ਸਾਨੂੰ ਕਿਤੇ ਨਾ ਕਿਤੇ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਆਪਣੇ ਆਪ ਝਾਤੀ ਕਿਉਂ ਨਹੀਂ ਮਾਰਦੇ ਕਿ ਕਿਤੇ ਨਾ ਕਿਤੇ ਅਸੀਂ ਕਸੂਰਵਾਰ ਹਾਂ, ਕਿਤੇ ਨਾ ਕਿਤੇ ਅਸੀਂ ਦੋਸ਼ੀ ਹਾਂ? ਜਦੋਂ ਗੁਰਦੇਵ ਪਾਤਸ਼ਾਹ ਨੇ ਸਾਨੂੰ ਕਹਿ ਦਿੱਤਾ ਕਿ ਜਿਹੜਾ ਧਰਮ ਕਰਮ ਪਖੰਡ ਦਾ ਹਿੱਸਾ ਬਣ ਜਾਂਦਾ ਉਹ ਸਿੱਖ ਦੀ ਜੀਵਨ ਜਾਂਚ ਦਾ ਹਿੱਸਾ ਨਹੀਂ, ਕਿਉਂ ਵਾਰ ਵਾਰ ਬਣਦਾ ਸਾਡਾ? ਉਹ ਤਾਂ ਇੱਕੋ ਗੱਲ ਹੈ
ਕਿ ਅਜੇ ਤੱਕ ਅਸੀਂ ਜੋਤ ਔਰ ਜੁਗਤ ਦੀ ਪਰੰਪਰਾ ਨੂੰ ਨਹੀਂ ਸਮਝ ਸਕੇ। ਗੁਰਦੇਵ ਪਾਤਸ਼ਾਹ ਗੁਰੂ ਨਾਨਕ ਸਾਹਿਬ ਜਦੋਂ ਸੰਸਾਰ ਚ ਆਉਂਦੇ ਨੇ ਤੇ ਭਾਈ ਸਾਹਿਬ ਭਾਈ ਗੁਰਦਾਸ ਇੱਕ ਸ਼ਬਦ ਵਰਤੇ ਨੇ, ਸਤਿਗੁਰ ਨਾਨਕ ਮਿੱਟੀ ਧੁੰਦ ਚੱਕ। ਹੁਣ ਕੇਵਲ ਹਨੇਰੇ ਦੀ ਗੱਲ ਨਹੀਂ ਕੀਤੀ, ਕੇਵਲ ਹਨੇਰੇ ਨੂੰ ਇੱਕ ਮੋਮਬੱਤੀ ਵੀ ਹਟਾ ਦਿੰਦੀ ਹੈ, ਪਰ ਧੁੰਦ ਦਾ ਪ੍ਰਕੋਪ ਐਸਾ ਹੈ ਕਿ ਦੁਨੀਆਂ ਦੇ ਸਭ ਤੋਂ ਵੱਡੇ ਦੀਵੇ ਸੂਰਜ ਦੀ ਵੀ ਵਾਹ ਨਹੀਂ ਚੱਲਣ ਦਿੰਦੀ। ਸੋ ਇਸਦਾ ਮਤਲਬ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਇੱਕ ਐਸਾ ਪ੍ਰਕਾਸ਼ਮਾਨ ਸੂਰਜ ਨੇ, ਐਸੀ ਜੋਤ ਨੇ ਜਿਹੜੇ ਧੁੰਦ ਦੇ ਪ੍ਰਕੋਪ ਨੂੰ ਵੀ ਖਤਮ ਕਰਨ ਦੀ ਸਮਰੱਥਾ ਰੱਖਦੇ ਨੇ। ਤੇ ਮਾਫ ਕਰਨਾ, ਅਸੀਂ ਛੋਟੀਆਂ ਛੋਟੀਆਂ ਮੋਮਬੱਤੀਆਂ ਤੇ ਕਿਉਂ ਆਸਣ ਲਾਈ ਕਰਦੇ? ਤੇ ਉੱਥੇ ਸ਼ਬਦ ਵਰਤਦੇ ਨੇ ਭਾਈ ਸਾਹਿਬ ਭਾਈ ਗੁਰਦਾਸ, ਸਤਿਗੁਰੂ ਨਾਨਕ ਜਨਮਿਆ ਸ਼ਬਦ ਨਹੀਂ ਵਰਤਦੇ। ਜੇਕਰ ਕਵਿਤਾ ਦੀ ਪੋਇਟਿਕ ਫਾਰਮ ਵੱਲ ਵੇਖਿਆ ਜਾਵੇ ਤੇ ਸ਼ਬਦ ਜਨਮਿਆ ਵੀ ਆ ਜਾਵੇ ਤੇ ਕਵਿਤਾ ਦੇ ਰੂਪ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ। ਸਤਿਗੁਰ ਨਾਨਕ ਜਨਮਿਆ ਵੀ ਆ ਜਾਵੇ ਤੇ ਕਵਿਤਾ ਦਾ ਜਿਹੜਾ ਸ਼ਬਦੀ ਸੰਤੋਲ ਹੈ ਉਹਦੇ ਉੱਪਰ ਕੋਈ ਅਸਰ ਨਹੀਂ ਪੈਂਦਾ, ਪਰ ਸਾਡੇ ਸਿਧਾਂਤ ਨੂੰ ਚੋਟ ਪਹੁੰਚਦੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਹੈ ਕਿ ਭੱਟ ਸਾਹਿਬਾਨ ਕਹਿੰਦੇ ਨੇ, ਆਪ ਨਰਾਇਣ ਕਲਾਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪਰਮਾਤਮਾ ਨੇ, ਨਿਰੰਕਾਰ ਪਰਮਾਤਮਾ ਨੇ ਸਾਕਾਰ ਰੂਪ ਦੇ ਵਿੱਚ ਆਪਣੀ ਜੋਤ ਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਤੇ ਜੋਤ ਦਾ ਜਨਮ ਨਹੀਂ ਹੋਵੇਗਾ, ਜੋਤ ਪ੍ਰਗਟ ਹੀ ਹੋਵੇਗੀ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਰੀਰ ਦੇ ਰੂਪ ਚ ਵੇਖਿਆ ਉਹ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਨੂੰ ਨਹੀਂ ਸਮਝ ਸਕੇ, ਭਾਵੇਂ ਉਹਨਾਂ ਦੇ ਪੁੱਤਰ ਹੀ ਸੀ। ਤੇ ਜਿਨ੍ਹਾਂ ਨੇ ਸੱਚਮੁੱਚ ਗੁਰੂ ਨਾਨਕ ਨੂੰ ਜੋਤ ਦੇ ਰੂਪ ਚ ਵੇਖਿਆ, ਮੈਂ ਤਾਂ ਇਤਿਹਾਸਿਕ ਸਰੋਤਾਂ ਚੋਂ ਇੱਕ ਸਾਖੀ ਸੁਣਾਉਂਦਾ। ਗੁਰੂ ਨਾਨਕ ਸਾਹਿਬ ਦੀ ਅਵਸਥਾ ਚ 7 ਸਾਲ ਦੁਪਹਿਰੇ ਆਏ ਆ ਕੇ ਸੌਂ ਗਏ। ਕੁਦਰਤਨ ਅਸੀਂ ਸਾਰੇ ਬੱਚਿਆਂ ਵਾਲੇ ਹਾਂ, ਬੱਚਾ ਆ ਕੇ ਸੌਂ ਜਾਵੇ ਤੇ ਨਿਰਧਾਰਤ ਵਕਤ ਤੱਕ ਨਾ ਉੱਠੇ ਤੇ ਮਾਂ ਨੂੰ ਥੋੜਾ ਜਿਹਾ ਫਿਕਰ ਜਿਹਾ ਹੋ ਜਾਂਦਾ ਕੀ ਕਰ ਉੱਠਿਆ ਕਿਉਂ। ਮਾਤਾ ਜੀ ਕਹਿੰਦੇ ਨੇ, ਨਾਨਕ ਆ ਕੇ ਸੁੱਤਾ ਸੀ, ਉੱਠਿਆ ਕਿਉਂ ਨਹੀਂ? ਘਰ ਦੇ ਵਿੱਚ ਕੰਮ ਕਰਨ ਵਾਲੀ ਜਿਹੜੀ ਦਾਸੀ ਸੀ ਉਸਦਾ ਨਾਮ ਇਤਿਹਾਸ ਤੁਲਸਾ ਆਉਂਦਾ ਹੈ। ਮਾਤਾ ਤ੍ਰਿਪਤਾ ਜੀ ਤੁਲਸਾ ਨੂੰ ਕਹਿੰਦੇ ਨੇ, ਤੁਲਸਾ ਨਾਨਕ ਨੂੰ ਵੇਖ ਉੱਠਿਆ ਨਹੀਂ। ਤੁਲਸਾ ਗੁਰੂ ਨਾਨਕ ਸਾਹਿਬ ਜਿੱਥੇ ਸੁੱਤੇ ਪਏ ਸੀ ਬੜੀ ਛੋਟੀ ਆਜ ਵਜੇ ਬਾਲ ਅਵਸਥਾ ਵਿੱਚ ਉੱਥੇ ਗਏ ਨੇ, ਚਾਦਰ ਉੱਪਰ ਲਈ ਹੋਈ ਹੈ, ਇੱਕ ਪੈਰ ਚਾਦਰ ਦੇ ਵਿੱਚੋਂ ਬਾਹਰ ਹੈ। ਤੁਲਸਾ ਨੇ ਉਸ ਪੈਰ ਵੱਲ ਤੱਕਿਆ ਤੇ ਪੈਰ ਨੂੰ ਸਿੱਧਾ ਕਰ ਦਿੱਤਾ ਤੇ ਉੱਚੀ ਆਵਾਜ਼ ਦੇ ਵਿੱਚ ਮਾਤਾ ਤ੍ਰਿਪਤਾ ਕਹਿੰਦੇ ਨੇ, ਤੁਲਸਾ ਮੈਂ ਤੈਨੂੰ ਵੇਖਣ ਵਾਸਤੇ ਭੇਜਿਆ ਸੀ, ਨਾਨਕ ਉੱਠਿਆ ਨਹੀਂ। ਤੇ ਉੱਚੀ ਆਵਾਜ਼ ਕਹਿੰਦੀ, ਨਾਨਕ ਤਾਂ ਹੈ ਹੀ ਨਹੀਂ, ਹੁਣ ਕਿਹਾ ਜਾਵੇ ਕਿ ਮਾਂ ਤੇਰਾ ਪੁੱਤ ਹੈ ਹੀ ਨਹੀਂ ਤੇ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਮਾਤਾ ਤ੍ਰਿਪਤਾ ਭੱਜੇ ਆਏ, ਕਹਿੰਦੇ, ਤੁਲਸਾ ਕੀ ਕਹਿ ਰਹੀ ਹੈ? ਕਹਿੰਦੀ, ਹਾਂ ਸੱਚ ਹੀ ਕਹਿ ਰਹੀ ਹਾਂ, ਨਾਨਕ ਤਾਂ ਹੈ ਹੀ ਨਹੀਂ, ਇਹ ਸਰੀਰ ਨਹੀਂ, ਇਹ ਜੋਤ ਹੈ। ਅੱਜ ਇਹਦੇ ਪੈਰਾਂ ਦੇ ਭਰਸੇ ਰੱਖਣ ਦਾ ਮੈਨੂੰ ਆਨੰਦ ਆਇਆ ਹੈ, ਤੇਰਾ ਨਾਨਕ ਸਰੀਰ ਨਹੀਂ ਹੈ, ਇਹ ਤੇ ਨੂਰ ਹੈ, ਇਹ ਤੇ ਜੋਤ ਹੈ। ਸੋ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਬਾਰੇ ਭੱਟ ਸਾਹਿਬਾਨ ਕਹਿੰਦੇ ਨੇ ਕਿ ਆਪ ਨਰਾਇਣ ਕਲਾਤਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਹੁਣ ਜਿਹੜੀ ਜੋਤ ਹੈ, ਜੋਤ ਪ੍ਰਗਟ ਹੀ ਹੋਵੇਗੀ ਤੇ ਜੋਤ ਟ੍ਰਾਂਸਫਰ ਕਰੇਗੀ, ਤੇ ਜਦੋਂ ਜੋਤ ਵਿਸਥਾਪਿਤ ਹੋਵੇਗੀ, ਜਾਮੇ ਬਦਲਦੇ ਰਹਿਣਗੇ, ਜੋਤ ਇਕ ਹੋਵੇਗੀ। ਇਸੇ ਕਰਕੇ ਗੁਰਬਾਣੀ ਦਾ ਅਟਲ ਫੈਸਲਾ ਹੈ ਭੱਟ ਸਾਹਿਬਾਨ ਦੇ ਮੁਕਾਬਲੇ ਦੇ ਵਿੱਚੋਂ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀਏ। ਸਰੀਰ ਜੁਗਤ ਹੈ, ਪ੍ਰਵਾਹਿਤ ਜੋਤ ਹੋ ਰਹੀ ਹੈ, ਪਰ ਜੋਤ ਇੱਕ ਹੀ ਹੈ। ਇਸੇ ਕਰਕੇ ਇਤਿਹਾਸ ਦੀ ਮੈਂ ਇੱਕ ਹੋਰ ਉਦਾਹਰਣ ਦੇਵਾਂ, ਕਿਉਂਕਿ ਅਸੀਂ ਗੱਲ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਵਿੱਚ 17 ਭਾਦੋ ਗੁਰੂ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ 1 ਸਤੰਬਰ ਸਮਾਗਮ ਉਸ ਨੂੰ ਸਮਰਪਿਤ ਹੈ, ਗੱਲ ਬੇਸ਼ੱਕ ਕਰਮ ਕਾਂਡ ਦੀ ਕਰਨ, ਪਰ ਜੋਤ ਔਰ ਜੁਗਤ ਨੂੰ ਸਮਝਣਾ ਬੜਾ ਜ਼ਰੂਰੀ ਹੈ। ਦੁਨੀਆਂ ਦੇ ਇਤਿਹਾਸ ਦੇ ਵਿੱਚ ਇੱਕ ਵੱਖਰ ਘਟਨਾ ਹੋਈ ਹੈ ਜਿਹੜੀ ਕਦੀ ਵੀ ਅਜੇ ਤੱਕ ਦੁਨੀਆਂ ਦੇ ਧਰਮਾਂ ਦੇ ਇਤਿਹਾਸ ਦੇ ਵਿੱਚ ਨਹੀਂ ਹੋਈ। ਉਹ ਵਿਲੱਖਣ ਘਟਨਾ ਕੀ ਹੈ? ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਥਾਪਿਆ ਲਹਿਣਾ ਜੀਵ ਦੇ ਗੋਰੇ ਆਈ ਸਿਰ ਛਤਰ ਫਰਾਇਆ। ਹੁਣ ਗੁਰੂ ਨਾਨਕ ਸਾਹਿਬ ਵੀ ਸਰੀਰ ਕਰਕੇ ਕਰਤਾਰਪੁਰ ਨੇ, ਲਹਿਣਾ ਜੀ ਵੀ ਸਰੀਰ ਕਰਕੇ ਕਰਤਾਰਪੁਰ ਨੇ,
ਪਰ ਦੁਨੀਆਂ ਦੇ ਇਤਿਹਾਸ ਦੀ ਪਹਿਲੀ ਮਿਸਾਲ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਲੈਣੇ 'ਚ ਟਿਕਾ ਕੇ ਉਸ ਨੂੰ ਅੰਗਤ ਬਣਾ ਦਿੱਤਾ ਹੈ। ਅੰਗਤ ਗੁਰੂ ਬਣ ਗਿਆ ਤੇ ਗੁਰੂ ਨਾਨਕ ਸਿੱਖ ਬਣ ਕੇ ਸੰਗਤ 'ਚ ਬੈਠਾ, ਸਰੀਰ ਕਰਕੇ ਦੋਵੇਂ ਹਾਜ਼ਰ ਨੇ। ਉਦੋਂ ਸਾਡਾ ਗੁਰੂ ਕੌਣ ਹੈ? ਉਦੋਂ ਸਾਡਾ ਗੁਰੂ ਕੌਣ ਹੈ ਜਿਸ ਦਿਨ 'ਚ ਜੋਤ ਹੈ? ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਨੇ। ਗੁਰੂ ਨਾਨਕ ਸਾਹਿਬ ਸਿੱਖ ਬਣ ਕੇ ਸੰਗਤ 'ਚ ਬੈਠੇ ਨੇ, ਆਪਣੇ ਜਿਉਂਦੇ ਜੀ ਲਹਿਣਾ ਜੀ ਨੂੰ ਅੰਗਤ ਬਣਾ ਦਿੱਤਾ ਹੈ। ਥੱਕ ਪਿਆ ਲਹਿਣਾ ਜੀਵ ਦੇ, ਗੋਰੇ ਆਈ ਸਿਰ ਛਤਰ ਫਿਰਾਇਆ। ਗੁਰੂ ਅੰਗਦ ਸਾਹਿਬ ਦੇ ਸਿਰ ਦੇ ਉੱਪਰ ਗਰਿਆਈ ਦਾ ਛਤਰ ਫਿਰਾ ਦਿੱਤਾ ਹੈ ਤੇ ਗੁਰੂ ਨਾਨਕ ਸਾਹਿਬ ਸਿੱਖ ਬਣ ਕੇ ਬੈਠੇ ਨੇ। ਉਦੋਂ ਗੁਰੂ ਨਾਨਕ ਸਾਹਿਬ ਸਾਡੇ ਗੁਰੂ ਨਹੀਂ, ਕਿਉਂਕਿ ਸਾਡਾ ਗੁਰੂ ਸਰੀਰ ਨਹੀਂ ਹੈ। ਉਦੋਂ ਗੁਰੂ ਨਾਨਕ ਸਾਹਿਬ ਗੁਰੂ ਨਹੀਂ, ਉਦੋਂ ਗੁਰੂ ਅੰਗਦ ਸਾਹਿਬ ਗੁਰੂ ਨੇ। ਹੋਰ ਅੱਗੇ ਆ ਜਾਈਏ, ਪੰਚਮ ਪਾਤਸ਼ਾਹ ਦੀ ਸ਼ਹਾਦਤ। ਜਿਸ ਸ਼ਹਾਦਤ ਦੇ ਬਾਰੇ ਭਾਈ ਗੁਰਦਾਸ ਜੀ, ਅਕਸਰ ਸਾਡੇ ਜਿਹੜੇ ਕਈ ਆਧੁਨਿਕ ਵਿਦਵਾਨ ਨੇ, ਜਦੋਂ ਉਹ ਸ਼ਬਦਾਂ ਦੇ ਉਚੇਰੇ ਭਾਵ ਅਰਥਾਂ ਨੂੰ ਨਹੀਂ ਸਮਝਦੇ ਤੇ ਉਹ ਕਹਿੰਦੇ ਨੇ ਕਿ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਿਉਂ ਨਾ ਕੀਤਾ। ਦਰਅਸਲ ਸ਼ਹਾਦਤ ਨੂੰ ਭਾਈ ਗੁਰਦਾਸ ਨੇ ਉਸੇ ਸਹਿਜ ਅਵਸਥਾ ਦੇ ਵਿੱਚ ਜ਼ਿਕਰ ਕੀਤਾ ਹੈ ਜਿਸ ਅਵਸਥਾ ਦੇ ਵਿੱਚ, ਸਹਿਜ ਅਵਸਥਾ 'ਚ ਗੁਰੂ ਅਰਜਨ ਸਾਹਿਬ ਨੇ ਉਸ ਨੂੰ ਪ੍ਰਵਾਨ ਕੀਤਾ ਹੈ। ਜਿਹੜਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਨੇ ਕੀਤਾ, ਮੈਨੂੰ ਲੱਗਦਾ ਕੋਈ ਕਲਮ ਕਰ ਹੀ ਨਹੀਂ ਸਕਦੀ। ਉਹ ਕਹਿੰਦੇ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਵਾਣੀ। ਗੁਰੂ ਸਾਹਿਬ ਨੂੰ ਦੇਗ ਦੇ ਵਿੱਚ ਉਬਾਲਿਆ ਜਾ ਰਿਹਾ ਪਾਣੀ ਦੇ ਵਿੱਚ, ਪਰ ਆਤਮਾ ਇੰਨੇ ਆਨੰਦ ਦੇ ਵਿੱਚ ਹੈ ਜਿਵੇਂ ਮੱਛੀ ਪਾਣੀ ਦੇ ਵਿੱਚ। ਅਗਲੀ ਗੱਲ ਕਰਦੇ ਨੇ, ਕਹਿੰਦੇ ਨੇ ਕਿ ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਜਿੱਤ ਅਵਰ ਨਾ ਜਾਣੀ। ਇਹ ਵੱਡੀ ਗੱਲ ਹੈ ਕਿ ਸ਼ਬਦ ਤੇ ਸੁਰਤ ਦੀ ਸਮੇਲਤਾ ਇੰਨੀ ਹੈ ਕਿ ਸ਼ਹਾਦਤ ਦੇਣ ਦੇ ਵਾਸਤੇ ਆਪ ਗਏ ਨੇ, ਜਿਸ ਤਰ੍ਹਾਂ ਇੱਕ ਮਿਰਗ ਘੰਟੇ ਹੀੜੇ ਦੇ ਰਾਗ ਨੂੰ ਸੁਣ ਕੇ ਖੁਦ ਆਪਣੇ ਸ਼ਿਕਾਰੀ ਵੱਲ ਚੱਲਿਆ ਜਾਂਦਾ। ਅਗਲੀ ਗੱਲ ਉਹ ਕਰਦੇ ਨੇ, ਕਹਿੰਦੇ ਨੇ ਕਿ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਜਿਸ ਤਰ੍ਹਾਂ ਇੱਕ ਸ਼ਮਾ ਜਾਂਦੀ ਹੈ, ਪਤੰਗੇ ਨੂੰ ਪਤਾ ਹੁੰਦਾ ਹੈ ਕਿ ਮੇਰਾ ਅੰਤ ਹੈ, ਪਤੰਗਾ ਫੇਲ ਵੀ ਜਾਂਦਾ ਹੈ, ਆਪਣਾ ਆਪਾ ਕੁਰਬਾਨ ਕਰ ਦਿੰਦਾ ਹੈ। ਹੁਣ ਦੇਗ ਬੰਦ ਹੈ, ਜਿਸਮ ਉਬਾਲਿਆ ਜਾ ਰਿਹਾ ਹੈ। ਅਗਲੀ ਗੱਲ ਉਹ ਕਰਦੇ ਨੇ, ਚਰਨ ਕਵਲ ਮਿਲ ਭੰਵਰ ਜਿਉਂ ਸੁਖ ਸੰਪਟ ਸੰਗ ਰਹਿਣ ਵਿਹਾਰੀ। ਜਿਸ ਤਰ੍ਹਾਂ ਇੱਕ ਭੰਵਰਾ ਕਮਲ ਦੇ ਫੁੱਲ 'ਚ ਆ ਕੇ ਬੈਠਦਾ ਹੈ ਤੇ ਫੁੱਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਨੇ, ਭੰਵਰਾ ਆਪਣੀ ਜਾਨ ਦੇ ਦਿੰਦਾ ਹੈ ਪਰ ਉਹਦਾ ਕਮਲ ਦੇ ਫੁੱਲ ਨਾਲ ਪਿਆਰ ਹੈ। ਅਖੀਰ ਤੇ ਕਹਿੰਦੇ ਨੇ, ਗੁਰ ਅਰਜਨ ਵਿਟ ਹੋ ਗੁਰਬਾਨ। ਇਸੇ ਕਰਕੇ ਜਦੋਂ ਅਸੀਂ ਸ਼ਹਾਦਤ ਦੀ ਗੱਲ ਕਰਦੇ ਹਾਂ ਤਾਂ ਇਹ ਨਹੀਂ ਕਿ ਸਿੱਖ ਧਰਮ ਤੋਂ ਪਹਿਲਾਂ ਦੁਨੀਆਂ 'ਚ ਸ਼ਹੀਦ ਨਹੀਂ ਹੋਏ। ਹਜ਼ਰਤ ਹੁਸੈਨ ਦੀ ਸ਼ਹਾਦਤ ਹੋਈ ਹੈ, ਹਜ਼ਰਤ ਅਲੀ ਦੀ ਸ਼ਹਾਦਤ ਹੋਈ ਹੈ, ਮਨਸੂਰ ਦੀ ਸ਼ਹਾਦਤ ਹੋਈ ਹੈ, ਜਿਸ ਕ੍ਰਾਈਸਟ ਨੂੰ ਸ਼ਹੀਦ ਗਿਣਿਆ ਜਾਂਦਾ ਹੈ, ਫਲਸਫੇ ਵਿੱਚ ਸੋਕ੍ਰੇਟਸ ਸੋਕ੍ਰੇਟਸ ਦੀ ਸ਼ਹਾਦਤ ਹੋਈ ਹੈ। ਪਰ ਜੇ ਕੇਵਲ ਤੇ ਕੇਵਲ ਇੱਕ ਮਾਣ ਹੈ ਤਾਂ ਕੇਵਲ ਗੁਰੂ ਅਰਜਨ ਸਾਹਿਬ ਨੂੰ ਅਸੀਂ ਕਹਿੰਦੇ ਸ਼ਹੀਦਾਂ ਦੇ। ਕਿਸ ਕਰਕੇ? ਕਿਉਂਕਿ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਜਿੰਨੇ ਵੀ ਲੋਕਾਂ ਨੂੰ ਸ਼ਹਾਦਤ ਦਾ ਦਰਜਾ ਦਿੱਤਾ ਗਿਆ, ਉਹਨਾਂ ਕੋਲ ਜ਼ਿੰਦਗੀ ਜੀਣ ਦਾ ਦਰਵਾਜ਼ਾ ਨਹੀਂ ਸੀ ਖੁੱਲ੍ਹਾ। ਗੁਰੂ ਅਰਜਨ ਸਾਹਿਬ ਦੇ ਕੋਲ ਜ਼ਿੰਦਗੀ ਜੀਣ ਦਾ ਦਰਵਾਜ਼ਾ ਖੁੱਲ੍ਹਾ ਹੈ। ਜ਼ਹਾਂਗੀਰ ਦੀ ਲਿਖੀ ਆਪਣੀ ਤੁਜ਼ਕ ਦੇ ਵਿੱਚ ਇੱਕ ਕੋਟੇਸ਼ਨ ਹੈ, ਅਰਜਨ ਕਾ ਕਤਲ। ਉਹਦੇ ਵਿੱਚ ਕਹਿੰਦਾ ਕਿ ਜੇ ਕਿਤੇ ਗੁਰੂ ਅਰਜਨ ਆਪਣੀ ਦੁਕਾਨੇ ਬਾਤਲ, ਝੂਠ ਦੀ ਦੁਕਾਨ ਫਾਰਸੀ ਦੇ ਵਿੱਚ, ਇਹਨੂੰ ਬੰਦ ਕਰਕੇ ਦੀਨੇ ਇਸਲਾਮ 'ਚ ਆ ਜਾਵੇ ਤੇ ਜ਼ਿੰਦਗੀ ਜੀ ਸਕਦਾ ਹੈ। ਗੁਰੂ ਸਾਹਿਬ ਦੇ ਵਾਸਤੇ ਤੇ ਜ਼ਿੰਦਗੀ ਜੀਉਣ ਦਾ ਦਰਵਾਜ਼ਾ ਬਹੁਤ ਸੌਖਾ ਹੈ। ਸ਼ਬਦ ਗੁਰੂ ਤੋਂ ਲਾਂਭੇ ਜਾਣਾ ਤੇ ਜ਼ਿੰਦਗੀ ਜੀ ਲੈਣੀ। ਪਰ ਉਹਨਾਂ ਨੇ ਉਸ ਸਿਧਾਂਤ ਦੀ ਪ੍ਰੋੜਤਾ ਕੀਤੀ ਹੈ ਕਿ ਸ਼ਬਦ ਮਰੇ ਲਾਸ। ਛੇਵੇਂ ਪਾਤਸ਼ਾਹ ਦੀ ਸਿੱਖ ਮੰਚ ਦੇ ਉੱਪਰ ਆਮਦ ਦੇ ਬਾਰੇ ਕੀ ਕਹਿੰਦੇ ਨੇ? ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਦਲ ਭੰਜਨ ਗੁਰ ਸੂਰਮਾ, ਵੜ ਜੋਦਾ ਬਹੁ ਪਾਰ ਉਪਕਾਰੀ। ਅਗਲੀ ਗੱਲ ਨੂੰ ਸਮਝਿਓ, ਜਿੱਥੇ ਅਸੀਂ ਜੋਤ ਤੇ ਜੁਗਤ ਨੂੰ ਗੱਲ ਕਰ ਰਹੇ ਸੀ। ਅਰਜਨ ਕਾਇਆ ਪਲਟ ਕੇ, ਸਰੀਰ ਬਦਲਿਆ, ਮੂਰਤ ਹਰ ਗੋਬਿੰਦ ਸਵਾਰੀ, ਜੋਤ ਉਹੀ ਹੈ, ਸਰੀਰ ਬਦਲਿਆ, ਜੋਤ ਉਹੀ ਹੈ। ਹੁਣ ਅਸੀਂ ਆ ਜਾਈਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ। ਗੁਰਦਾਸ ਸਿੰਘ ਦੂਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਮਦ ਦੇ ਬਾਰੇ ਇੱਕ ਸ਼ਬਦ ਵਰਤਦਾ ਹੈ, ਪ੍ਰਾਣ ਮੀਤ ਪਰਮਾਤਮਾ ਪੁਰਖੋਤਮ ਪੂਰਾ, ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ, ਪ੍ਰਗਟਿਓ ਪੁਰਖ ਭਗਵੰਤ ਰੂਪ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜੋਤ ਵੀ ਹੈ ਔਰ ਜੁਗਤ ਵੀ ਹੈ।
ਹੁਣ ਗੁਰੂ ਨਾਨਕ ਸਾਹਿਬ ਸੰਸਾਰ ਚ ਆਏ ਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਕਿਹਾ ਅਸੀਂ ਸਤਿਗੁਰ ਨਾਨਕ। ਇੱਥੇ ਵੀ ਕਿਹਾ ਜਾ ਰਿਹਾ ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਸ਼ਬਦ ਇੱਥੇ ਵੀ ਪ੍ਰਗਟ ਆ ਗਿਆ ਕਿਉਂਕਿ ਜੋਤ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜੋਤ ਵੀ ਹੈ ਤੇ ਜੁਗਤ ਵੀ ਹੈ ਤੇ ਜੋਤ ਤੇ ਜੁਗਤ ਦੋਵੇਂ ਪ੍ਰਗਟ ਹੁੰਦੀਆਂ ਨੇ, ਨਾ ਇਹ ਜਨਮ ਹੈ ਨਾ ਇਹਨਾਂ ਦਾ ਮੌਤ ਹੈ। ਹੁਣ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੁਗਤ ਰੱਖਦੇ ਨੇ ਖਾਲਸੇ ਵਿੱਚ, ਇਹਨਾਂ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਸ਼ਬਦ ਫਿਰ ਪ੍ਰਗਟ ਆ ਗਿਆ। ਜੁਗਤ ਖਾਲਸੇ ਚ ਰੱਖ ਦਿੱਤੀ ਤੇ ਜੋਤ ਕਿੱਥੇ ਰੱਖ ਦਿੱਤੀ? ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਸ਼ਬਦ ਇੱਥੇ ਵੀ ਪ੍ਰਗਟ ਆ ਗਿਆ। ਇਹ ਜੋਤ ਹੈ, ਖਾਲਸਾ ਜੁਗਤ ਹੈ, ਇਸੇ ਕਰਕੇ ਜਨਮ ਸ਼ਬਦ ਨਹੀਂ ਵਰਤਿਆ ਜਾਂਦਾ, ਪ੍ਰਗਟ ਸ਼ਬਦ ਵਰਤਿਆ ਜਾਂਦਾ ਹੈ। ਕਿਉਂਕਿ ਸਰੀਰ ਕਰਕੇ ਚਾਹੇ ਗੁਰੂ ਸਾਹਿਬ ਵੀ ਸੰਸਾਰ ਚ ਆਏ, ਜੋਤੀ ਜੋਤ ਦਿਵਸ ਮਨਾਏ ਜਾਂਦੇ ਨੇ, ਦੋ ਜੋਤ ਤੇ ਜੁਗਤ ਦੇ ਐਸੇ ਸਿਖਰ ਨੇ ਖਾਲਸਾ ਤੇ ਗੁਰੂ ਗ੍ਰੰਥ, ਜਿਨ੍ਹਾਂ ਦਾ ਕਦੀ ਵੀ ਜੋਤੀ ਜੋਤ ਦਿਵਸ ਨਹੀਂ ਮਨਾਇਆ ਜਾ ਸਕਦਾ। ਨਾ ਖਾਲਸੇ ਦਾ ਜੋਤੀ ਜੋਤ ਦਿਵਸ ਮਨਾਇਆ ਜਾ ਸਕਦਾ ਕਿਉਂਕਿ ਜੁਗਤ ਹੈ, ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋਤੀ ਜੋਤ ਦਿਵਸ ਮਨਾਇਆ ਜਾ ਸਕਦਾ ਕਿਉਂਕਿ ਜੋਤ ਹੈ, ਦੋਵੇਂ ਪ੍ਰਗਟ ਹੀ ਹੋਣਗੇ। ਦਰਅਸਲ ਜਦੋਂ ਸਾਡੀ ਜ਼ਿੰਦਗੀ ਚ ਕਰਮ ਕਾਂਡ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੇ ਨੇ ਤੇ ਸਾਡੀ ਆਹ ਲੜੀ ਟੁੱਟਦੀ ਹੈ ਕਿ ਜੋਤ ਤੇ ਜੁਗਤ ਦਾ ਆਪਸ ਚ ਟੁੱਟ ਜਾਣਾ। ਜਦੋਂ ਅਸੀਂ ਜੁਗਤ ਦੇ ਰੂਪ ਦੇ ਵਿੱਚ ਬੈਠ ਕੇ ਗੁਰੂ ਦੇ ਸਿੱਖ ਨਹੀਂ ਬਣਦੇ ਤੇ ਜੋਤ ਦੇ ਨਾਲ ਨਹੀਂ ਜੁੜਦੇ, ਉਦੋਂ ਅਸੀਂ ਕਿਤੇ ਨਾ ਕਿਤੇ ਕਰਮ ਕਾਂਡਾਂ ਦੇ ਸ਼ਿਕਾਰ ਹੋ ਜਾਂਦੇ ਹਾਂ। ਤੇ ਖਾਲਸਾ ਜੋਤ ਤੇ ਜੁਗਤ ਨੂੰ ਸਮਝਣਾ ਕਿਵੇਂ ਹੋਵੇਗਾ? ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਅਹਿਮਦ ਸ਼ਾਹ ਬਤਾਲੀ ਨੇ ਹਮਲਾ ਕੀਤਾ ਤੇ ਸ਼ਹੀਦ ਹੋਣ ਤੋਂ ਪਹਿਲਾਂ ਬਾਬਾ ਗੁਰਬਖਸ਼ ਸਿੰਘ ਦੇ ਇੱਕ ਸ਼ਬਦ ਬੜੇ ਅਹਿਮ ਨੇ। ਉਹ ਬੜੀ ਪਿਆਰੀ ਅਰਦਾਸ ਕਰਦੇ ਨੇ, ਕਹਿੰਦੇ ਕਲਗੀ ਵਾਲੇ ਪਾਤਸ਼ਾਹ, ਪੰਥ ਜੋ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ, ਪੰਥ ਜੋ ਰਹੇਗਾ ਤੋ ਗ੍ਰੰਥ ਕੀ ਰਹੇਗੀ ਨਾਥ। ਇਹਨਾਂ ਸ਼ਬਦ ਨਾਲ ਸਮਝਣਾ ਬਹੁਤ ਜ਼ਰੂਰੀ ਹੈ ਕਿ ਪਾਤਸ਼ਾਹ ਪੰਥ ਹੈ ਤੇ ਤੇਰੇ ਗ੍ਰੰਥ ਨੂੰ ਮੰਨਣ ਵਾਲੇ ਨੇ, ਤੇ ਜੇ ਤੇਰਾ ਗ੍ਰੰਥ ਨਹੀਂ ਹੈ ਤੇ ਪੰਥ ਵੀ ਕਿਸੇ ਕੰਮ ਨਹੀਂ। ਸੋ ਇਹ ਜੋਤ ਤੇ ਜੁਗਤ ਇੱਕ ਐਸੀ ਖੇਡ ਹੈ ਜਿਸ ਨੂੰ ਵੱਖ ਕਰਕੇ ਵੇਖਿਆ ਹੀ ਨਹੀਂ ਜਾ ਸਕਦਾ। ਜਦੋਂ ਅਸੀਂ ਵੱਖ ਕਰਕੇ ਵੇਖਾਂਗੇ ਫਿਰ ਅਸੀਂ ਦੇਹਾਂ ਦੀ ਸਰੀਰਾਂ ਦੀ ਪੂਜਾ ਦੇ ਵਿੱਚ ਪੈ ਜਾਵਾਂਗੇ, ਜਿਸਦੇ ਬਾਰੇ ਗੁਰਦੇਵ ਪਾਤਸ਼ਾਹ ਨੇ ਸਾਨੂੰ ਵਰਤਿਆ ਹੋਇਆ। ਸੋ ਇਸ ਜੋਤ ਔਰ ਜੁਗਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਭਾਈ ਸਾਹਿਬ ਭਾਈ ਗੁਰਦਾਸ ਅੱਗੇ ਕਹਿੰਦੇ ਨੇ ਸੰਚਿਤ ਸਰਲ ਬਹੁ ਵਰਣ ਬਿਲਾਸ ਪਾਤ। ਸੰਚਿਤ ਸਰਲ, ਸਰਲ ਪਾਣੀ ਨੂੰ ਕਿਹਾ ਜਾਂਦਾ ਹੈ, ਸੰਚਿਤ ਸਿੰਜੇ ਜਾਣਾ। ਜਦੋਂ ਬਰਸਾਤ ਹੁੰਦੀ ਹੈ ਸਾਰੇ ਜੰਗਲ ਦੇ ਵਿੱਚ ਪੈਂਦੀ ਹੈ, ਪਰ ਸੁਗੰਧ ਉਹਨਾਂ ਹੀ ਰੁੱਖਾਂ ਦੇ ਵਿੱਚੋਂ ਆਉਂਦੀ ਹੈ ਜਿਹੜੇ ਚੰਦਨ ਦੇ ਕੋਲ ਹੁੰਦੇ ਹੈ। ਸੰਚਿਤ ਸਰਲ ਬਹੁ ਵਰਣ ਬਿਲਾਸ ਪਾਤ, ਚੰਦਨ ਸਮੀਪ ਇੱਕ ਚੰਦਨ ਕਹਿ ਜਾਣੀਏ, ਪਰਬਤ ਵਿਖੇ ਉਤਪਤ ਹੋਤ ਅਸ਼ਟ ਧਾਤ, ਪਾਰਸ ਸਮੀਪ ਇੱਕ ਹੈ ਕੰਚਨ ਕਹਿ ਜਾਣੀਏ, ਦਿਨ ਜਿਹੜਾ ਸਤਿਅਮ ਚੜਿਆ ਹੈ। ਕਹਿੰਦੇ ਕਿ ਰਾਤ ਅੰਧਕਾਰ ਤਾਰਾ ਮੰਡਲ ਚਮਤਕਾਰ, ਦਿਨ ਦਿਨ ਕਰ ਸੂਰਜ ਨੂੰ ਕਿਹਾ ਜਾਂਦਾ ਜੋਤ ਏਕੇ ਪ੍ਰਵਾਨੀਏ। ਕਹਿੰਦੇ ਕਿ ਜਿੰਨੇ ਮਰਜ਼ੀ ਰਾਤ ਤਾਰੇ ਚਮਕਦੇ ਹੋਣ ਪਰ ਉਸਨੂੰ ਦਿਨ ਨਹੀਂ ਕਿਹਾ ਜਾ ਸਕਦਾ। ਪਰ ਸਿੱਖ ਦੀ ਜ਼ਿੰਦਗੀ ਦਾ ਸੂਰਜ ਕੀ ਹੈ? ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ, ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਰ। ਜਿਹੜਾ ਇਹ ਸਾਡਾ ਗੁਰਦੇਵ ਪਾਤਸ਼ਾਹ ਨੇ ਸਾਨੂੰ ਸੂਰਜ ਦੀ ਬਖਸ਼ਿਸ਼ ਕਰ ਦਿੱਤੀ ਹੈ, ਜਿੰਨੇ ਮਰਜ਼ੀ ਛੋਟੇ ਛੋਟੇ ਤਾਰੇ ਸੰਸਾਰ ਤੇ ਚਮਕਦੇ ਰਹਿਣਾ ਸਾਡੇ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦੇ। ਛੋਟੇ ਛੋਟੇ ਮਤ, ਛੋਟੀਆਂ ਛੋਟੀਆਂ ਫਲਾਸਫੀਆਂ, ਛੋਟੇ ਛੋਟੇ ਫਲਸਫੇ, ਛੋਟੀਆਂ ਛੋਟੀਆਂ ਵਿਚਾਰਧਾਰਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਦੇ ਸਮਰੂਪ ਨਹੀਂ ਪਹੁੰਚ ਸਕਦੀਆਂ। ਔਰ ਉਹਨੂੰ ਸਮਝਣ ਦੇ ਵਾਸਤੇ ਗੁਰਮੁਖ ਏਕ ਓੰਕਾਰ ਸ਼ਬਦ ਸੁਰਤ ਉਨ ਮਨ ਉਨ ਮਾਨੀ ਹੈ। ਜੇ ਕਿਤੇ ਅਸੀਂ ਆਪਣੀ ਸ਼ਬਦ ਇੱਕ ਦੇ ਵਿੱਚ ਜੋੜ ਕੇ ਇਸ ਸ਼ਬਦ ਤੇ ਸੁਰਤ ਦੀ ਸਮੇਲਤਾ ਭਾਵ ਜੋਤ ਤੇ ਜੁਗਤ ਨੂੰ ਸਮਝ ਲਈਏ, ਫਿਰ ਅਸੀਂ ਮਰਿਆਦਾ ਦਾ ਜੀਵਨ ਵੀ ਜੀ ਸਕਦੇ ਹਾਂ ਤੇ ਕਰਮ ਕਾਂਡਾਂ ਤੋਂ ਮੁਕਤ ਵੀ ਹੋ ਸਕਦਾ। ਨਹੀਂ ਤੇ ਮਾਫ ਕਰਨਾ, ਜਦੋਂ ਅਸੀਂ ਕਰਮ ਕਾਂਡਾਂ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਉਹ ਹੁੰਦੇ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੀ ਹੁੰਦਾ ਕਿ ਅਸੀਂ ਕਿਉਂ ਕਰਦੇ ਜਾ ਰਹੇ, ਉਸਨੂੰ ਭਰਮ ਕਿਹਾ ਜਾਂਦਾ ਹੈ। ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਭਰਮ ਉਸੇ ਵੇਲੇ ਖਤਮ ਹੋ ਜਾਵੇਗਾ ਜਦੋਂ ਸ਼ਬਦ ਦਾ ਪ੍ਰਕਾਸ਼ ਹੋਵੇਗਾ। ਹਨੇਰੇ ਵਿੱਚ ਪਈ ਰੱਸੀ ਸਾਨੂੰ ਸੱਪ ਲੱਗਦੀ ਹੈ, ਕਿਉਂ? ਭਰਮ ਹੈ ਕਿ ਇਹ ਸੱਪ ਹੈ। ਕੋਈ ਟਾਰਚ ਲੈ ਆਵੇ ਤੇ ਨਾ ਤਾਂ ਸੱਪ ਕਿਤੇ ਆਇਆ ਸੀ ਨਾ ਸੱਪ ਕਿਤੇ ਗਿਆ।
ਸਾਡੇ ਮਨ ਦੇ ਵਿੱਚੋਂ ਜਿਹੜਾ ਅਗਿਆਨ ਦਾ ਹਨੇਰਾ ਸੀ ਉਹ ਦੂਰ ਹੋ ਗਿਆ ਕਿ ਨਹੀਂ ਮੈਂ ਤਾਂ ਡਰ ਰਿਹਾ ਸੀ ਇਹ ਤਾਂ ਰੱਸੀ ਹੈ ਸੱਪ ਨੇ। ਇਸੇ ਕਰਕੇ ਗੁਰਦੇਵ ਪਾਤਸ਼ਾਹ ਜਦੋਂ ਭਰਮ ਨੂੰ ਡਿਫਾਈਨ ਕਰਦੇ ਨੇ ਕਹਿੰਦੇ ਫੂਟੋ ਆਂਡਾ ਭਰਮ ਕਾ ਮਨੇ ਭਇਆ ਪ੍ਰਗਾਸ ਕਾਟੀ ਬੇੜੀ ਪਗੇ ਤੇ ਗੁਰ ਕਿੰਨੀ ਪਤ ਖਲਾਸ। ਇੱਕ ਵਹਿਮ ਹੁੰਦਾ ਹੈ, ਵਹਿਮ ਦੇ ਪਿੱਛੇ ਕੋਈ ਨਾ ਕੋਈ ਵਿਗਿਆਨਿਕ ਕਾਰਨ ਹੁੰਦਾ ਹੈ, ਅਸੀਂ ਉਸਨੂੰ ਸਮਝਣਾ ਨਹੀਂ ਚਾਹੁੰਦੇ। ਸਿਆਣੇ ਲੋਕ ਵਹਿਮ ਦੇ ਰੂਪ ਚ ਸਾਨੂੰ ਸਮਝਾ ਦਿੰਦੇ ਨੇ। ਮਿਸਾਲ ਦੇ ਤੌਰ ਤੇ ਛੋਟਾ ਬੱਚਾ ਸੁੱਤਾ ਹੈ, ਇਹਦੇ ਉੱਪਰ ਉਹਦੀ ਨਹੀਂ ਲੰਘਣਾ ਕਿਉਂਕਿ ਬੱਚਾ ਛੋਟਾ ਹੈ, ਲੱਤ ਬਾਂਹ ਤੇ ਪੈਰ ਆ ਜਾਵੇਗਾ ਤੇ ਛੋਟੀ ਉਮਰ ਚ ਟੁੱਟੀ ਲੱਤ ਬਾਂਹ ਜਿਹੜੀ ਹੈ ਉਹ ਕਦੇ ਵੀ ਉਹਦਾ ਜੋੜ ਸਹੀ ਨਹੀਂ ਪੈਂਦਾ, ਬੱਚਾ ਕਿਸੇ ਚੰਗੀ ਜੋਬ ਚ ਜਾਣ ਤੋਂ ਅਸਮਰੱਥ ਰਹਿ ਸਕਦਾ। ਪੁਰਾਣੇ ਸਮੇਂ ਚ ਕਿਹਾ ਜਾਂਦਾ ਸੀ ਜੀ ਮੰਜੀ ਦੀ ਪੈਰ ਜਿਹੜੀ ਹੈ ਉੱਪਰ ਨੂੰ ਨਹੀਂ ਕਰਨੀ ਕਿਉਂਕਿ ਜਦੋਂ ਥੱਲੇ ਕਰੋਗੇ ਤੇ ਕੋਈ ਕੀੜਾ ਮਕੌੜਾ ਸੱਪ ਵਗੈਰਾ ਚੜ੍ਹ ਰਿਹਾ ਤੇ ਦਿਸ ਜਾਵੇਗਾ ਤੇ ਪਿੰਡ ਘਰ ਚੜ੍ਹੇ ਗਏ। ਕਿਹਾ ਜਾਂਦਾ ਸੀ ਕਿ ਰਾਤ ਨੂੰ ਵਾਲ ਨਹੀਂ ਵਾਹੁਣੇ ਕਿਉਂਕਿ ਵਾਲ ਕਿਤੇ ਵੀ ਰੋਟੀ ਦੇ ਵਿੱਚ ਕਿਸੇ ਸਬਜ਼ੀ 'ਚ ਆ ਜਾਣ ਤੇ ਸਾਨੂੰ ਖਾਣਾ ਔਖਾ ਹੋ ਜਾਂਦਾ। ਸੋ ਇਹ ਛੋਟੇ ਛੋਟੇ ਵਹਿਮ ਇਸ ਕਰਕੇ ਸੀਗੇ ਕਿ ਕਿਤੇ ਨਾ ਕਿਤੇ ਮਨੁੱਖ ਨੂੰ ਕਿਸੇ ਨਾ ਕਿਸੇ ਬੁਰੀ ਆਦਤ ਤੋਂ ਵਰਜਿਆ ਜਾਵੇ, ਪਰ ਅਸੀਂ ਉਹ ਵਹਿਮ ਦੇ ਵਿੱਚ ਬਣਾ ਕੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਏ। ਝਾੜੂ ਜਿਹੜਾ ਜੀ ਉਹਨੂੰ ਪੁੱਠਾ ਨਹੀਂ ਖੜਾ ਕਰਨਾ ਕਿਉਂਕਿ ਸਫਾਈ ਵਾਲੀ ਚੀਜ਼ ਜੇ ਪੁੱਠਾ ਖੜਾ ਕਰੋਗੇ ਤੇ ਜਿੰਨੀ ਵੀ ਸਾਫ਼ ਕਰਕੇ ਜ਼ਿੰਦਗੀ ਲੱਗੀ ਸਾਰੀ ਤੁਹਾਡੇ ਹੱਥ ਵਾਲੇ ਪਾਸੇ ਆ ਜਾਵੇਗੀ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਵਰਜਣ ਵਾਸਤੇ ਸੀ ਕਿ ਸਾਡੇ ਕੋਈ ਛੋਟੀ ਛੋਟੀ ਜ਼ਿੰਦਗੀ 'ਚ ਗਲਤੀ ਨਾ ਹੋਵੇ, ਪਰ ਅਸੀਂ ਉਸਨੂੰ ਵਹਿਮ ਦਾ ਰੂਪ ਦੇ ਕੇ ਇਵੇਂ ਦਾ ਬਣਾ ਲਿਆ। ਪਿੱਛੇ ਜੇ ਮੈਂ ਕਰਾਈਟਰ ਦੇ ਬਾਰੇ ਪੜ੍ਹ ਰਿਹਾ ਸੀ, ਉਹਨੇ ਕਿਤਾਬ ਬੜੀ ਪਿਆਰੀ ਲਿਖੀ ਵਹਿਮਾਂ ਭਰਮਾਂ ਦੇ ਉੱਪਰ ਕਿ ਇਸ ਚੀਜ਼ ਦਾ ਵਹਿਮ ਨਹੀਂ ਕਰਨਾ, ਇਸ ਚੀਜ਼ ਦਾ ਵਹਿਮ ਨਹੀਂ ਕਰਨਾ। ਅਤੇ ਜਿਸ ਦਿਨ ਕਿਤਾਬ ਰਿਲੀਜ਼ ਹੋਣੀ ਸੀ ਬੜੀ ਸੋਹਣੀ ਪੈਕਿੰਗ ਕਰਵਾਈ, ਪੈਕਿੰਗ ਕਰਵਾ ਕੇ ਘਰੋਂ ਨਿਕਲਣ ਲੱਗਾ, ਘਰਵਾਈ ਨੇ ਕਿਹਾ ਆਪਣਾ ਰੁਮਾਲ ਤੇ ਭੁੱਲ ਗਿਓ, ਕਹਿੰਦਾ ਦੂਰ ਫਿਰਦੇ ਨੂੰ ਕਿਤਾਬ ਰਿਲੀਜ਼ ਕਰਨ ਚੱਲਿਆ ਸੀ ਪਿੱਛੋਂ ਆਵਾਜ਼ ਮਾਰ ਦਿੱਤੀ। ਕਿਤਾਬ ਵਹਿਮਾਂ ਭਰਮਾਂ ਤੇ ਲਿਖੀ ਹੈ ਤੇ ਆਪ ਵਹਿਮ ਭਰਮ ਦਾ ਸ਼ਿਕਾਰ, ਘਰ ਵਾਲੀ ਨੂੰ ਗੱਲ ਕੱਢ ਕੇ ਕਹਿੰਦਾ ਕਿਤਾਬ ਰਿਲੀਜ਼ ਕਰਨ ਚੱਲਿਆ ਸੀ ਤੂੰ ਪਿੱਛੋਂ ਆਵਾਜ਼ ਮਾਰ ਦਿੱਤੀ। ਪਹਿਲੀ ਕਿਤਾਬ ਸੀ ਕਿਤਾਬ ਵਹਿਮਾਂ ਭਰਮਾਂ ਤੇ ਲਿਖੀ ਹੈ ਕਿ ਇਹਨਾਂ ਚੀਜ਼ਾਂ ਦੇ ਉੱਪਰ ਕੋਈ ਅਸਰ ਨਹੀਂ ਕਰਨਾ। ਦਰਅਸਲ ਸਾਡੀ ਜ਼ਿੰਦਗੀ ਬਾਣੀ ਕੁਛ ਇਸ ਤਰ੍ਹਾਂ ਦੀ ਗਈ ਹੈ, ਸਭ ਕੁਝ ਕਰੀ ਵੀ ਜਾ ਰਹੇ ਹਾਂ ਤੇ ਫਿਰ ਵੀ ਕਿਹਨੇ ਕਰਨਾ ਨਹੀਂ, ਕਿਉਂ? ਕਿਉਂਕਿ ਸਾਡੀ ਜ਼ਿੰਦਗੀ ਨੂੰ ਅਸੀਂ ਸੁੱਤ ਦੇ ਖਾਨੇ ਬਣਾ ਕੇ ਜੀਣਾ ਸ਼ੁਰੂ ਕਰ ਦਿੱਤਾ। ਮੈਂ ਤੁਹਾਡੇ 'ਚ ਕੁਛ ਹੋਰ ਹਾਂ, ਦੋਸਤਾਂ 'ਚ ਕੁਛ ਹੋਰ ਹਾਂ, ਪਰਿਵਾਰ ਦੇ ਵਿੱਚ ਕੁਛ ਹੋਰ ਹਾਂ, ਫਿਰ ਅਸੀਂ ਕਹਿੰਦੇ ਬੱਚੇ ਸਾਡੇ 'ਤੇ ਨਹੀਂ ਚੱਲ ਰਹੇ, ਬੱਚੇ ਸਾਡੇ ਕਈ ਰੂਪ ਵੇਖ ਰਹੇ ਨੇ, ਬੱਚੇ ਕੀ ਕਰਨ? ਅਸੀਂ ਕਹਿੰਦੇ ਬੱਚੇ ਸਾਡੇ ਨਕਸ਼ੇ ਕਦਮਾਂ 'ਤੇ ਨਹੀਂ ਚੱਲਦੇ, ਬੱਚੇ ਸਾਡੇ ਰੂਪ ਹੀ ਕਈ ਵੇਖ ਰਹੇ ਨੇ। ਬੱਚੇ ਵੇਖਦੇ ਨੇ ਮੇਰਾ ਮਾਂ ਬਾਪ ਗੁਰਦੁਆਰ ਹੀ ਹੋਰ ਤਰ੍ਹਾਂ ਦਾ ਹੈ, ਮੇਰਾ ਬਾਪ ਵਿਆਹ ਸ਼ਾਦੀ 'ਚ ਹੋਰ ਤਰ੍ਹਾਂ ਦਾ, ਸਮਾਜ ਦੇ ਵਿੱਚ ਹੋਰ ਤਰ੍ਹਾਂ ਦਾ, ਪਰਿਵਾਰ ਦੇ ਵਿੱਚ ਹੋਰ ਤਰ੍ਹਾਂ ਦਾ। ਸੋ ਬੱਚੇ ਸਾਡੇ ਕਈ ਰੂਪ ਵੇਖ ਰਹੇ ਨੇ, ਉਹ ਕਿਸ ਰੂਪ ਦੇ ਉੱਪਰ ਸਾਡੇ ਯਕੀਨ ਕਰ? ਜਿੰਨਾ ਚਿਰ ਅਸੀਂ ਆਪਣੀ ਸੁਰਤ ਦੇ ਖਾਨੇ ਬਣਾ ਕੇ ਜਿਉਣਾ ਨਹੀਂ ਛੱਡਾਂਗੇ, ਉਹਨਾਂ ਚਿਰ ਤੱਕ ਸੱਚ ਜਾਣਿਓ ਇਸ ਜੁਗਤ ਤੇ ਜਗਤ ਦਾ ਜਿਹੜਾ ਸਾਡਾ ਜੋਧਾ ਬਲਸਾ ਇਸ ਨੂੰ ਸਮਝ ਹੀ ਨਹੀਂ ਸਕਾਂਗੇ। ਇਹਦੇ ਵਾਸਤੇ ਤਾਂ ਗੁਰੂ ਸਾਹਿਬ ਦੇ ਵਾਸਤੇ ਵੀ ਇੱਕੋ ਹੀ ਸੁਬਲਾ ਭੱਟ ਸਾਹਿਬਾਨ ਕਹਿੰਦੇ ਤਾਂ ਪੜ੍ਹਿਆ ਇੱਕ ਮਨ ਧਰਿਆ ਇੱਕ ਕਰ ਇੱਕ ਵਿਖਾਣਿਓ ਨੈਣ ਬਹਿਣ ਬੂਹ ਇੱਕ ਇੱਕ ਦੋਏ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸੁਣੈ ਜੀਣਿਓ। ਸਿੱਖ ਦੀ ਜ਼ਿੰਦਗੀ ਹਰ ਥਾਂ 'ਤੇ ਇੱਕ ਤਰ੍ਹਾਂ ਦੀ ਹੋਵੇ, ਹਰ ਥਾਂ 'ਤੇ ਇੱਕ ਤਰ੍ਹਾਂ ਦੀ। ਸੁਰਤ ਦੇ ਖਾਨੇ ਬਣਾ ਕੇ ਨਾ ਜੀਵੀਏ ਕਿ ਇੱਥੇ ਅਸੀਂ ਚੰਗੇ ਹਾਂ, ਇੱਥੇ ਅਸੀਂ ਮਾੜੇ ਹਾਂ, ਇੱਥੇ ਅਸੀਂ ਧਾਰਮਿਕ ਹਾਂ, ਇੱਥੇ ਅਸੀਂ ਸਮਾਜਿਕ ਹਾਂ, ਇੱਥੇ ਅਸੀਂ ਸੱਭਿਆਚਾਰਕ ਹਾਂ, ਪਰ ਸੱਚ ਜਾਣਿਓ ਸੱਭਿਆਚਾਰ ਦੇ ਨਾਂ ਹੇਠ ਤੇ ਜਿੰਨਾ ਧਰਮ ਦਾ ਵਿਨਾਸ਼ ਅਸੀਂ ਕੀਤਾ ਕਿਸੇ ਧਰਮ ਨੇ ਨਹੀਂ ਕੀਤਾ। ਮੈਂ ਇੱਕ ਉਦਾਹਰਣ ਦਿੰਦਾ ਤੁਹਾਨੂੰ, ਆ ਪੰਜਾਬ ਦੇ ਡੇਰੇਦਾਰ ਦੀ ਗੱਲ ਹੋਈ। ਜਿਨ੍ਹਾਂ ਲੋਕਾਂ ਦਾ ਆਪਣੇ ਧਰਮ 'ਤੇ ਅਕੀਦਾ ਹੁੰਦਾ ਹੈ ਉਸਨੇ ਆਪਣਾ ਨਾਮ ਰੱਖਿਆ ਗੁਰਮੀਤ ਰਾਮ ਰਹੀਮ ਸਿੰਘ। ਸੋ ਸਿੰਘ ਤੇ ਗੁਰਮੀਤ ਸਮਝਣ ਵਾਲੇ ਵੀ ਉਹਦੇ ਚੇਲੇ ਬਣ ਗਏ, ਉਹਨੂੰ ਰਾਮ ਸਮਝਣ ਵਾਲੇ ਵੀ ਚੇਲੇ ਬਣ ਗਏ, ਰਹੀਮ ਦਾ ਚੇਲਾ ਕਿਉਂ ਨਾ ਬਣਿਆ, ਕਿ ਮੁਸਲਮਾਨਾਂ ਦਾ ਚੇਲਾ ਕਿਉਂ ਨਾ ਬਣਿਆ? ਇੱਕੋ ਕਾਰਨ ਸੀ, ਉਹਨਾਂ ਨੂੰ ਆਪਣੇ ਇਸ਼ਟ ਤੇ ਆਪਣੇ ਪੈਗੰਬਰ ਦੇ ਉੱਪਰ ਨਿਸ਼ਚਾ, ਭਾਵੇਂ ਅਸੀਂ ਕੱਟੜਤਾ ਕਹਿ ਦਈਏ ਭਾਵੇਂ ਸ਼ਰੀਅਤ ਕਹਿ ਦਈਏ, ਉਹਨਾਂ ਨੂੰ ਆਪਣੇ ਇਸ਼ਟ ਦੇ ਉੱਪਰ ਨਿਸ਼ਚਾ ਸੀ। ਸਾਡਾ ਨਿਸ਼ਚਾ ਕਮਜ਼ੋਰ ਹੈ, ਤੁਸੀਂ ਇੱਕੋ ਹੀ ਉਹਦਾ ਮੁਸਲਮਾਨ ਸ਼ਰਧਾਲੂ ਨਹੀਂ ਨਿਕਲਿਆ, ਰਹੀਮ ਸ਼ਬਦ ਤਾਂ ਉਹਨੇ ਮੁਸਲਮਾਨਾਂ ਨੂੰ ਪ੍ਰਭਾਵਿਤ ਕਰ ਲਿਆ ਨਾ, ਕੋਈ ਮੁਸਲਮਾਨ ਸ਼ਰਧਾਲੂ ਪੰਜਾਬ ਚੋਂ ਜਾਂ ਹਰਿਆਣੇ ਚੋਂ ਕਿਤੋਂ ਇੱਕ ਵੀ ਅੱਗੇ ਨਹੀਂ ਆਇਆ। ਉਹਦਾ ਕੀ ਕਾਰਨ ਸੀ ਕਿ ਉਹਨਾਂ ਦਾ ਜਿਹੜਾ ਧਰਮ ਹੈ ਸ਼ਿਰਕ ਫਿਲ ਇਬਾਦਤ ਦੀ ਇਜਾਜ਼ਤ ਨਹੀਂ ਦਿੰਦਾ। ਜਿਸ ਤਰ੍ਹਾਂ ਸਾਡੇ ਧਰਮ ਦੇ ਵਿੱਚ ਚਾਰ ਬੱਜਰ ਕੁਰਹਿਤਾਂ ਨੇ, ਉਹਨਾਂ ਦੇ ਧਰਮ ਦੇ ਚਾਰ ਗੁਨਾਹ ਹੈ। ਪਹਿਲਾ ਗੁਨਾਹ ਹੈ ਕੁਫਰ, ਪਰਮਾਤਮਾ ਨੂੰ ਨਾ ਮੰਨਣਾ, ਤੇ ਨਾ ਮੰਨਣ ਵਾਲੇ ਨੂੰ ਕਾਫਿਰ ਕਿਹਾ ਜਾਂਦਾ। ਦੂਜਾ ਹੈ ਸ਼ਿਰਕ, ਪਰਮਾਤਮਾ ਦੀ ਸ਼ਰੀਕੇਬਾਜ਼ੀ ਕਰਨਾ। ਉਹਨਾਂ ਨੂੰ ਪਤਾ ਸੀ ਕਿ ਆਪਣੇ ਆਪ ਨੂੰ ਗੋਡ ਮੈਨ ਰਖਵਾ ਕੇ ਪਰਮਾਤਮਾ ਦੀ ਸ਼ਰੀਕੇਬਾਜ਼ੀ ਕਰ ਰਿਹਾ। ਤੀਜੀ ਗੱਲ ਹੈ ਸ਼ਿਰਕ ਫਿਲ ਇਬਾਦਤ, ਸ਼ਰੀਕੇਬਾਜ਼ੀ ਵੀ ਕਰਨੀ ਤੇ ਆਪਣੀ ਪੂਜਾ ਵੀ ਕਰਾਉਣੀ।
ਤੇ ਜਿਹੜਾ ਸਭ ਤੋਂ ਵੱਡਾ ਗੁਨਾਹ ਹੈ ਨਾ, ਮੁਸਲਮਾਨ ਵੀਰਾਂ ਨੂੰ ਬੋਲੀਏ ਪੁੱਛੀਏ ਕਿ ਕੋਈ ਐਸਾ ਗੁਨਾਹ ਹੈ ਜਿਹੜਾ ਮਾਫੀ ਯੋਗ ਨਹੀਂ ਹੈ, ਤੇ ਉਹ ਕਹਿੰਦੇ ਬਿੱਦਤ। ਬਿੱਦਤ ਹੈ ਕਬਰ ਤੇ ਦੀਵਾ ਜਗਾਉਣਾ, ਕਬਰ ਤੇ ਚਾਦਰ ਚੜ੍ਹਾਉਣੀ, ਕਬਰ ਤੇ ਨਮਾਜ਼ ਪੜ੍ਹਨੀ, ਉਜ਼ ਕਰਨਾ ਤੇ ਕਬਰ ਨੂੰ ਰੱਬ ਜਾਣ ਕੇ ਪੂਜਣਾ, ਉਹਨਾਂ ਦਾ ਗੁਨਾਹ ਹੈ ਸਿੱਖ ਕਰੀ ਜਾਂਦੇ, ਉਹਨਾਂ ਦਾ ਗੁਨਾਹ ਹੈ ਉਹਨਾਂ ਦੇ ਧਰਮ ਦੇ ਵਿੱਚ। ਤੇ ਪੰਜਾਬ ਦੀਆਂ ਜਿੰਨੀਆਂ ਕਬਰਾਂ ਨੇ, ਹਰ ਪਿੰਡ ਦੇ ਚ ਇੱਕ ਦੋ ਦੋ ਬਣੀਆਂ, ਤੇ ਕੋਈ ਐਸੀ ਕਬਰ ਨਹੀਂ ਜਿੱਥੇ ਸਿੱਖ ਨਹੀਂ ਜਾਂਦੇ। ਜ਼ਰੂਰ ਜਾਂਦੇ ਨੇ, ਉਸ ਗੁਰੂ ਦੇ ਸਿੱਖ ਜਿਹਨਾਂ ਨੂੰ ਗੁਰਦੇਵ ਪਾਤਸ਼ਾਹ ਨੇ ਕਿਹਾ ਦੁੱਧਾ ਨਾ ਪੜਿਓ, ਹਰ ਬਿਨ ਹੋਰ ਨਾ ਪੂਜਿਓ, ਮੜੇ ਮਸਾਣ ਨਾ ਚਾਹੀ। ਜ਼ਿੰਦਗੀ 'ਚ ਜੀ ਕੀ ਜਾਣਾ ਹੈ, ਮੌਤ ਤੋਂ ਬਾਅਦ ਵੀ ਅਸੀਂ ਖੇੜਾ ਨਹੀਂ ਛੱਡਦੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਸ ਵੇਲੇ ਆਪਣੇ ਪਹਿਲੇ ਪ੍ਰਚਾਰਕ ਦੌਰੇ 'ਤੇ ਜਾਣ ਲੱਗੇ, ਲਾਹੌਰ ਪਹੁੰਚੇ ਤੇ ਮਰਦਾਨਾ ਜੀ ਨੇ ਇੱਕ ਸਵਾਲ ਕੀਤਾ, ਮਰਦਾਨਿਆਂ ਇਸ ਘਰ ਦੇ ਵਿੱਚ ਇੰਨੀ ਲੋਕਾਂ ਦੀ ਆਮਦ ਕਿਉਂ ਹੈ? ਮਰਦਾਨਾ ਪਤਾ ਕਰਕੇ ਆਇਆ, ਪਾਤਸ਼ਾਹ ਦੁਨੀਆ ਚੰਦ ਹੈ, ਬੜਾ ਵੱਡਾ ਸੇਠ ਹੈ, ਪਿਤਾ ਦੇ ਮੌਤ ਹੋ ਗਈ ਸੀ ਉਸਦੇ ਸ਼ਰਾਬ ਨੇ, ਪਾਤਸ਼ਾਹ ਉੱਥੇ ਗਏ, ਹਰ ਸਾਲ ਬਾਅਦ ਉੱਥੇ ਜਾਂਦੇ। ਫਿਰ ਜਿਹੜੇ ਅਮੀਰ ਲੋਕ ਹੁੰਦੇ ਨੇ ਸਾਲ 'ਚ ਦੋ ਵਾਰੀ ਵੀ ਕਰਦੇ, ਉਹ ਪਾਰ ਬਣ ਕੇ ਜਾਂਦੇ ਨੇ। ਅਕਸਰ ਤੁਸੀਂ ਵੇਖਿਆ ਹੋਣਾ ਸਾਡੇ ਵੀ ਹੁਣ ਪਰਿਵਾਰਾਂ ਦੇ ਵਿੱਚ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ, ਅਸੀਂ ਕਿੰਨੇ ਵਰੇਣਾ ਜ਼ਰੂਰ ਕਰਨਾ। ਕਾਹਦੇ ਕਰਕੇ ਵਰੇਣਾ? ਸਾਡੀ ਤਾਂ ਰਸਮ ਨਹੀਂ ਸੀ, ਸਾਡੀ ਰਸਮ ਦੇ ਮੁਤਾਬਕ ਤਾਂ ਸਾਡੀ ਮਰਿਆਦਾ ਕਹਿੰਦੀ ਹੈ ਕਿ ਕਿਸੇ ਵੀ ਜੀਵ ਦੇ ਨਿਮਿੱਤ ਜਦੋਂ ਅੰਤਿਮ ਅਰਦਾਸ ਕਰ ਦਿੱਤੀ, ਤੇ ਕੀ ਸਾਨੂੰ ਆਪਣੇ ਇਸ਼ਟ ਦੇ ਉੱਪਰ ਵਿਸ਼ਵਾਸ ਨਹੀਂ ਕਿ ਅੰਤਿਮ ਅਰਦਾਸ ਤੋਂ ਬਾਅਦ ਫਿਰ ਇੱਕ ਅਰਦਾਸ ਦੀ ਲੋੜ ਹੈ? ਸਾਡੀ ਸਿੱਖ ਰਹਿਤ ਮਰਿਆਦਾ 'ਚ ਕਿਤੇ ਨਹੀਂ ਲਿਖਿਆ, ਪਰ ਸਾਡੇ 'ਚ ਕਿੱਥੋਂ ਰਸਮ ਆ ਗਈ? ਕਿਉਂਕਿ ਗੁਰੂ ਪੁਰਾਣ ਕੀ ਕਹਿੰਦਾ ਹੈ? ਗੁਰੂ ਪੁਰਾਣ ਦੇ ਵਿੱਚ ਲਿਖਿਆ ਕਿ ਜਦੋਂ ਬੰਦਾ ਮਰ ਜਾਂਦਾ ਨਾ, ਹੁਣ ਤੁਸੀਂ ਇੰਡੀਆ ਤੋਂ ਜਦੋਂ ਅਮੈਰੀਕਾ ਆਉਂਦੇ ਹੋ, ਕਿਤੇ ਸਿੱਧੀ ਦਿੱਲੀ ਤੋਂ ਡਾਇਰੈਕਟ ਫਲਾਈਟ ਮਿਲ ਜਾਏ, ਏਅਰ ਇੰਡੀਆ ਦੀ ਗੱਲ ਵੱਖਰੀ, ਦੇ ਰਸਤੇ 'ਚ ਕਿਤੇ ਨਾ ਕਿਤੇ ਟ੍ਰਾਂਸਿਟ ਜ਼ਰੂਰ ਹੁੰਦਾ। ਹੁਣ ਬਿਲਕੁਲ ਗੁਰੂ ਪੁਰਾਣ ਨੇ ਇੱਕ ਟ੍ਰਾਂਸਿਟ ਬਣਾ ਲਿਆ। ਗੁਰੂ ਪੁਰਾਣ ਕਹਿੰਦਾ ਕਿ ਜਦੋਂ ਬੰਦਾ ਮਰ ਜਾਂਦਾ ਨਾ, ਸਭ ਤੋਂ ਪਹਿਲਾਂ ਪਿੱਤਰ ਲੋਕ 'ਚ ਜਾਂਦਾ ਹੈ, ਉਹ ਟ੍ਰਾਂਸਿਟ ਹੈ। ਪਿੱਤਰ ਲੋਕ ਦੇ ਵਿੱਚ ਬੰਦਾ 13 ਮਹੀਨੇ ਰਹਿੰਦਾ ਹੈ, ਫਿਰ ਅੱਗੋਂ ਉਹਦੇ ਕਰਮਾਂ ਦੇ ਮੁਤਾਬਕ ਫਲਾਈਟ ਮਿਲਦੀ ਹੈ, ਪਿੰਡ ਰਟਾਂ ਨੂੰ ਜਾਣਾ ਕਿ ਸਵਰਗ ਨੂੰ ਜਾਣਾ। ਉਹ ਜਿਹੜੇ 13 ਮਹੀਨੇ ਨੇ, ਪਿੱਤਰ ਲੋਕ ਦੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਨੇ, ਅਤੇ ਗੁਰੂ ਪੁਰਾਣ ਕਹਿੰਦਾ ਕਿ ਜਿੰਨਾ ਚਿਰ ਤੱਕ ਤੁਸੀਂ ਆਪਣੇ ਬਜ਼ੁਰਗਾਂ ਨੂੰ ਰੋਟੀ ਭੇਜਣੀ ਉੱਪਰ 13 ਮਹੀਨੇ ਤੋਂ ਪਹਿਲਾਂ ਭੇਜ ਦਿਉ। ਇਸੇ ਕਰਕੇ ਸਾਡੇ 'ਚ ਵੀ ਵਹਿਮ ਆ ਗਿਆ ਕਿ ਸਾਲ ਤੋਂ ਪਹਿਲਾਂ ਵਰੀਣਾ ਕਰ ਦਿਉ, ਮੁੜ ਕੇ ਦਰਵਾਜ਼ੇ ਬੰਦ ਹੋ ਜਾਂਦੇ। ਇਹ ਗੁਰੂ ਪੁਰਾਣ ਦੇ ਵਿੱਚ ਹੈ, ਸਾਡੇ ਧਰਮ ਦੇ ਵਿੱਚ ਨਹੀਂ। ਅਤੇ ਕਬੀਰ ਸਾਹਿਬ ਤਾਂ ਬੜਾ ਪਿਆਰਾ ਕਹਿੰਦੇ ਨੇ, ਕਹਿੰਦੇ ਜੀਵਤ ਪਿੱਤਰ ਨਾ ਮਾਨੇ ਕਉ, ਪੂਏ ਸਰਾਧ ਕਰਾਹੀ, ਪਿੱਤਰ ਵੀ ਵਪੁਰੇ ਕਹਾਂ ਕਿਉਂ ਪਾਵੇ, ਕਹੂਵੇ ਕੁੱਕਰ ਖਾਣੀ। ਜਿਉਂਦਿਆਂ ਮਾਂ ਬਾਪ ਨੂੰ ਪਾਣੀ ਦਾ ਘੁੱਟ ਨਹੀਂ ਪੁੱਛਣਾ, ਅਤੇ ਮਰਨ ਤੋਂ ਬਾਅਦ ਉੱਪਰੋਂ ਬਦਾਮ ਗਿਰੀਆਂ ਵੀ ਸੁੱਟ ਲਿਆ, ਫਿਰ ਤਾਂ ਮੂੰਹ ਖੋਲ ਖੋਲ ਕੇ ਘਿਓ ਵੀ ਪਾਉਂਦੇ ਆ, ਜਿਉਂਦਿਆਂ ਭਾਵੇਂ ਪਾਣੀ ਦਾ ਘੁੱਟ ਨਾ ਪੁੱਛੀ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਉਸਦੇ ਘਰ ਗਏ, ਪੁੱਛਦੇ ਨੇ ਦੁਨੀ ਚੰਦ ਕੀ ਕਰ ਲਿਆ? ਪਾਤਸ਼ਾਹ ਪਿਤਾ ਦਾ ਸ਼ਰਾਧ, ਦੁਨੀ ਚੰਦ ਇਹਦੇ ਨਾਲ ਕੀ ਹੋਵੇਗਾ? ਪਾਤਸ਼ਾਹ ਜਿਹੜੇ ਬਰਤਨ ਵਸਤਰ ਧਨ ਤੇ ਅੰਨ ਪਦਾਰਥ ਮੈਂ ਪੰਡਿਤ ਜੀ ਨੂੰ ਭੇਟਾ ਕਰਾਂਗਾ, ਉੱਪਰ ਪਹੁੰਚ ਜਾਵੇਗਾ। ਤੇ ਪਾਤਸ਼ਾਹ ਨੇ ਸੂਈ ਕੱਢ ਕੇ ਬਦਲਦੇ, ਹਾਫਿਜ਼ਾਬਾਦ ਵਾਲੀ ਜਨਮ ਸਾਖੀ ਦੇ ਸ਼ਬਦ, ਇੱਕ ਸੂਈ ਕੱਢ ਕੇ ਦੁਨੀ ਚੰਦ ਦੇ ਹੱਥ ਰੱਖ ਦਿੱਤੀ। ਦੁਨੀ ਚੰਦ ਜਿਹੜਾ ਪੰਡਿਤ ਆ ਵੇਖਣਾ, ਆਹ ਸੂਈ ਉਸਨੂੰ ਦੇ ਦੇਣੀ, ਜਿੱਥੇ ਉਸਨੇ ਤੇਰਾ ਅੰਨ ਪਦਾਰਥ, ਧਨ ਪਦਾਰਥ, ਵਸਤਰ, ਬਰਤਨ, ਹੋਰ ਚੀਜ਼ਾਂ ਤੇਰੇ ਬਾਪੂ ਵਾਸਤੇ ਉੱਪਰ ਭੇਜਣੀਆਂ, ਮੇਰੀ ਇੱਕ ਸੂਈ ਵੀ ਭੇਜ ਦੇਵੇ, ਮੈਂ ਉੱਪਰ ਜਾ ਕੇ ਲੈ ਲਊਂਗਾ। ਇਹ ਕਹਿ ਕੇ ਗੁਰੂ ਸਾਹਿਬ ਤਾਂ ਚਲੇ ਗਏ। ਪੰਡਿਤ ਜੀ ਆਏ, ਜਦੋਂ ਸਭ ਕੁਛ ਖਾਧਾ ਬਹੁਤ ਕੁਛ ਚੱਲਦਾ। ਇੱਥੇ ਹੁਣ ਤੁਹਾਡੇ ਨਿਊਕਲੀਅਰ ਮੈਡੀਸਨ ਦੀ ਪ੍ਰੋਫੈਸਰ ਹੈ ਟੋਰਾਂਟੋ ਦੇ ਵਿੱਚ, ਮੇਰੀ ਕਲਾਸਮੇਟ ਸੀ ਲੜਕੀ, ਹਿੰਦੂ ਪਰਿਵਾਰ ਦੇ ਵਿੱਚੋਂ, ਡਾਕਟਰ ਨੀਰਜਾ ਸ਼ਰਮਾ। ਉਹਨੇ ਮੈਨੂੰ ਇੱਕ ਵਾਰੀ ਗੱਲ ਦੱਸੀ, ਕਹਿੰਦੀ ਮੈਂ ਇੱਕ ਵਾਰੀ ਆਸਾ ਦੀ ਵਾਰ ਦਾ ਪਾਠ ਕਿਸੇ ਕੋਲ ਸੁਣ ਲਿਆ, ਕਹਿੰਦੀ ਉਹਨੂੰ ਬੜਾ ਵਧੀਆ ਲੱਗਾ, ਕਹਿੰਦੀ ਇੰਨਾ ਵਧੀਆ ਲੱਗਾ ਕਿ ਮੈਂ ਪੰਜਾਬੀ ਨਹੀਂ ਸੀ ਜਾਣਦੀ, ਮੈਂ ਅੰਗਰੇਜ਼ੀ ਦੇ ਵਿੱਚ ਅਤੇ ਹਿੰਦੀ 'ਚ ਗੁਟਕਾ ਮੰਗਾ ਕੇ ਪੜ੍ਹਿਆ। ਕਹਿੰਦੀ ਮੈਨੂੰ ਕੁਛ ਗੱਲਾਂ ਇੰਨੀਆਂ ਵਧੀਆ ਲੱਗੀਆਂ ਕਿ ਮੇਰੀ ਜ਼ਿੰਦਗੀ 'ਚੋਂ ਕਰਮ ਕਾਂਡ ਨਿਕਲ ਗਏ। ਪਰ ਕਹਿੰਦੀ ਕੁਦਰਤ, ਮੈਂ ਹੋਸਟਲ ਸੀ, ਇਸ ਨੂੰ ਮੈਂ ਆਪਣੀ ਕਿਤਾਬ 'ਚ ਜ਼ਿਕਰ ਕੀਤਾ ਆਪਣੀ 'ਚ, ਕਹਿੰਦੀ ਮੈਂ ਹੋਸਟਲ ਸੀ ਅਤੇ ਮੇਰੇ ਘਰੋਂ ਫੋਨ ਆਇਆ ਕਿ ਦਾਦਾ ਜੀ ਦੀ ਮੌਤ ਹੋ ਗਈ ਹੈ। ਕੁਦਰਤਨ ਜਾਣਾ ਸੀ, ਕਹਿੰਦੀ ਜਦੋਂ ਮੈਂ ਗਈ ਅਤੇ ਦਾਦਾ ਜੀ ਨੂੰ ਮੰਜੀ ਤੋਂ ਥੱਲੇ ਲਾਇਆ ਅਤੇ ਇੱਕ ਦੀਵਾ ਜਗਾਇਆ, ਕਹਿੰਦੀ ਮੈਂ ਪੰਡਿਤ ਜੀ ਨੂੰ ਪੁੱਛਿਆ ਦੀਵਾ ਕਿਉਂ ਜਗਾਇਆ, ਕਹਿੰਦਾ ਜੀ ਆਤਮਾ ਨੂੰ ਰਾਹ ਵਿਖਾਉਣ ਦੇ ਵਾਸਤੇ। ਅਤੇ ਕਹਿੰਦੀ ਮੈਂ ਕਿਹਾ ਕਿ ਵੱਡੀ ਸਾਰੀ ਟਾਰਚ ਰੱਖੋ, ਜੇ ਰਾਹ ਹੀ ਵਿਖਾਉਣਾ ਹੈ ਤਾਂ ਛੋਟੇ ਦੀਵੇ ਦੀ ਕੀ ਲੋੜ ਹੈ। ਕਹਿੰਦੀ ਸੰਸਕਾਰ ਕੀਤਾ,
ਉਹਦੇ ਤੋਂ ਬਾਅਦ ਕਹਿੰਦੀ ਤਿੰਨ ਚਾਰ ਪੰਜ ਦਿਨ ਹੋਏ ਤੇ ਪੰਡਿਤ ਜੀ ਰੋਜ਼ ਆ ਜਾਂਦੇ ਸੀ, ਪ੍ਰਸ਼ਾਦਾ ਛਕਣਾ, ਖੀਰ ਖਾਣੀ, ਕਦੀ ਗਜਰੇਲਾ ਖਾਣਾ, ਕਦੀ ਰਸਗੁੱਲੇ, ਕਦੀ ਗੁਲਾਬ ਜਾਮਨੂ। ਕਹਿੰਦੀ ਮੈਂ ਕਦੇ ਪੁੱਛ ਹੀ ਗਿਆ ਕਿ ਇੰਨਾ ਕੁਛ ਪੰਡਿਤ ਜੀ ਨੂੰ ਕਿਉਂ ਖਵਾਇਆ ਜਾਂਦਾ ਹੈ। ਕਹਿੰਦੀ ਤੇਰੇ ਦਾਦਾ ਜੀ ਤੱਕ ਪਹੁੰਚੇਗਾ। ਕਹਿੰਦੀ ਮੇਰੀ ਮਾਂ ਵੀ ਬੜੀ ਪੰਡਿਤ ਦੀ ਸ਼ਰਧਾਲੂ ਸੀ, ਇਹ ਜੋ ਕੁਛ ਖਵਾ ਰਹੇ ਹੈ ਨਾ ਤੇਰੇ ਦਾਦਾ ਜੀ ਤੱਕ ਪਹੁੰਚੇਗਾ। ਤੇ ਕਹਿੰਦੀ ਇੱਕ ਦਿਨ ਮੈਂ ਸੋਚਿਆ ਕਿ ਦਾਦਾ ਜੀ ਦੀ ਮੌਤ ਤੇ ਸ਼ੂਗਰ ਦੇ ਨਾਲ ਹੋਈ ਤੇ ਪੰਡਿਤ ਜੀ ਇੰਨਾ ਮਿੱਠਾ ਖਾਈ ਜਾਂਦੇ। ਕਹਿੰਦੀ ਜਦੋਂ ਚੌਥੇ ਦਿਨ ਆਇਆ, ਕਹਿੰਦੀ ਉਹਨੇ ਖੀਰ ਖਾਧੀ ਤੇ ਮੈਂ ਇੰਸੂਲੀਨ ਦਾ ਇੰਜੈਕਸ਼ਨ ਲੈ ਕੇ ਲਾਗੇ ਬੈਠੀ। ਕਹਿੰਦੀ ਮੈਂ ਕਿਹਾ ਪੰਡਿਤ ਜੀ ਜਦੋਂ ਬਾਪੂ ਜੀ ਖੀਰ ਖਾ ਲਈ ਤੇ ਅਸੀਂ ਸਾਨੂੰ ਟੀਕਾ ਲਾਉਣਾ ਪੈਂਦਾ ਸੀ, ਹੁਣ ਜੇ ਤੁਹਾਡੀ ਖਾਧੀ ਖੀਰ ਮੇਰੇ ਬਾਪੂ ਤੱਕ ਪਹੁੰਚ ਗਈ ਤੇ ਟੀਕਾ ਵੀ ਕੁਝ ਤੁਸੀਂ ਲਵਾਇਆ ਕਰੋ, ਦਵਾਈ ਵੀ ਪਹੁੰਚਣੀ ਚਾਹੀਦੀ। ਕਹਿੰਦੀ ਉਹਦੇ ਤੋਂ ਬਾਅਦ ਪੰਡਿਤ ਫੇਰ ਨਹੀਂ ਆਇਆ ਸਾਡੇ ਕੋਲ। ਔਰ ਬਿਲਕੁਲ ਇੰਝ ਹੁੰਦਾ ਹੈ, ਪਿੱਛੇ ਜੇ ਮੇਰੇ ਡਰਾਈਵਰ ਦੀ ਮਾਤਾ ਦੀ ਡੈਥ ਹੋ ਗਈ ਹਿੰਦੂ ਪਰਿਵਾਰ ਦੇ ਵਿੱਚੋਂ, ਤੇ ਜਦੋਂ ਉਹ ਪਿੰਡ ਭਰਾਉਣ ਵਾਸਤੇ ਗਿਆ ਤੇ ਕਹਿੰਦਾ ਵੀਰ ਜੀ ਬਹੁਤ ਗਰੀਬ ਨੇ ਵਿਚਾਰੇ, ਹੁਣ ਤਾਂ ਛੱਡ ਗਏ ਹੋਜੇ ਕਰਮਕਾਂਡ, ਪਰ ਉਹਨੇ ਮੈਨੂੰ ਆਪ ਹੀ ਦੱਸਿਆ। ਮੈਂ ਹੱਡ ਕੀਤੀ ਇਸ ਕਰਕੇ ਸਾਂਝਾ ਕਰ ਰਿਹਾ ਕਿ ਸਾਡੀ ਜ਼ਿੰਦਗੀ 'ਚ ਕਰਮਕਾਂਡ ਕਿਸ ਤਰ੍ਹਾਂ ਵੜ ਚੁੱਕੇ ਨੇ, ਕਿਵੇਂ ਕੱਢੀਏ ਇਹਨਾਂ ਨੂੰ। ਕਹਿੰਦਾ ਵੀਰ ਜੀ ਜਦੋਂ ਪਿੰਡ ਭਰਾਉਣ ਦੇ ਵੇਲੇ ਪੰਡਿਤ ਕੋਲ ਗਏ ਤੇ ਪੰਡਿਤ ਕਹਿੰਦਾ ਵੀ ਇਹ ਦੱਸ ਕੇ ਮਾਤਾ ਦੇ ਉੱਪਰ ਕਮਰਾ ਕਿਵੇਂ ਦੇ ਚਾਹੀਦਾ, ਸਰਪੰਚ 2100 ਵਾਲਾ, 3100 ਵਾਲਾ, 5000 ਵਾਲਾ, 11000 ਵਾਲਾ। ਕਹਿੰਦਾ ਮੈਂ ਕਿਹਾ ਜੀ ਮੈਂ ਤਾਂ ਗਰੀਬ ਆ, ਗੱਡੀ 'ਚ ਬੋਲਦਾ, 1100 ਵਾਲਾ ਕਮਰਾ ਦੇ ਦਿਉ। ਫਿਰ ਕਹਿੰਦਾ ਕਿ ਮਾਤਾ ਨੂੰ ਮੰਜਾ ਕਿਹੜਾ ਚਾਹੀਦਾ, ਕੁਈਨਸ ਬੈੱਡ ਚਾਹੀਦਾ, ਡਬਲ ਬੈੱਡ ਚਾਹੀਦਾ ਕਿ ਫੋਲਡਿੰਗ ਬੈੱਡ, ਨਾ ਤਾਂ ਜ਼ਿਆਦਾ ਹੋ ਗਿਆ 1400 ਰੁਪਈਏ ਦਾ। ਕਹਿੰਦਾ ਉਹਦਾ ਵੀ 1400 ਰਖਾ ਲਿਆ। ਕਹਿੰਦਾ ਫਿਰ ਕਹਿੰਦਾ ਮਾਤਾ ਨੇ ਉੱਪਰ ਜਾਣਾ, ਕਹਿੰਦਾ 1200 ਰੁਪਈਆ ਹੋਰ ਜਮ੍ਹਾਂ ਕਰਾ। ਕਹਿੰਦਾ ਮੈਂ ਉਹ ਕਹਿੰਦਾ ਕਹਿੰਦਾ ਇੱਕ ਛੱਤਰੀ ਗਟਾਰ 'ਚ ਇੱਕ ਡੰਡਾ। ਕਹਿੰਦਾ ਮੈਂ ਕਿਹਾ ਮਾਤਾ ਨੂੰ ਸਰਗਾਂ 'ਚ ਭੇਜਣ ਲੱਗੇ ਕਿ ਜੰਗਲ 'ਚ ਸ਼ਿਕਾਰ ਕਰਕੇ ਭਿੜੋ, ਕਰ ਕੀ ਰਹੇ ਹੋ। ਪਰ ਇਹ ਸਭ ਕੁਛ ਧਰਮ ਦੇ ਨਾਂ 'ਤੇ ਹੁੰਦਾ ਹੈ ਤੇ ਉਹ ਲੋਕ ਜ਼ਿੰਮੇਵਾਰ ਨਹੀਂ ਹੈ, ਜ਼ਿੰਮੇਵਾਰ ਕਿਤੇ ਨਾ ਕਿਤੇ ਅਸੀਂ ਵੀ ਹਾਂ। ਅਸੀਂ ਇਹਨਾਂ ਚੀਜ਼ਾਂ ਦੇ ਸ਼ਿਕਾਰ ਹੁੰਦੇ ਹਾਂ। ਕਿਉਂ? ਕਿਉਂਕਿ ਅਸੀਂ ਰੋਜ਼ ਆਸਾ ਦੀ ਵਾਰ ਪੜ੍ਹਦੇ ਹਾਂ। ਮਾਫ਼ ਕਰਨਾ, ਮੈਂ ਤਾਂ ਹੈਰਾਨ ਹੋ ਜਾਂਦਾ ਕਿ ਇੱਕ ਹਿੰਦੂ ਬੱਚੀ ਨੇ ਕਿਹਾ ਕਿ ਮੈਂ ਇੱਕੋ ਵਾਰੀ ਆਸਾ ਦੀ ਵਾਰ ਸੁਣੀ ਤੇ ਮੈਂ ਆਪਣੇ ਘਰ ਦੇ ਵਿੱਚੋਂ ਬ੍ਰਾਹਮਣ ਨੂੰ ਭਜਾ ਦਿੱਤਾ। ਰੋਜ਼ ਸੁਣ ਕੇ ਬ੍ਰਾਹਮਣ ਬਾਦ ਨਹੀਂ ਭਜਾ ਸਕੇ। ਸਵਾਲ ਸਾਡੇ ਸਾਹਮਣੇ ਆ, ਉਹ ਹਿੰਦੂ ਬੱਚੇ ਕਹਿੰਦੇ ਮੈਂ ਇੱਕੋ ਵਾਰੀ ਆਸਾ ਦੀ ਵਾਰ ਨੂੰ ਸੁਣਿਆ ਤੇ ਘਰ 'ਚੋਂ ਬ੍ਰਾਹਮਣ ਨੂੰ ਭਜਾ ਦਿੱਤਾ। ਅਸੀਂ ਰੋਜ਼ ਸੁਣਦੇ ਹਾਂ ਘਰ 'ਚੋਂ ਬ੍ਰਾਹਮਣ ਬਾਦ ਨਹੀਂ ਭਜਾ ਸਕੇ, ਬ੍ਰਾਹਮਣ ਤਾਂ ਵੜਿਆ ਨਹੀਂ ਸੀ, ਬ੍ਰਾਹਮਣ ਬਾਅਦ ਵੜਿਆ ਸੀ, ਉਹ ਨਹੀਂ ਭਜਾ ਸਕੇ। ਹੁਣ ਪੰਡਿਤ ਜੀ ਆਏ ਦੁਨੀਆ ਚੰਦ ਦੇ ਘਰ, ਬੜਾ ਕੁਝ ਛਕਿਆ, ਮਹਾਂਮੁਕਤੀ ਮੰਤਰ ਦਿੱਤਾ ਤੇ ਜਦੋਂ ਮਹਾਂਮੁਕਤੀ ਮੰਤਰ ਦੇਣ ਲੱਗੇ ਤੇ ਦੁਨੀਆ ਚੰਦ ਨੇ ਗੁਰੂ ਨਾਨਕ ਸਾਹਿਬ ਦੀ ਸੂਈ ਕੱਢ ਕੇ ਰੱਖ ਦਿੱਤੀ। ਪਾਤਸ਼ਾਹ ਘਰ ਇੱਕ ਮਹਾਤਮਾ ਆਏ ਸੀ ਪੰਡਿਤ ਜੀ, ਆ ਸੂਈ ਦੇ ਗਏ ਨੇ, ਕਹਿੰਦੇ ਸੀ ਮੈਂ ਉੱਪਰ ਜਾ ਕੇ ਵਾਪਸ ਲੈ ਲੂੰਗਾ। ਤੇ ਹੁਣ ਪੰਡਿਤ ਜੀ ਪਸੀਨੇ ਪਸੀਨੀ ਹੋ ਗਏ ਕਿ ਸੂਈ ਦੇ ਉੱਪਰ ਜਾ ਨਹੀਂ ਸਕਦੇ, ਵਾਪਸ ਕਰ ਦਿੱਤੀ। ਕਹਿੰਦਾ ਨਹੀਂ ਦੁਨੀਆ ਚੰਦ, ਬਾਕੀ ਸਭ ਕੁਝ ਤੇ ਠੀਕ ਹੈ, ਸੂਈ ਨਹੀਂ ਉੱਪਰ ਜਾ ਸਕਦੇ। ਪੰਡਿਤ ਜੀ ਚਲੇ ਗਏ, ਦੁਨੀਆ ਚੰਦ ਹੁਣ ਬੜਾ ਪਰੇਸ਼ਾਨੀ ਦੇ ਵਿੱਚ, ਘਰ ਵਾਲੀ ਪੁੱਛਦੀ ਕੀ ਗੱਲ ਹੋਈ। ਕਹਿੰਦਾ ਮਹਾਤਮਾ ਆਏ ਸੀ, ਇੰਨੀ ਕੁ ਡਿਊਟੀ ਲਾ ਕੇ ਗਏ ਸੀ ਕਿ ਆ ਸੂਈ ਉੱਪਰ ਪਹੁੰਚਾਉਣੀ ਆ। ਪੰਡਿਤ ਜੀ ਇਨਕਾਰ ਕਰ ਗਏ ਨੇ, ਕਹਿੰਦੀ ਮਹਾਤਮਾ ਕਰਨੀ ਵਾਲੇ ਸੀ, ਸੂਈ ਜਾ ਕੇ ਵਾਪਸ ਲੈ ਆਈ। ਜਿੱਥੇ ਗੁਰੂ ਨਾਨਕ ਸਾਹਿਬ ਬਾਹਰ ਬੈਠੇ ਸੀ ਲਾਹੌਰ ਸ਼ਹਿਰ ਦੇ ਬਾਹਰ, ਸੂਈ ਲੈ ਕੇ ਵਾਪਸ ਆ ਗਿਆ, ਕੱਢ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਰੱਖ ਦਿੱਤੀ। ਪਾਤਸ਼ਾਹ ਇਹ ਸੂਈ ਪੰਡਿਤ ਕਹਿੰਦਾ ਉੱਪਰ ਨਹੀਂ ਜਾ ਸਕਦੀ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬੜਾ ਪਿਆਰਾ ਉਪਦੇਸ਼ ਦਿੱਤਾ, ਜਿਹੜਾ ਅਸੀਂ ਰੋਜ਼ ਆਸਾ ਦੀ ਵਾਰ 'ਚ ਪੜ੍ਹਦੇ ਹਾਂ ਅਮਲ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਨੇ ਕਿਹਾ ਦੁਨੀ ਚੰਦ ਮੈਂ ਤੈਨੂੰ ਇੱਕ ਉਦਾਹਰਣ ਦਿੰਦਾ, ਜੇ ਮੁਹਾਕਾ ਕਰਮ ਹੋਏ, ਮੁਹਾਕਾ ਕਹਿੰਦੇ ਨੇ ਚੋਰ, ਜੇ ਚੋਰ ਦੇ ਘਰ 'ਚ ਉਹਦੇ ਪਿਓ ਦੀ ਮੌਤ ਹੋ ਜਾਵੇ, ਜੇ ਮੁਹਾਕਾ ਕਰਮ ਹੋਏ ਉਹਦੇ ਘਰ 'ਚ ਮੌਤ ਹੋਵੇ, ਘਰ ਮੈਂ ਪਿਤਰੀ ਦੇ, ਉਹ ਵੀ ਘਰ 'ਚ ਆਪਣੇ ਪੰਡਿਤ ਨੂੰ ਸੱਦੇਗਾ ਨਾ, ਸ਼ਰਾਧ ਕਰੇਗਾ ਵੀ ਲੋਕਾਂ ਦੇ ਬਾਪੂ ਪਿੱਤਰ ਲੋਕ 'ਚ ਬੈਠੇ ਖੀਰ ਤੇ ਗੁਲਾਬ ਜਾਮ ਨੂੰ ਖਾਈ ਜਾਂਦੇ, ਮੇਰਾ ਪਿਓ ਭੁੱਖਾ ਕਿਉਂ ਰਹੇ, ਘਰ ਮੈਂ ਪਿਤਰੀ ਦੇ। ਪਰ ਉਹਦੇ ਘਰ ਜੋ ਕੁਛ ਵੀ ਹੈ ਸਾਰਾ ਹੀ ਚੋਰੀ ਦਾ, ਬਰਤਨ ਚੋਰੀ ਦੇ, ਵਸਤਰ ਚੋਰੀ ਦੇ, ਧਨ ਚੋਰੀ ਦਾ, ਅੰਨ ਪਦਾਰਥ ਚੋਰੀ ਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਸੱਚਮੁੱਚ ਹੀ ਚੋਰੀ ਦੀਆਂ ਚੀਜ਼ਾਂ ਪੰਡਿਤ ਉੱਪਰ ਭੇਜ ਦੇਵੇ ਤੇ ਫਿਰ ਅੱਗੇ ਵਸਤ ਸਿਆਣੀਏ, ਜਿਨ੍ਹਾਂ ਦੇ ਘਰ 'ਚੋਂ ਸਮਾਨ ਚੋਰੀ ਕੀਤਾ ਉਹਨਾਂ ਦੇ ਵੱਡੇ ਵਡੇਰੇ ਮਰ ਕੇ ਵੀ ਉੱਥੇ ਬੈਠੇ ਹੈ ਨਾ, ਪਿੱਤਰੀ ਚੋਰ ਕਰੇ ਉਹਨਾਂ ਚੋਰ ਦਾ ਬਾਪੂ ਢਾ ਲੈਣਾ, ਤੁਹਾਡਾ ਮੁੰਡਾ ਥੱਲੇ ਸਮਾਨ ਚੋਰੀ ਕਰਕੇ ਉੱਪਰ ਭੇਜੀ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਨਹੀਂ ਕਰੇ, ਅੱਗੇ ਵਸਤ ਸਿਆਣੀਏ, ਪਿੱਤਰੀ ਚੋਰ ਕਰੇ ਉਹਨਾਂ ਕਹਿਣਾ ਤੁਹਾਡਾ ਮੁੰਡਾ ਥੱਲੇ ਸਮਾਨ ਚੋਰੀ ਕਰਕੇ ਉੱਪਰ ਭੇਜੀ ਜਾਂਦਾ, ਫਿਰ ਦੋਸ਼ੀ ਕੌਣ ਹੈ, ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਪਰ ਕੁਝ ਵੀ ਇਹ ਪਖੰਡ ਨਾਲ ਨਹੀਂ ਜਾਣਗੇ, ਨਾਨਕ ਅੱਗੇ ਸੇ ਮਿਲੇ ਜਿਹੇ ਖੱਟੇ ਕਰ ਦੇ। ਤੁਹਾਡਾ ਸ਼ਬਦ ਦੇ ਨਾਲ ਜੁੜਨਾ, ਗੁਰੂ ਦੀ ਗੋਦ 'ਚ ਬੈਠੇ ਬੁੱਧੀ ਸਮੇਲਦਾ ਹੈ, ਸਾਡੇ 'ਚ ਭਰਮ ਆ ਕਿੱਥੋਂ ਸਕਦਾ ਹੈ, ਅਸੀਂ ਭਰਮ ਦੇ ਸ਼ਿਕਾਰ ਹੋ ਕਿਵੇਂ ਸਕਦੇ ਹਾਂ, ਪਰ ਅਸੀਂ ਦੇਹਾਂ ਦੇ ਨਾਲ ਜੁੜ ਗਏ। 1500 ਦੇ ਕਰੀਬ ਦੀ ਘਟਨਾ ਹੈ,
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਜਰਾਤ ਗਏ, ਇਹ ਪਾਕਿਸਤਾਨ ਵਾਲਾ ਗੁਜਰਾਤ। ਉੱਥੇ ਇੱਕ ਘਰ ਦੇ ਸਾਹਮਣੇ ਬੈਠੇ ਨੇ, ਬੜੇ ਅਮੀਰ ਦਾ ਘਰ ਹੋਵੇਗਾ ਕਿਉਂਕਿ ਜਿਹੜੀ ਕਾਲਗਰੁੱਪ ਵਾਲੀ ਜਨਮ ਸਾਖੀ ਹੈ, ਜਿਸਨੂੰ ਹਾਫਿਜ਼ਾਬਾਦ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਹੈ, ਵਲੈਤ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਹੈ। ਉਹਦੇ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਇੱਕ ਸਵਾਲ ਕੀਤਾ ਹੈ, ਜੇ ਕਿਸਕਾ ਗ੍ਰਹਿ ਹੈ ਚਾਰ ਧਵਜ ਝੂਲਦੇ ਹਨ, ਇਹ ਕਿਸਦਾ ਘਰ ਹੈ ਜਿਹਦੇ ਘਰ ਦੇ ਵਿੱਚ ਚਾਰ ਝੰਡੇ ਝੂਲ ਰਹੇ ਨੇ। ਸ਼ਾਇਦ ਅਸੀਂ ਪੰਜਾਬ 'ਚ ਸਾਡੀ ਆਮ ਹੀ ਕਹਾਵਤ ਹੁੰਦੀ ਸੀ, ਕਿਸੇ ਨੇ ਕਹਿਣਾ ਤੇਰੇ ਕੋਲ ਕੀ ਹੈ, ਦੂਜੇ ਨੇ ਕਹਿਣਾ ਜੇ ਮੇਰੇ ਕੋਲ ਕੁਛ ਨਹੀਂ ਤੇਰੇ ਕਿਹੜੇ ਝੰਡੇ ਝੂਲਦੇ ਹੈ। ਮੁਗਲ ਰਾਜ ਤੋਂ ਲੈ ਕੇ ਬ੍ਰਿਟਿਸ਼ ਤੱਕ ਇੱਕ ਪਰੰਪਰਾ ਰਹੀ ਹੈ ਕਿ ਜਿਸ ਘਰ ਦੇ ਵਿੱਚ 1,00,000 ਸੋਨੇ ਦੀਆਂ ਮੋਹਰਾਂ ਹੋਣ, ਉਹ ਆਪਣੇ ਘਰ ਦੇ ਉੱਪਰ ਡੈਕਲੇਰੇਸ਼ਨ ਦੇ ਵਾਸਤੇ ਇੱਕ ਝੰਡਾ ਚਲਾ ਸਕਦਾ ਸੀ। ਪੰਜਾਬ ਦੇ ਵਿੱਚ ਦੁਆਬੇ 'ਚ ਅੱਪਰਾ ਪਿੰਡ ਹੈ, ਮੈਂ ਪੜ੍ਹ ਰਿਹਾ ਸੀ ਬ੍ਰਿਟਿਸ਼ ਸਮੇਂ ਦੇ ਕੁਛ ਗਜ਼ਟੀਅਰ ਕਿ ਸਭ ਤੋਂ ਵੱਧ ਉੱਥੇ ਝੰਡੇ ਝੂਲਦੇ ਹੁੰਦੇ ਸੀ ਕਿਉਂਕਿ ਸਾਰੇ ਪਿੰਡ 'ਚ ਸੁਨਿਆਰੇ ਪੁੱਤਰ ਹੁੰਦੇ, ਪੈਸਾ ਬਹੁਤ ਸੀ। ਸੋ ਜਿਸ ਘਰ ਦੇ ਵਿੱਚ ਉਸ ਵੇਲੇ ਚਾਰ ਝੰਡੇ ਝੂਲ ਰਹੇ ਨੇ, ਕੁਦਰਤਨ ਅਮੀਰ ਵਪਾਰੀ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ। ਜਦੋਂ ਗੁਰੂ ਨਾਨਕ ਸਾਹਿਬ ਵਾਪਸ ਚੱਲਣ ਲੱਗੇ, ਹੁਣ ਸਮਝੀਏ ਕਿ ਜੁੜਨਾ ਕਿੱਥੇ ਹੈ, ਉਸਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕਦਮਾਂ 'ਤੇ ਸੇਵਾ ਕਰਤਾ, ਪਾਤਸ਼ਾਹ ਇਹ ਵਿਛੋੜਾ ਸਿਆ ਨਹੀਂ ਜਾ ਰਿਹਾ ਮੇਰੇ ਕੋਲ, ਪਾਤਸ਼ਾਹ ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ, ਤੁਸੀਂ ਜਾ ਰਹੇ ਹੋ ਮੈਂ ਕਿਵੇਂ ਜੀਵਾਂਗਾ, ਮੈਂ ਤੇ ਰਹਿ ਨਹੀਂ ਸਕਦਾ ਤੁਹਾਡੇ ਤੋਂ ਬਿਨਾਂ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਨੇ, ਉਸਦਾ ਨਾਮ ਸੌਣ ਸੀ, ਕਹਿੰਦੇ ਬਾਬਾ ਸੌਣ ਜੇ ਤੇ ਤੂੰ ਮੇਰੇ ਸਰੀਰ ਦੇ ਨਾਲ ਜੁੜਿਆ ਤੇ ਫਿਰ ਕਦੀ ਮਿਲਾਪ ਹੋ ਹੀ ਨਹੀਂ ਸਕਦਾ ਕਿਉਂਕਿ ਵਿਛੋੜਾ ਪਵੇਗਾ ਹੀ। ਜਿੰਨੇ ਵੀ ਅਸੀਂ ਬੈਠੇ ਹਾਂ ਸਰੀਰ ਕਰਕੇ ਕਿਸੇ ਨੇ ਵੀ ਇੱਥੇ ਨਹੀਂ ਰਹਿਣਾ। ਜਦੋਂ ਅਸੀਂ ਮੌਤ ਦੇ ਬਾਰੇ ਪੜ੍ਹਦੇ ਹਾਂ, ਜਿੰਨੀਆਂ ਵੀ ਮੌਤ ਦੇ ਉੱਪਰ ਕਿਤਾਬਾਂ ਨੇ, ਤੇ ਅਖੀਰ ਤੇ ਜਾ ਕੇ ਜਿੰਨੇ ਵੀ ਇਸ ਵਿਸ਼ੇ ਦੇ ਉੱਪਰ ਕੰਮ ਕਰਨ ਵਾਲੇ ਖੋਜੀ ਨੇ, ਉਹ ਕਹਿੰਦੇ ਨੇ ਕਿ ਮੋਸਟ ਅਨਅੰਡਰਸਟੈਂਡੇਬਲ ਮਿਸਟਰੀ। ਪਰ ਜਦੋਂ ਅਸੀਂ ਅਧਿਆਤਮਕਵਾਦ ਦੀਆਂ ਕਿਤਾਬਾਂ ਪੜ੍ਹਦੇ ਹਾਂ, ਤੇ ਜਿਹੜਾ ਫਲਸਫਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤਾ, ਇਸ ਜੋਤ ਨੇ ਸੱਚ ਜਾਣਿਆ ਦੁਨੀਆਂ ਦੇ ਕਿਸੇ ਵੀ ਧਾਰਮਿਕ ਫਲਸਫੇ ਦੇ ਵਿੱਚ ਤੁਹਾਨੂੰ ਇਹ ਨਹੀਂ ਮਿਲੇਗਾ। ਜਦੋਂ ਕਿਸੇ ਦੀ ਮੌਤ ਹੁੰਦੀ ਹੈ, ਵੈਸੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਭਨਾ ਸਹੁਰੇ ਵੰਜਣਾ ਸਭ ਨੂੰ ਗੁਲਾਮਣ ਹਾਰ, ਨਾਨਕ ਧਨ ਸੁਭਾਗਣੀ ਜਿਨ ਸੋਨਾਰ ਪਿਆਸ਼, ਸਾਰੇ ਅਸੀਂ ਚਲੇ ਜਾਣਾ। ਪਰ ਜਦੋਂ ਮੌਤ ਹੋ ਜਾਂਦੀ ਹੈ, ਦੋ ਸ਼ਬਦ ਅਕਸਰ ਵਰਤੇ ਜਾਂਦੇ ਨੇ, ਕੀ ਕਿਹਾ ਜਾਂਦਾ ਹੈ ਕਿ ਫਲਾਣੇ ਦੇ ਸਵਾਸ ਨਿਕਲ ਗਏ, ਇਸਦਾ ਮਤਲਬ ਸਵਾਸਾਂ ਦਾ ਨਿਕਲ ਜਾਣਾ ਵੀ ਮੌਤ ਹੈ। ਇੱਕ ਸ਼ਬਦ ਵਰਤਿਆ ਜਾਂਦਾ ਹੈ ਫਲਾਣੇ ਦੇ ਸਵਾਸ ਪੂਰੇ ਹੋ ਗਏ, ਇਸਦਾ ਮਤਲਬ ਸਵਾਸਾਂ ਦਾ ਪੂਰੇ ਹੋ ਜਾਣਾ ਵੀ ਮੌਤ ਹੈ। ਅਧਿਆਤਮਕ ਵਾਦ ਤੇ ਗੁਰਬਾਣੀ ਦੇ ਅਨੁਭਵ ਦੇ ਨਜ਼ਰੀਏ ਦੇ ਵਿੱਚ ਵਿਚਾਰੀਏ ਤੇ ਗੱਲ ਹੈ ਕਿ ਇੱਕ ਵੀ ਸਾਹ ਅੱਗੇ ਪਿੱਛੇ ਨਹੀਂ ਹੋ ਸਕਦਾ। ਕਹਾ ਵਿਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਨਕਾ, ਇਹ ਵੀ ਨਹੀਂ ਇਜਾਜ਼ਤ ਕਿ ਜਿਹੜਾ ਅੰਦਰ ਸਾਹ ਗਿਆ ਹੈ ਉਹ ਬਾਹਰ ਆਵੇਗਾ, ਤੇ ਇਹ ਵੀ ਨਹੀਂ ਕਿ ਜਿਹੜਾ ਸਾਹ ਬਾਹਰ ਕੱਢਿਆ ਦੁਬਾਰਾ ਲੈ ਸਕਦੇ। ਸਾਹਾਂ ਦਾ ਪੂਰੇ ਹੋ ਜਾਣਾ ਵੀ ਮੌਤ ਹੈ ਤੇ ਸਵਾਸ ਦਾ ਨਿਕਲ ਜਾਣਾ ਵੀ ਮੌਤ ਹੈ। ਪਰ ਜੇ ਤੁਸੀਂ ਦੀ ਉਦਾਹਰਨ ਵੇਖਣੀ ਹੋਵੇ ਤਾਂ ਮੈਨੂੰ ਦੁਨੀਆਂ ਦੇ ਕਿਸੇ ਧਰਮ ਗ੍ਰੰਥ 'ਚ ਨਹੀਂ ਲੱਭੀ, ਕੇਵਲ ਤੇ ਕੇਵਲ ਸ਼ਬਦ ਗੁਰੂ ਤੋਂ ਬਿਨਾਂ। ਅਸੀਂ ਰੋਜ਼ ਪੜ੍ਹਦੇ ਹਾਂ ਕੋ ਰਹੇ ਨਾ ਭਰੀਏ ਪਾਈਏ, ਜਾਂ ਗੁਰਬਾਣੀ ਚਾਹੁੰਦਾ ਮੁਹਲਤ ਪੁੰਨੀ ਪਾਈ ਭਰੀ ਜਾਨੀੜਾ ਕੱਤ ਚਲਾਇਆ। ਮੁਹਲਤ ਪੁੰਨੀ ਪਾਈ ਭਰੀ, ਪੁਰਾਣੇ ਸਮਿਆਂ ਦੇ ਵਿੱਚ ਵਕਤ ਨੂੰ ਮਾਪਣ ਦਾ ਇੱਕ ਯੰਤਰ ਹੁੰਦਾ ਸੀ, ਜਦੋਂ ਘੜੀਆਂ ਨਹੀਂ ਸੀ ਹੁੰਦੀਆਂ, ਉਸਨੂੰ ਪਾਈ ਕਿਹਾ ਜਾਂਦਾ ਸੀ। ਇੱਕ ਤਾਂਬੇ ਦੀ ਕਟੋਰੀ ਹੁੰਦੀ ਸੀ 12 ਉਂਗਲ ਡੂੰਗੀ, ਉਹਦੇ 'ਚ ਇੱਕ ਸੂਈ ਦੇ ਨਿਰਕੇ ਜਿੰਨਾ ਛੇਕ ਹੁੰਦਾ ਸੀ, ਉਸਨੂੰ ਪਾਣੀ ਦੇ ਭਰੇ ਇੱਕ ਭਾਂਡੇ 'ਚ ਰੱਖ ਦਿੱਤਾ ਜਾਂਦਾ ਸੀ, ਉਹਨੂੰ ਹੌਲੀ ਹੌਲੀ ਉਹਦੇ 'ਚ ਪਾਣੀ ਚੱਲਦਾ ਸੀ, ਅਤੇ ਜਦੋਂ ਭਰ ਜਾਂਦੀ ਸੀ ਡੁੱਬ ਜਾਂਦੀ ਸੀ। ਇਹਦਾ ਮਤਲਬ ਕਿ ਉਹਦਾ ਭਰ ਜਾਣਾ ਅਤੇ ਡੁੱਬ ਜਾਣਾ ਉਹ ਵੀ ਅੰਤ ਹੈ। ਉਹ ਤਕਰੀਬਨ 180 ਮਿੰਟ ਦੇ ਵਿੱਚ ਡੁੱਬਦੀ ਸੀ, ਜਿਸਨੂੰ ਇੱਕ ਪਹਿਰ ਕਿਹਾ ਜਾਂਦਾ ਸੀ, ਤਕਰੀਬਨ 180 ਮਿੰਟ, ਵੱਧ ਘੱਟ ਥੋੜ੍ਹੇ ਬਹੁਤੇ ਹੋ ਜਾਂਦੇ ਹੋਣਗੇ। ਉਸਨੂੰ ਪਾਈ ਕਿਹਾ ਜਾਂਦਾ ਸੀ, ਕੋ ਰਹੇ ਨਾ ਭਰੀਏ ਪਾਈਏ, ਜਦੋਂ ਸਵਾਸਾਂ ਦੀ ਜਿਹੜੀ ਪਾਈ ਉਹ ਭਰ ਗਈ ਉਦੋਂ ਸਰੀਰ ਨੇ ਡੁੱਬ ਜਾਣਾ। ਦੂਸਰਾ ਸਵਾਸਾਂ ਦਾ ਨਿਕਲ ਜਾਣਾ, ਛਿਨ ਛਿਨ ਔਤ ਬਿਹਾਤ ਹੈ ਫੂਟੇ ਘੱਟ ਜਿਉਂ,
ਤਿੜਕੇ ਹੋਏ ਘੜੇ ਦੇ ਵਿੱਚੋਂ ਪਾਣੀ ਵੀ ਬੂੰਦ ਬੂੰਦ ਨਿਕਲ ਜਾਵੇਗਾ ਤੇ ਘੜੇ ਦਾ ਖਾਲੀ ਹੋ ਜਾਣਾ ਵੀ ਮੌਤ ਹੈ। ਸੋ ਇਹ ਦੋ ਫਲਸਫੇ ਜਿਹੜੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਮੈਨੂੰ ਦੁਨੀਆਂ ਦੇ ਕਿਸੇ ਵੀ ਅਧਿਆਤਮਿਕ ਗ੍ਰੰਥ ਦੇ ਵਿੱਚ ਨਹੀਂ ਮਿਲਦੇ ਕਿ ਸਵਾਸਾਂ ਦਾ ਪੂਰੇ ਹੋ ਜਾਣਾ ਵੀ ਮੌਤ ਹੈ ਤੇ ਸਵਾਸਾਂ ਦਾ ਨਿਕਲ ਜਾਣਾ ਵੀ ਮੌਤ ਹੈ, ਇੱਕ ਵੀ ਸਵਾਸ ਅੱਗੇ ਪਿੱਛੇ ਨਹੀਂ ਹੋ ਸਕਦਾ। ਅਨੇਕ ਯਤਨ ਕਰ ਕਾਲ ਸਤਾਏ ਮਰਨ ਲਿਖਾਏ ਮੰਡਲ ਮੇਲ। ਜਦੋਂ ਉਹ ਵਕਤ ਆ ਜਾਣਾ ਜਿੱਤ ਦਿਹਾੜੇ ਧੰਨ ਵਰੀ ਸਾਹੇ ਲਏ ਲਿਖਾਏ ਮੁਲਕ ਚ ਕੰਨੀ ਸੁਣੀਦਾ। ਅਰਬੀ ਭਾਸ਼ਾ ਦਾ ਸ਼ਬਦ ਹੈ ਮਲਕੁਲ ਮੌਤ, ਮੌਤ ਦਾ ਫਰਿਸ਼ਤਾ ਜ਼ਿਬਰਾਇਲ। ਮਲਕ ਚ ਕੰਨੀ ਸੁਣੀਦਾ ਮੂੰਹ ਦਿਖਾ ਲੈ ਆਏ ਸਾਹੇ ਲਿਖੇ ਨਾ ਚੰਨੀ ਜਿੰਦੂ ਕੋ ਸਮਝਾਏ ਜਿੰਦ ਨਮਾਣੀ ਕੱਢੀ ਹੱਡਾਂ ਤੂੰ ਕੜਕਾਏ ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰ ਨਾ। ਅਕਸਰ ਸਾਰਿਆਂ ਇਸ ਜਗ੍ਹਾ ਤੋਂ ਇਸ ਸੰਸਾਰ ਤੋਂ ਚਲੇ ਜਾਣਾ। ਹੁਣ ਗੁਰੂ ਨਾਨਕ ਸਾਹਿਬ ਇਹੀ ਗੱਲ ਸਮਝਾਉਂਦੇ ਨੇ, ਕਹਿੰਦੇ ਨੇ ਵੇਖ ਬਾਬਾ ਸੌਣ, ਜੇ ਤੇ ਤੂੰ ਜੁੜੇਗਾ ਦੇਹ ਦੇ ਨਾਲ ਤੇ ਮਿਲਾਪ ਕਦੀ ਹੋ ਹੀ ਨਹੀਂ ਸਕਦਾ, ਤੇ ਜੇ ਤੂੰ ਜੁੜੇਗਾ ਸ਼ਬਦ ਦੇ ਨਾਲ ਫਿਰ ਵਿਛੋੜਾ ਕਦੀ ਪੈ ਹੀ ਨਹੀਂ ਸਕਦਾ। ਕਿ ਸੱਜਣ ਮਿਲੇ ਨਾ ਵਿਛੜੇ ਜੇ ਆਪ ਮਿਲੇ, ਤੇ ਕਰਤਾਰ ਦੇ ਨਾਲ ਮਿਲਾਪ ਦਾ ਸਾਧਨ ਕੀ ਹੈ? ਸ਼ਬਦ। ਜੇ ਤੇ ਅਸੀਂ ਕਿਸੇ ਦੀ ਦੇਹ ਤੇ ਆਸਰਾ ਰੱਖਾਂਗੇ ਦੇਹ ਤੇ ਟੇਕ ਲਾਵਾਂਗੇ ਮਿਲਾਪ ਹੋ ਹੀ ਨਹੀਂ ਸਕਦਾ, ਸ਼ਬਦ ਦੇ ਨਾਲ ਜੁੜਾਂਗੇ ਤੇ ਕਦੀ ਵਿਛੋੜਾ ਪੈ ਹੀ ਨਹੀਂ ਸਕਦਾ। ਬਾਬਾ ਸੌਣ ਐਸਾ ਜੁੜਿਆ ਸ਼ਬਦ ਦੇ ਨਾਲ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਪੀੜ੍ਹੀਆਂ ਜੁੜ ਗਈਆਂ। ਬਾਬੇ ਸੌਣ ਦਾ ਪੁੱਤਰ ਸੀ ਬਾਬਾ ਅਰਥਾ, ਅਰਥੇ ਦਾ ਪੁੱਤਰ ਸੀ ਬਾਬਾ ਬਿੰਨਾ, ਬਿੰਨੇ ਦਾ ਪੁੱਤਰ ਸੀ ਬਾਬਾ ਦਾਸਾ, ਦਾਸੇ ਦਾ ਪੁੱਤਰ ਸੀ ਬਾਬਾ ਮੱਖਣ ਸ਼ਾਹ ਲਵਾਣਾ, ਤੇ ਬਾਬਾ ਮੱਖਣ ਸ਼ਾਹ ਲਵਾਣਾ ਦੇ ਤਿੰਨ ਪੁੱਤਰ ਸੀ ਚੰਦ ਸਿੰਘ ਜਿਸਦਾ ਪਹਿਲਾ ਨਾਮ ਚੰਦੂ ਰਾਮ ਸੀ, ਦੂਸਰਾ ਖੁਸ਼ਹਾਲ ਚੰਦ ਸੀ ਅੰਮ੍ਰਿਤ ਛੱਕ ਕੇ ਖੁਸ਼ਹਾਲ ਸਿੰਘ ਬਣਿਆ, ਤੀਸਰਾ ਲਾਲ ਚੰਦ ਸੀ ਅੰਮ੍ਰਿਤ ਛੱਕ ਕੇ ਲਾਲ ਸਿੰਘ ਬਣਿਆ, ਇੱਕ ਨਿਰਮੋਹਗੜ੍ਹ 'ਚ ਸ਼ਹੀਦ ਹੋਇਆ, ਇੱਕ ਚਮਕੌਰ ਦੀ ਗੜੀ 'ਚ ਸ਼ਹੀਦ ਹੋਇਆ, ਤੀਸਰੇ ਜਿਹੜੇ ਉਹਨਾਂ ਦਾ ਪਰਿਵਾਰ ਚੱਲਦਾ। ਸੋ ਗੁਰੂ ਨਾਨਕ ਸਾਹਿਬ ਤੋਂ ਇਹ ਪਰਿਵਾਰ ਜੁੜਿਆ, ਦਸਮ ਪਾਤਸ਼ਾਹ ਤੱਕ ਜੁੜਿਆ ਗਿਆ। ਕਿਉਂ? ਕਿਉਂਕਿ ਸ਼ਬਦ ਦੇ ਨਾਲ ਜੁੜਿਆ, ਦੇਹ ਦੇ ਨਾਲ ਨਹੀਂ ਜੁੜਿਆ। ਜੇ ਗੁਰੂ ਨਾਨਕ ਸਾਹਿਬ ਦੇ ਸਰੀਰ ਦੇ ਨਾਲ ਜੁੜ ਜਾਂਦੇ ਤੇ ਵਿਛੋੜਾ ਉਦੋਂ ਹੀ ਸੀ, ਪਰ ਉਹ ਪਰਿਵਾਰ ਸ਼ਬਦ ਦੇ ਨਾਲ ਜੁੜਿਆ। ਇਸੇ ਤਰੀਕੇ ਨਾਲ ਸ਼ਬਦ ਦੇ ਨਾਲ ਹੀ ਅਸੀਂ ਜੁੜਨਾ ਹੈ। ਜੋਤ ਔਰ ਜੁਗਤ ਨੂੰ ਸ਼ਬਦ ਦੇ ਵਿੱਚੋਂ ਹੀ ਸਮਝਿਆ ਜਾ ਸਕਦਾ ਹੈ, ਤੇ ਜਦੋਂ ਅਸੀਂ ਜੋਤ ਔਰ ਜੁਗਤ ਨੂੰ ਸ਼ਬਦ ਦੇ ਵਿੱਚੋਂ ਸਮਝਦੇ ਹਾਂ, ਫਿਰ ਜਿਹੜਾ ਮਿਲਾਪ ਹੈ ਉਹ ਮਿਲਾਪ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਉਸ ਮਿਲਾਪ ਦੇ ਵਿੱਚ ਵਿਛੋੜਾ ਕਦੀ ਪੈ ਹੀ ਨਹੀਂ ਸਕਦਾ। ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਜਦੋਂ ਗੱਲ ਕਰਦੇ ਨੇ, ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਿਹੜਾ ਮਿਲਾਪ ਦਾ ਰੰਗ ਹੈ ਨਾ, ਉਹ ਕਹਿੰਦੇ ਲਾਲ ਮਕਾਂ ਪਾਬੋਸ ਗੁਰੂ ਗੋਬਿੰਦ ਸਿੰਘ ਹਰ ਦੋ ਆਲਮ ਕੋਸ ਗੁਰੂ ਗੋਬਿੰਦ ਸਿੰਘ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਲੱਖਣਤਾ ਇਹ ਹੈ ਕਿ ਜਿਹੜਾ ਰੰਗ ਉਹਨਾਂ ਦੇ ਕੋਲ ਹੈ ਉਹ ਦੂਜਿਆਂ ਨੂੰ ਵੀ ਉਹੀ ਰੰਗ ਦੇ ਦਿੰਦਾ। ਜਿੰਨੀ ਰੂਹਾਨੀਅਤ ਜਿੰਨਾ ਅਧਿਆਤਮਿਕ ਵਾ ਗੁਰੂ ਦੇ ਕੋਲ ਹੈ ਸਿੱਖ ਨੂੰ ਵੀ ਉਹਨਾਂ ਦੇ ਦਿੰਦੇ। ਇਸੇ ਕਰਕੇ ਉਹ ਕਹਿ ਦਿੰਦੇ ਨੇ ਖਾਲਸਾ ਮੇਰੋ ਸੱਜਣ ਸੁਗਾ ਖਾਲਸਾ ਮੇਰੋ ਸਤਿਗੁਰੂ। ਦੁਨੀਆਂ ਦੇ ਇਤਿਹਾਸ ਕਦੀ ਇੰਝ ਹੋਇਆ ਹੀ ਨਹੀਂ ਕਿ ਕਿਸੇ ਗੁਰੂ ਨੇ ਆਪਣੀ ਉਮਰ ਨੂੰ ਕਹਿ ਦਿੱਤਾ ਹੋਵੇ ਕਿ ਤੁਸੀਂ ਮੇਰੇ ਗੁਰੂ ਔਰ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਿਗੁਰ ਪੂਰਾ। ਦੁਨੀਆਂ ਦੇ ਧਾਰਮਿਕ ਇਤਿਹਾਸ ਦੇ ਵਿੱਚ ਤੁਹਾਨੂੰ ਇੱਕ ਵੀ ਉਦਾਹਰਣ ਇਵੇਂ ਦੀ ਨਹੀਂ ਮਿਲੇਗੀ। ਇਸੇ ਕਰਕੇ ਨੰਦ ਲਾਲ ਕਹਿੰਦੇ ਨੇ ਗੁਲਾਬੋ ਅੰਬਰੋ ਮੁਸ਼ਕੋ ਅਬੀਰੇ ਚੂ ਬਾਰਾ ਬਾਸੋ ਅੱਜ ਸੋ ਬਸੂ ਕਰਤ ਅੱਜ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਕੋ ਖੁਸ਼ ਰੰਗੋ ਊ ਕਰਤ ਗੁਲਾਲ ਆਫ ਸ਼ਾਨੀਏ ਦਸਤੇ ਮੁਬਾਰਕ ਜ਼ਮੀਨੋ ਆਸਮਾ ਸੁਰਖਰੂ ਕਰਤ। ਨੰਦ ਲਾਲ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਬੜੇ ਰੰਗ ਹੋਣਗੇ, ਗੁਲਾਬ ਅੰਬਰ ਅਬੀਰ ਮੁਸ਼ਕ ਸੁਗੰਧਾਂ ਵੀ ਬੜੀਆਂ ਹੋਣਗੀਆਂ, ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਸਿੱਖੀ ਨੂੰ ਜ਼ਾਫਰਾਨੀ ਰੰਗ ਬਖਸ਼ਿਆ ਨਾ, ਜ਼ਾਫਰਾਨੀ ਰੰਗ ਦੁਨੀਆਂ ਤੇ ਇੱਕੋ ਰੰਗ ਹੈ ਕੇਸਰ ਦੇ ਬੂਟੇ ਦੇ ਵਿੱਚ ਜਿਹਦੇ ਵਿੱਚ ਚਾਰ ਖੂਬੀਆਂ ਨੇ। ਗੁਲਾਬ ਦੇ ਵਿੱਚ ਸੁਗੰਧ ਹੋ ਸਕਦੀ ਹੈ, ਤਾਕਤ ਨਹੀਂ ਹੈ। ਗੁਲਾਬ ਦੇ ਵਿੱਚ ਸੁਗੰਧ ਤੇ ਸਵਾਦ ਹੋ ਸਕਦਾ, ਹੋਰ ਕੋਈ ਗੁਣ ਨਹੀਂ ਹੈ। ਪਰ ਕੇਸਰ ਇੱਕ ਇਵੇਂ ਦੀ ਚੀਜ਼ ਹੈ, ਕੇਸਰ ਦਾ ਸਵਾਦ ਵੀ ਹੈ, ਕੇਸਰ ਦੀ ਸੁਗੰਧ ਵੀ ਹੈ, ਕੇਸਰ ਦਾ ਰੰਗ ਵੀ ਹੈ, ਤੇ ਕੇਸਰ ਦੇ ਵਿੱਚ ਤਾਕਤ ਵੀ ਹੈ। ਇਸੇ ਕਰਕੇ ਨੰਦ ਲਾਲ ਨੂੰ ਕਹਿਣਾ ਪਿਆ ਗੁਲਾਲ ਆਫ ਸ਼ਾਨੀਏ ਦਸਤੇ ਮੁਬਾਰਕ ਜ਼ਮੀਨੋ ਆਸਮਾ ਸੁਰਖਰੁ ਕਰਤ ਅਜ ਪਿਚਕਾਰੀਏ ਪੁਰ ਜ਼ਾਫਰਾਨੀ। ਫਾਰਸੀ ਜ਼ਾਫਰਾਨੀ ਕੇਸਰ ਨੂੰ ਕਿਹਾ ਜਾਂਦਾ। ਅਜ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਕੋ ਖੁਸ਼ ਰੰਗੋ ਗੂ ਕਰਤ।
ਇਹ ਰੰਗ ਜ਼ਾਫਰਾਨੀ ਇਸ ਕਰਕੇ ਦਿੱਤਾ ਕਿ ਸਿੱਖ ਦੇ ਵਿੱਚ ਸੁਗੰਧ ਵੀ ਹੋਵੇ, ਗੁਰਮਤਿ ਦਾ ਰੰਗ ਵੀ ਹੋਵੇ, ਉਹਦੇ ਵਿੱਚ ਤਾਕਤ ਵੀ ਹੋਵੇ ਤੇ ਸਿੱਖ ਮਿੱਠ ਬੋਲਣਾ ਵੀ ਹੋਵੇ, ਸਵਾਦ ਵੀ ਹੋਵੇ ਉਹਦਾ। ਇਹ ਸਾਰੇ ਰੰਗ ਸਿੱਖ ਦੇ ਵਿੱਚ ਗੁਰੂ ਕੀ ਦਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾ ਦਿੱਤੇ। ਪਰ ਸਮੱਸਿਆ ਇੱਥੇ ਖੜੀ ਹੈ ਕਿ ਅਸੀਂ ਆਪਣੇ ਇਸ਼ਟ ਦੇ ਨਾਲ ਜੁੜਨਾ ਹੀ ਨਹੀਂ ਚਾਹੁੰਦੇ। ਪਰ ਕਲਗੀ ਦਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਕਿੰਨਾ ਕਰਦੇ, ਮੈਂ ਤੇ ਹੈਰਾਨ ਰਹਿ ਜਾਂਦਾ। ਜਦੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਦੇ ਨੇ, ਆਪਣੇ ਚਾਰ ਫਰਜ਼ੰਦਾਂ ਦੀ ਸ਼ਹਾਦਤ ਦੇ ਉੱਪਰ ਇੱਕ ਸ਼ਬਦ ਵਰਤਦੇ ਨੇ, ਜਿਹਾ ਸ਼ੁੱਧ ਕੇ ਕੀ ਹੋ ਗਿਆ। ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਕਿ ਕਿੰਨਾ ਕੋਮਲ ਹਿਰਦਾ ਹੈ ਕਲਗੀ ਧਰ ਪਾਤਸ਼ਾਹ ਦਾ, ਪਰ ਜਦੋਂ ਸਿੱਖੀ ਦੀ ਗੱਲ ਆਉਂਦੀ ਹੈ, ਕੌਮ ਦੀ ਝੋਲੀ 'ਚ ਆਪਣੇ ਪੁੱਤਰਾਂ ਦੇ ਸਿਰ ਪਾਉਣ ਦੀ ਗੱਲ ਆਉਂਦੀ ਹੈ, ਤੇ ਉਦੋਂ ਦ੍ਰਿੜਤਾ ਕਿਵੇਂ ਦੀ, ਇਹਦੇ ਜਿਹਾ ਸ਼ੁੱਧ ਕੇ ਕੀ ਹੋ ਗਿਆ, ਬੱਚਗਾ ਕੁਛ ਤਾਂ ਚਾਰ ਮੇਰੇ ਚਾਰ ਪੁੱਤ ਸ਼ਹੀਦ ਹੋ ਗਏ, ਕੀ ਹੋ ਗਿਆ। ਪਰ ਜੇ ਤੁਸੀਂ ਉਹਨਾਂ ਦੇ ਹਿਰਦੇ ਦੀ ਕੋਮਲਤਾ ਵੇਖਣੀ ਹੈ, ਤੇ ਇੱਕ ਜਗ੍ਹਾ ਤੇ ਨੰਦ ਲਾਲ ਕਹਿੰਦੇ ਨੇ ਕਦਰ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ ਇਨ ਕਿਆਤ ਅਦੇਸ਼ ਗੁਰੂ ਗੋਬਿੰਦ ਸਿੰਘ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਮਤ ਹੈ ਕਿ ਸਾਰੀ ਕੁਦਰਤ ਗੁਰੂ ਗੋਬਿੰਦ ਸਿੰਘ ਦੇ ਹੁਕਮ ਦੇ ਵਿੱਚ ਹੈ, ਪਰ ਗੁਰੂ ਗੋਬਿੰਦ ਸਿੰਘ ਦੀ ਹਲੀਮੀ ਹੈ ਕਿ ਉਹ ਕੁਦਰਤ ਦੇ ਹੁਕਮ ਤੋਂ ਬਾਹਰ ਨਹੀਂ। ਬੜੀ ਵੱਖਰੀ ਖੇਡ ਹੈ। ਨੰਦ ਲਾਲ ਨੂੰ ਜਦੋਂ ਮੈਂ ਪੜ੍ਹਦਾ, ਮੈਂ ਬੜਾ ਹੈਰਾਨ ਹੋ ਜਾਂਦਾ ਕਿ ਉਹਨੂੰ ਸਮਝਣਾ ਕਿੰਨਾ ਔਖਾ। ਕਹਿੰਦੇ ਕਦਰ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ ਇਨ ਕਿਆਤ ਅਦੇਸ਼ ਗੁਰੂ ਗੋਬਿੰਦ ਸਿੰਘ। ਕੁਦਰਤ ਗੁਰੂ ਦੇ ਹੁਕਮ ਦੇ ਵਿੱਚ ਤੇ ਗੁਰੂ ਕੁਦਰਤ ਦੇ ਹੁਕਮ ਤੋਂ ਬਾਹਰ ਨਹੀਂ। ਅਗਲੀ ਗੱਲ ਹੋਰ ਕਰਦੇ, ਕਹਿੰਦੇ ਤੇਗ ਰਾਹ ਫਤਿਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾਹ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜਦੋਂ ਕਿਸੇ ਮਰਦੂਤ ਦੇ ਉੱਪਰ ਤੇਗ ਦਾ ਵਾਰ ਕਰਦਾ, ਉਹਨੂੰ ਮੁਰਦਾ ਬਣਾ ਦਿੰਦਾ ਤੇ ਜ਼ਮੀਰ ਤੋਂ, ਮਰਦੂਤ ਦੇ ਉੱਪਰ ਤੇਗ ਦਾ ਵਾਰ ਕਰਨਾ ਤੇ ਮੁਰਦਾ ਬਣਾ ਦੇਣਾ, ਜ਼ਮੀਰ ਤੋਂ ਮਰੇ ਮੁਰਦੇ ਦੇ ਉੱਪਰ ਜ਼ਬਾਨ ਦਾ ਵਾਰ ਕਰਨਾ ਤੇ ਮਰੀਦ ਬਣਾ ਦੇਣਾ। ਤੇਗ ਰਾਹ ਫਤਿਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾਹ ਗੁਰੂ ਗੋਬਿੰਦ ਸਿੰਘ। ਕਾਨਪੁਰ ਦੇ ਕੋਲ ਕਨੋਸ ਦੇ ਨੇੜੇ ਇੱਕ ਮਕਬਰਾ ਹੈ, ਮਦਾਰ ਸ਼ਾਹ ਦਾ ਮਕਬਰਾ ਉਸਨੂੰ ਕਿਹਾ ਜਾਂਦਾ। ਮਦਾਰ ਸ਼ਾਹ ਬੜਾ ਚਿਰ ਉਸ ਮਕਬਰੇ ਤੇ ਰਿਹਾ, ਸੈਯਦ ਖਾਨਦਾਨ ਦੇ ਵਿੱਚ ਉਸ ਬੜਾ ਚਿਰ ਉਸਨੇ ਖੁਦਾ ਦੀ ਇਬਾਦਤ ਕੀਤੀ, ਪਰ ਕੋਈ ਮਾਰਫਤ ਕਿਸੇ ਪ੍ਰਾਪਤੀ ਤੇ ਨਾ ਪਹੁੰਚ ਸਕਿਆ। ਇੱਕ ਦਿਨ ਇਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਬੜਾ ਸਮਾਂ ਹੋ ਗਿਆ ਹੈ, ਮੇਰੇ ਕੋਲ ਸੈਯਦ ਸ਼ਾਹ ਪੀਕ ਜੀ ਆਏ ਸੀ। ਸੈਯਦ ਸ਼ਾਹ ਪੀਕ ਉਹੀ ਨੇ ਜਿਹੜੇ ਕਲਗੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਕਾਸ਼ ਦੇ ਸਮੇਂ ਦੋ ਕੁੱਜੇ ਲੈ ਕੇ ਗਏ ਸੀ ਪਟਨਾ ਸਾਹਿਬ, ਜਿਹਨਾਂ ਨੂੰ ਅਸੀਂ ਭੀਖਣ ਸ਼ਾਹ ਕਹਿੰਦੇ ਹਾਂ। ਕਹਿੰਦਾ ਮੇਰੇ ਕੋਲ ਸ਼ਾਹ ਪੀਕ ਆਏ ਸੀ ਤੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ, ਪੀਰ ਜੀ ਕਿੱਥੇ ਜਾ ਰਹੇ ਹੋ? ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਖੁਦਾ ਦੇ ਦੀਦਾਰ ਦੇ ਵਾਸਤੇ ਜਾ ਰਿਹਾ। ਕਹਿੰਦੇ ਮੈਂ ਸਵਾਲ ਕੀਤਾ ਸੀ, ਪੀਰ ਜੀ ਚਿੱਲਾ ਕੱਟ ਕੱਟ ਕੇ ਪਾਗਲ ਕੀ ਹੋ? ਜਦੋਂ ਅਸੀਂ ਸਵੇਰੇ ਫਜ਼ਲ ਤੋਂ ਲੈ ਕੇ ਇਸ਼ਾ ਤੱਕ ਦੀ ਨਮਾਜ਼ ਪੜ੍ਹਦੇ ਹਾਂ, ਅਸੀਂ ਖੁਦਾ ਵੱਲ ਮੂੰਹ ਕਰਕੇ ਪੜ੍ਹਦੇ, ਤੁਸੀਂ ਪਟਨੇ ਵੱਲ ਨੂੰ ਤੁਰ ਪਏ। ਪਟਨੇ ਕਿਹੜਾ ਖੁਦਾ ਹੈ? ਕਹਿੰਦੇ ਖੁਦਾ ਦਾ ਰੂਹ ਪਟਨੇ ਦੇ ਵਿੱਚ ਹੈ। ਹੁਣ ਉਹ ਗੱਲਾਂ ਬਾਰ ਬਾਰ ਦਿਮਾਗ ਚ ਆ ਰਹੀਆਂ ਨੇ ਸ਼ਾਹ ਮਦਾਰ ਦੇ, ਕਿ ਸ਼ਾਹ ਪੀਕ ਜੀ ਏਡੀ ਗੱਲ ਕਹਿ ਕੇ ਗਏ ਸੀ, ਸ਼ਾਹ ਪੀਕ ਝੂਠ ਨਹੀਂ ਬੋਲ ਸਕਦੇ। ਸ਼ਾਹ ਪੀਕ ਕੋਈ ਆਮ ਸ਼ਖਸੀਅਤ ਨਹੀਂ ਸੀ। ਜੇ ਇਸਲਾਮ ਦੇ ਵਿੱਚ ਤੁਸੀਂ ਪਿੱਛੇ ਚਲੇ ਜਾਓ, ਇਸਲਾਮ ਧਰਮ ਦੇ ਬਾਨੀ ਹੋਏ ਨੇ ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਦੀ ਬੇਟੀ ਸੀ ਫਾਤਮਾ, ਫਾਤਮਾ ਦਾ ਪਤੀ ਸੀ ਹਜ਼ਰਤ ਅਲੀ। ਹਜ਼ਰਤ ਅਲੀ ਨੂੰ ਮਸਜਿਦ ਵਿੱਚ ਨਮਾਜ਼ ਪੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਦੇ ਦੋ ਦੋਹਤੇ ਹਸਨ ਤੇ ਹੁਸੈਨ, ਇੱਕ ਨੂੰ ਉਸਦੀ ਪਤਨੀ ਨੇ ਜ਼ਜ਼ੀਰ ਦੇ ਕਹਿਣ ਤੇ ਕਤਲ ਕਰਾ ਦਿੱਤਾ ਗਿਆ ਤੇ ਹੁਸੈਨ ਨੂੰ ਕਰਬਲਾ ਦੇ ਮੈਦਾਨ 'ਚ ਸ਼ਹੀਦ ਕਰ ਦਿੱਤਾ ਗਿਆ। ਉੱਥੋਂ ਸੈਯਦ ਖਾਨਦਾਨ ਸ਼ੁਰੂ ਹੋਇਆ। 12ਵੀਂ ਸਦੀ ਦੇ ਦੂਜੇ ਅੱਧ ਦੇ ਵਿੱਚ ਹਿੰਦੁਸਤਾਨ 'ਚ ਪਹਿਲੇ ਸੈਯਦ ਆਏ ਨੇ, ਸੈਯਦ ਬਦੀਉਦੀਨ, ਉਸ ਤੋਂ ਬਾਅਦ ਸੈਯਦ ਮਯੂਦੀਨ, ਮਯੂਦੀਨ ਤੋਂ ਬਾਅਦ ਸੈਯਦ ਸੈਫੁਦੀਨ, 1340 ਵਿੱਚ ਸੈਯਦ ਜਲਾਲੂਦੀਨ ਬੁਖਾਰੀ। ਸੈਯਦ ਜਲਾਲੂਦੀਨ ਬੁਖਾਰੀ ਤੋਂ ਬਾਅਦ ਇਹ ਸਿਲਸਿਲਾ ਅੱਗੇ ਚੱਲਦਾ ਹੈ, ਦਿੱਲੀ ਦੇ ਵਿੱਚ ਖਵਾਜ਼ਾ ਬਖਤਿਆਰ ਕਾਕੀ, ਖਵਾਜ਼ਾ ਬਖਤਿਆਰ ਕਾਕੀ ਤੋਂ ਅੱਗੇ ਹਜ਼ਰਤ ਨਿਜ਼ਾਮੂਦੀਨ ਔਲੀਆ। ਹਜ਼ਰਤ ਨਿਜ਼ਾਮੂਦੀਨ ਔਲੀਆ ਦੀ 8ਵੀਂ ਪੀੜ੍ਹੀ ਦੇ ਵਿੱਚ ਸਾਬਰੀ ਅਤੇ ਨਿਜ਼ਾਮੀ ਦੋ ਫਿਰਕੇ ਚੱਲ ਗਏ। ਇਹਨਾਂ ਸਾਬਰੀਆਂ ਦੇ ਵਿੱਚੋਂ ਹੋਏ ਨੇ ਮੌਲਵੀ ਮੁਹੰਮਦ ਯੂਸਫ ਰਜ਼ਾ, ਅਤੇ ਮੌਲਵੀ ਮੁਹੰਮਦ ਯੂਸਫ ਰਜ਼ਾ ਦਾ ਬੇਟਾ ਸੀ ਸ਼ਾਹ ਪੀਕ, ਜਿਸਨੂੰ ਭੀਖਣ ਸ਼ਾਹ ਕਿਹਾ ਜਾਂਦਾ। ਹੁਣ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਦੇ ਖਾਨਦਾਨ ਦੇ ਵਿੱਚੋਂ ਕੋਈ ਐਵੇਂ ਫਕੀਰ ਤਾਂ ਹੈ ਨਹੀਂ? ਤੇ ਮਦਾਰ ਸ਼ਾਹ ਸੋਚਦਾ ਹੈ ਕਿ ਇੰਨਾ ਵੱਡਾ ਇਸਲਾਮ ਦਾ ਜਿਹੜਾ ਖਾਨਦਾਨ ਹੈ, ਪੀਰ ਜੀ ਝੂਠ ਨਹੀਂ ਬੋਲ ਕੇ ਗਏ। ਜੇ ਉਹਨਾਂ ਨੇ ਕਿਹਾ ਹੈ ਕਿ ਖੁਦਾ ਦਾ ਰੂਪ ਪਟਨੇ ਦੇ ਵਿੱਚ, ਤੇ ਮੈਨੂੰ ਵੀ ਖੁਦਾ ਦੇ ਦਰਸ਼ਨ ਕਰਨੇ ਚਾਹੀਦੇ ਨੇ। ਪਤਾ ਕਰਵਾਇਆ ਤੇ ਪਤਾ ਲੱਗਾ ਕਿ ਗੁਰੂ ਸਾਹਿਬ ਤਾਂ ਅਨੰਦਪੁਰ ਸਾਹਿਬ ਆ ਚੁੱਕੇ ਨੇ। ਅਨੰਦਪੁਰ ਸਾਹਿਬ ਪਹੁੰਚ ਗਿਆ, ਬਿਲਕੁਲ ਫਕੀਰ ਸੀ, ਪੂਰਾ ਦਰਵੇਸ਼ ਸੀ। ਮੈਂ ਇੱਕ ਗੱਲ ਕੀਤੀ ਸੀ ਆਰੰਭ ਦੇ ਵਿੱਚ, ਕਰਮ ਧਰਮ ਪਖੰਡ ਤੋਂ ਦੀਸੇ ਤਿੰਨ ਜਮ ਜਗਾਤੀ ਲੁੱਟੀ। ਜਗਾਤ ਸ਼ਬਦ ਅਰਬੀ ਤੋਂ ਫਾਰਸੀ 'ਚ ਆਇਆ ਹੈ।
ਤੇ ਜਕਾਤ ਦਾ ਭਾਵ ਹੁੰਦਾ ਹੈ ਕਿ 40 ਵਿੱਚੋਂ ਇੱਕ ਹਿੱਸਾ ਯਾਨੀ ਕਿ 100 ਚੋਂ 2.5% ਹਰ ਮੁਸਲਮਾਨ ਨੇ ਖੁਦਾ ਦੇ ਨਾਮ ਤੋਂ ਕੱਢਣਾ ਹੁੰਦਾ। ਤੇ ਜਿਹੜਾ ਦਰਵੇਸ਼ ਹੁੰਦਾ ਹੈ ਨਾ, ਉਹਦੀ ਪੰਜਾਬੀ ਚ ਡੈਫੀਨੇਸ਼ਨ ਹੈ ਪੱਲੇ ਬੰਨਣਾ ਤੁਰਦੇ ਪੰਛੀ ਦੇ ਦਰਵੇਸ਼ ਜਿੰਨਾ ਤਕਵਾ ਰੱਬ ਦਾ ਤਿੰਨਾ ਰਿਚ ਕਮਿਸ਼ਨ। ਦਰਵੇਸ਼ ਨੂੰ ਜਕਾਤ ਵੀ ਮਾਫ਼ ਹੁੰਦੀ ਇਸਲਾਮ ਚ, ਕਿਉਂਕਿ ਉਹਦੇ ਕੋਲ ਹੁੰਦਾ ਹੀ ਕੁਛ ਨਹੀਂ, ਉਹਦੇ ਚੋਲੇ ਨੂੰ ਜੇਬ ਨਹੀਂ ਹੁੰਦੀ। ਉਹ ਸਾਡੇ ਬਾਬਿਆਂ ਵਾਂਗੂ ਨਹੀਂ ਹੁੰਦਾ ਕਿ ਤੁਹਾਨੂੰ ਕਵੇ ਮਾਇਆ ਨੂੰ ਹੱਥ ਨਹੀਂ ਲਾਉਣਾ ਪਰ ਸਾਡੀ ਜੇਬ ਚ ਠੀਕ ਹੈ, ਇੰਝ ਨਹੀਂ ਹੁੰਦਾ। ਉਹ ਸੱਚਮੁੱਚ ਹੀ ਮਾਇਆ ਤੋਂ ਨਿਰਲੇਪ ਹੁੰਦੇ ਨੇ ਜਿਹੜੇ ਅਸਲੀ ਦਰਵੇਸ਼ ਹੁੰਦੇ ਨੇ। ਹੁਣ ਇਹ ਪੂਰਾ ਦਰਵੇਸ਼ ਸੀ ਪਾ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਕੀ ਵੇਖਦਾ ਹੈ, ਸੰਗਤ ਆਉਂਦੀ ਹੈ, ਕਲਗੀਧਰ ਪਾਤਸ਼ਾਹ ਨੂੰ ਕਾਰ ਪੇਟਾ ਦਸਵੰਧ ਅਰਪਿਤ ਕਰਦੀ ਹੈ, ਪਰ ਇਹ ਤਾਂ ਬਿਲਕੁਲ ਖਾਲੀ ਹੱਥ ਹੈ, ਇਹਦੇ ਕੋਲ ਹੈ ਹੀ ਕੁਛ, ਬਿਲਕੁਲ ਦਰਵੇਸ਼ ਹੈ। ਦਰਬਾਰ ਤੋਂ ਬਾਹਰ ਚਲਾ ਗਿਆ ਕਿ ਮੈਂ ਕਿਵੇਂ ਮੱਥਾ ਟੇਕਾਂ, ਮੈਂ ਕਿਵੇਂ ਨਤਮਸਤਕ ਹੋਵਾਂ, ਮੇਰੇ ਕੋਲ ਤਾਂ ਚੜਾਉਣ ਨੂੰ ਕੁਛ ਵੀ ਨਹੀਂ, ਤੇ ਖਾਲੀ ਹੱਥ ਮੱਥਾ ਟੇਕੂੰਗਾ ਤਾਂ ਸ਼ਰਮਿੰਦਗੀ ਹੋਵੇਗੀ। ਸੋਚਣ ਤੋਂ ਬਾਅਦ ਬਾਗ ਦੇ ਵਿੱਚ ਗਿਆ, ਇੱਕ ਫਲ ਤੋੜ ਫੁੱਲ ਤੋੜਿਆ ਪਸੰਦ ਨਾ ਆਇਆ, ਦੂਜਾ ਤੋੜਿਆ, ਤੀਜਾ ਤੋੜਿਆ, ਤਿੰਨ ਚਾਰ ਫੁੱਲ ਤੋੜ ਕੇ ਸੁੱਟ ਦਿੱਤੇ, ਅਖੀਰ ਇੱਕ ਫੁੱਲ ਚੰਗਾ ਲੱਗਾ, ਹੱਥ ਵਿੱਚ ਲਿਆ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਰੱਖਿਆ ਤੇ ਪਾਤਸ਼ਾਹ ਦੇ ਮੋਢਿਆਂ ਤੋਂ ਫੜ ਲਿਆ। ਕਹਿੰਦੇ ਸ਼ਾਮਦਾਸ ਤੇਰਾ ਆਉਣਾ ਤੇ ਪ੍ਰਵਾਨ, ਤੇਰਾ ਇਸਤਕਬਾਲ ਕਰਦਾ, ਪਰ ਇੱਕ ਗੱਲ ਦੱਸ, ਆ ਫੁੱਲ ਕਿਉਂ ਤੋੜਿਆ, ਮੇਰੀ ਰੂਹ ਨੂੰ ਦੁੱਖ ਪਹੁੰਚਿਆ। ਪਾਤਸ਼ਾਹ ਦਾ ਹਿਰਦਾ, ਸ਼ਾਮਦਾਰ ਆ ਫੁੱਲ ਕਿਉਂ ਤੋੜਿਆ, ਮੇਰੀ ਰੂਹ ਨੂੰ ਦੁੱਖ ਪਹੁੰਚਿਆ। ਤੇ ਸ਼ਾਮਦਾਰ ਫਾਰਸੀ ਚ ਕਹਿੰਦਾ ਪਾਤਸ਼ਾਹ ਦਸਤੇ ਖਾਲੀ ਰੁਸਵਾ, ਪਾਤਸ਼ਾਹ ਜੇ ਮੈਂ ਤੇਰੇ ਦਰਬਾਰ ਦੇ ਵਿੱਚ ਖਾਲੀ ਹੱਥ ਆਉਂਦਾ ਤੇ ਰੁਸਵਾ, ਮੈਨੂੰ ਸ਼ਰਮਿੰਦਗੀ ਸਹਿਣੀ ਪੈਣੀ ਸੀ, ਸਾਰੇ ਲੋਕ ਚੜਾ ਰਹੇ ਸੀ। ਤੇ ਪਾਤਸ਼ਾਹ ਗੱਲ ਨਾਲ ਲਾ ਕੇ ਕਹਿੰਦੇ ਨੇ ਸ਼ਾਮਦਾਰ ਖਿਆਲ ਲੱਗੀ, ਇਹ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਹੈ, ਨਹਿ ਦਸਤੇ ਖਾਲੀ ਰੁਸਵਾ ਅਸਤ, ਦਿਲੇ ਖਾਲੀ ਰੁਸਵਾ ਅਸਤ, ਖਾਲੀ ਹੱਥ ਆ ਜਾਇਓ, ਇਸ ਦਰਬਾਰ ਦੇ ਵਿੱਚ ਕੋਈ ਸ਼ਰਮਿੰਦਗੀ ਨਹੀਂ ਸਹਿਣੀ ਪਵੇਗੀ, ਪਰ ਆਪਣੇ ਦਿਲ ਨੂੰ ਗੁਰੂ ਦੇ ਪਿਆਰ ਤੋਂ ਸੱਖਣਾ ਨਾ ਲੈ ਗਿਆ। ਇੱਥੇ ਆ ਕੇ ਹੈਰਾਨ ਹੋ ਜਾਂਦਾ ਕਿ ਇੱਕ ਫੁੱਲ ਟੁੱਟਾ ਤੇ ਕਲਗੀਧਰ ਪਾਤਸ਼ਾਹ ਨੂੰ ਦੁੱਖ ਲੱਗਾ ਤੇ ਚਾਰ ਪੁੱਤ ਸ਼ਹੀਦ ਹੋਏ ਨੇ, ਤੇ ਕਹਿੰਦੇ ਕੀ ਹੋ ਗਿਆ, ਜਿਹਾ ਸ਼ੁੱਧ ਕੇ ਬੱਚਗਾ ਕੁਛ ਤਾਂ ਚਾਰ ਕਿ ਬਾਕੀ ਵੀ ਮਾਂ ਦੱਸਦੇ ਇੱਚੀ ਦਾ ਮਾਰ ਵਕਤ ਮੈਨੂੰ ਦੱਸ ਦਿਓ ਜੀ। ਚਲੋ ਦੋ ਚਾਰ ਮਿੰਟਾਂ ਇਸ ਮਾਰ ਦੇ। ਸੋ ਗੁਰਦੇਵ ਪਾਤਸ਼ਾਹ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਨੇ ਤੇ ਉਹਦੇ ਇਹ ਸ਼ਬਦ ਨੇ, ਤੇ ਮੈਂ ਬੜਾ ਹੈਰਾਨ ਹੋ ਜਾਂਦਾ ਕਿਉਂਕਿ ਅਕਸਰ ਜਦੋਂ ਅਸੀਂ ਇਹਨਾਂ ਸ਼ਬਦਾਂ ਦਾ ਪੰਜਾਬੀ ਰੂਪ ਪੜ੍ਹਦੇ ਹਾਂ ਤਾਂ ਉਹ ਬੜਾ ਵਿਲੱਖਣ ਰੂਪ ਦੇ ਵਿੱਚ ਹੈ। ਔਰ ਇਤਿਹਾਸ ਦੀਆਂ ਇਹ ਗੱਲਾਂ ਇਸ ਕਰਕੇ ਸਾਂਝੀਆਂ ਕਰਨੀਆਂ ਪੈ ਰਹੀਆਂ ਨੇ ਕਿਉਂਕਿ ਜੇ ਕਿਤੇ ਤੁਸੀਂ ਆਪਣਾ ਇਤਿਹਾਸ, ਇਤਿਹਾਸਕ ਵਿਰਸਾ ਤੇ ਖਾਸ ਕਰਕੇ ਇਤਿਹਾਸ ਦਾ ਕ੍ਰੋਨੋਗ੍ਰਾਫਿਕ ਫੇਸ ਇੱਕ ਕੈਲੰਡਰ ਦੇ ਰੂਪ ਚ ਨਾ ਸੰਭਾਲਿਆ ਤੇ ਆਉਣ ਵਾਲੇ ਸਮੇਂ ਦੇ ਜਿੰਨਾ ਕੌਮਾਂ ਦਾ ਮਿਥਾਸ ਇਤਿਹਾਸ ਬਣ ਜਾਵੇਗਾ, ਸਾਡਾ ਇਤਿਹਾਸ ਸੀ ਇਹ ਮਿਥਾਸ ਬਣ ਜਾਵੇਗਾ। ਅਕਸਰ ਅਸੀਂ ਕਹਿੰਦੇ ਆਰ ਐਸ ਐਸ ਜਿਹੜੀ ਹੈ ਉਹ ਭਗਵੇਂ ਕਰਨ ਦੇ ਰੂਪ ਚ ਹਿੰਦੁਸਤਾਨ ਦੀ ਰਾਜਸੀ ਸੱਤਾ ਤੇ ਕਾਬਜ ਹੋ ਗਈ, ਪਰ ਉਹਨਾਂ ਨੇ ਆਪਣੇ ਇਤਿਹਾਸਕ ਪਾਤਰਾਂ ਨੂੰ ਇੰਟਰੋਡਿਊਸ ਕਿਵੇਂ ਕੀਤਾ। ਅਸੀਂ ਸੋਚਿਆ ਕਿ ਅਸੀਂ ਵੀ ਬੱਚਿਆਂ ਨੂੰ ਧਰਮ ਦੀ ਵਿੱਦਿਆ ਪੜ੍ਹਾਈ, ਅਸੀਂ ਕੈਂਪ ਲਾਉਣੇ ਸ਼ੁਰੂ ਕੀਤੇ, ਅਸੀਂ ਸੋਚਿਆ ਬੱਚਿਆਂ ਨੂੰ ਧਰਮ ਦੀ ਵਿੱਦਿਆ ਪੜ੍ਹਾਈਏ, ਅਸੀਂ ਕੀ ਕੀਤਾ ਕਿ ਬੱਚੇ ਕੋਈ 6 ਸਬਜੈਕਟ ਅੱਗੇ ਸੀ, 6ਵੀਂ ਅਸੀਂ ਧਰਮ ਪੋਥੀ 7ਵੀਂ ਲਾ ਦਿੱਤੀ। ਬੱਚਾ ਸਬਜੈਕਟ ਨੂੰ ਬੋਝ ਦੇ ਰੂਪ ਚ ਲੈਂਦਾ ਕਿ 6 ਸਬਜੈਕਟ ਮੈਂ ਅੱਗੇ ਪੜ੍ਹ ਰਿਹਾ, ਅਸੀਂ ਹੁਣ ਇੱਕ ਧਰਮ ਦਾ ਵਿਸ਼ਾ ਵੀ ਪੜ੍ਹਨਾ ਪੈਣਾ। ਪਰ ਆਰ ਐਸ ਐਸ ਦੇ ਥੱਲੇ 16,000 ਤੋਂ ਉੱਪਰ ਵੱਧ ਵਿੱਦਿਆ ਨਿਕੇਤਨ ਸਕੂਲ ਚੱਲਦੇ ਨੇ, ਉਹ ਸਾਡੇ ਨੂੰ ਧਰਮ ਨਹੀਂ ਪੜ੍ਹਾਉਂਦੇ, ਉਹ ਮੈਥ ਕਿਵੇਂ ਪੜ੍ਹਾਉਂਦੇ ਨੇ? ਤੁਸੀਂ ਹੈਰਾਨ ਹੋ ਜਾਓਗੇ, ਮੈਂ ਉਹਨਾਂ ਦੀਆਂ ਮੈਥ ਦੀਆਂ ਕਿਤਾਬਾਂ ਪੜ੍ਹੀਆਂ। ਸੀਤਾ ਹਨੂੰਮਾਨ ਕੇ ਮੰਦਰ ਗਈ, ਉਸਨੇ 20 ਲੱਡੂ ਚੜਾਏ, 5 ਹਨੂੰਮਾਨ ਜੀ ਨੇ ਖਾ ਲਏ, ਬਾਕੀ ਕਿਤਨੇ ਬੱਚੇ? ਉਹ ਇੰਜ ਪੜ੍ਹਾਉਂਦੇ ਨੇ। ਭਗਵਾਨ ਰਾਮ ਕੇ ਪਾਸ 20 ਤੀਰ ਥੇ, ਉਸਨੇ 5 ਤੀਰ ਰਾਵਣ ਕੋ ਮਾਰ ਦੀਏ, ਬਾਕੀ ਕਿਤਨੇ ਬੱਚੇ? ਪੜ੍ਹਾਇਆ ਮੈਥ ਜਾ ਰਿਹਾ, ਪਰ ਧਰਮ ਦੇ ਪਾਤਰ ਜਿਹੜੇ ਨੇ ਇੰਟਰੋਡਿਊਸ ਕੀਤੇ ਜਾ ਰਹੇ ਨੇ, ਅਸੀਂ ਸਮਝ ਨਹੀਂ ਸਕੇ ਤਾਂ ਕਿਸ ਤਰ੍ਹਾਂ। ਅਸੀਂ ਕਹਿੰਦੇ ਕਿ ਸਿਰਫ ਕੈਂਪ ਲਾ ਲਿਆ ਬੱਚਿਆਂ ਦਾ 15 ਦਿਨ, ਬੱਚਿਆਂ ਨੂੰ ਧਰਮ ਦੀ ਚੇਤਨਤਾ ਆ ਜਾਵੇਗੀ? ਨਹੀਂ, ਬੱਚਾ ਕੈਂਪ ਦੇ ਵਿੱਚ ਤਾਂ 15 ਦਿਨ ਸਾਡੇ ਕੋਲ ਰਿਹਾ ਵੱਧ ਤੋਂ ਵੱਧ, ਤੇ ਸਾਲ ਦੇ 350 ਦਿਨ ਤੇ ਆਪਣੇ ਮਾਂ ਬਾਪ ਕੋਲ ਰਹਿੰਦਾ ਜਿੱਥੇ ਨੂੰ ਧਰਮ ਦੀ ਚੇਤਨਤਾ ਮਿਲਦੀ ਹੈ। ਇਸੇ ਕਰਕੇ ਆਰ ਐਸ ਐਸ ਵਾਲੇ ਜਦੋਂ ਐਲੀਮੈਂਟਰੀ ਟ੍ਰੇਨਿੰਗ ਕੈਂਪ ਲਾਉਂਦੇ ਨੇ, ਐਡਵਾਂਸ ਟ੍ਰੇਨਿੰਗ ਕੈਂਪ ਲਾਉਂਦੇ ਨੇ, ਓਰੀਐਂਟੇਸ਼ਨ ਟ੍ਰੇਨਿੰਗ ਕੈਂਪ ਲਾਉਂਦੇ ਨੇ, ਤੇ ਉਹਨਾਂ ਬੱਚਿਆਂ ਦੇ ਕੈਂਪ ਲਾਉਣ ਤੋਂ ਪਹਿਲਾਂ ਮਾਂ ਬਾਪ ਦੇ ਕੈਂਪ ਲਾਉਂਦੇ ਨੇ। ਜਿਸ ਬੱਚੇ ਨੇ ਕੈਂਪ 'ਚ ਆਉਣਾ ਹੁੰਦਾ ਪਹਿਲਾਂ ਉਹਦੇ ਮਾਂ ਬਾਪ ਦਾ ਕੈਂਪ ਲਾਉਂਦੇ ਨੇ ਆਰ ਐਸ ਐਸ ਵਾਲੇ, ਕਿ ਜੇਕਰ ਤੁਹਾਡੇ ਘਰ ਦੇ ਵਿੱਚ ਧਰਮ ਦੀ ਚੇਤਨਤਾ ਨਹੀਂ ਹੋਵੇਗੀ ਤੇ ਸਾਡੇ ਕੋਲ 10 ਦਿਨ ਬੱਚਾ ਰਹਿ ਵੀ ਜਾਵੇਗਾ ਤਾਂ ਕੀ ਫਾਇਦਾ, ਜਦੋਂ ਘਰ ਦੇ ਵਿੱਚ ਧਰਮ ਨਹੀਂ ਹੋਵੇਗਾ।
ਇਹ ਉਹਨਾਂ ਲੋਕਾਂ ਦੀ ਆਪਣੇ ਧਰਮ ਪ੍ਰਤੀ ਦ੍ਰਿੜਤਾ ਉਹਨਾਂ ਦਾ ਅਕੀਦਾ ਸੀ ਤੇ ਮਾਫ ਕਰਨਾ ਸੀ। ਅਸੀਂ ਹੌਲੀ ਹੌਲੀ ਆਪਣੇ ਇਤਿਹਾਸ ਤੋਂ ਇੰਨੇ ਅਣਜਾਣ ਹੋਏ ਮਿਥਾਸ ਬਣਾਉਣਾ ਸ਼ੁਰੂ ਕਰ ਦਿੱਤਾ। ਹੋ ਸਕਦਾ ਕਿ ਦੁਨੀਆਂ ਦੇ ਇਤਿਹਾਸ ਦੇ ਵਿੱਚ ਪਿਛਲੇ ਤੋਂ ਪਿਛਲੇ ਸਾਲ ਜਿਹੜੀ ਘਟਨਾ ਵਾਪਰੀ ਹੈ ਕਦੀ ਇੰਝ ਹੋਇਆ ਹੋਵੇ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜ਼ੰਦਾਂ ਦਾ ਸ਼ਹੀਦੀ ਦਿਵਸ ਹੋਵੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋਈਏ। ਕਦੀ ਹੋਇਆ? ਅਸੀਂ ਵਹਿਮ ਦੇ ਰੂਪ ਚ ਲਿਆ ਕਰਦੇ ਸੀ ਜਿਹੜੇ ਸਿੱਖ ਆ ਉਹ ਪੋਹ ਦੇ ਮਹੀਨੇ ਚ ਵਿਆਹ ਨਹੀਂ ਕਰਦੇ। ਵਹਿਮ ਨਹੀਂ ਸੀ ਇਸ ਕਰਕੇ ਨਹੀਂ ਸੀ ਕਰਦੇ ਕਿ ਪੋਹ ਦੇ ਮਹੀਨੇ ਚ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਉਹਨਾਂ ਦਿਨਾਂ ਚ ਖੁਸ਼ੀ ਦਾ ਵੀ ਅਸੀਂ ਕਰਮ ਕਰਨਾ ਹੀ ਨਹੀਂ ਚਾਹੁੰਦੇ ਕਿਉਂਕਿ ਕਰਮ ਕਾਂਡ ਨਹੀਂ ਸੀ। ਕੋਈ ਵਹਿਮ ਨਹੀਂ ਸੀ ਸਿੱਖਾਂ ਦੇ ਮਨਾਂ ਦੇ ਵਿੱਚ। ਅਫਸੋਸ ਸੀ ਦਰਦ ਸੀ ਕਿ ਨਹੀਂ ਅਸੀਂ ਪੋਹ ਦੇ ਮਹੀਨੇ ਚ ਕੋਈ ਖੁਸ਼ੀ ਦਾ ਕੰਮ ਨਹੀਂ ਕਰਨਾ। ਇਸ ਮਹੀਨੇ ਦੇ ਵਿੱਚ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਹੋਈਆਂ ਸਭ ਤੋਂ ਵੱਡੀਆਂ ਸ਼ਹਾਦਤਾਂ ਹੋਈਆਂ ਵੱਡੇ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਤੇ ਮਾਫ਼ ਕਰਨਾ ਪਿਛਲੇ ਤੋਂ ਪਿਛਲੇ ਸਾਲ ਤੁਸੀਂ ਵੇਖਿਆ ਹੋਣਾ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਸੀ ਉਸ ਦਿਨ ਕਲਗੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀ ਪ੍ਰਕਾਸ਼ ਪੁਰਬ ਮਨਾਇਆ। ਕਿਉਂ? ਕਿਉਂਕਿ ਅਜੇ ਤੱਕ ਵੀ ਅਸੀਂ ਆਪਣੇ ਕੈਲੰਡਰ ਦੀਆਂ ਤਰੀਕਾਂ ਦਾ ਆਧਾਰ ਨਹੀਂ ਕਰ ਸਕੇ ਇਤਿਹਾਸ ਦਾ ਕ੍ਰੋਨੋਗ੍ਰਾਫਿਕ ਫੇਸ ਨਹੀਂ ਬਣਾ ਸਕੇ। ਸਾਡਾ ਤਾਂ ਇਤਿਹਾਸ ਹੀ ਇੰਨਾ ਵਿਲੱਖਣ ਹੈ। ਜਿਹੜੀ ਮੈਂ ਗੱਲ ਕੀਤੀ ਸੀ ਕਲਗੀ ਧਰ ਪਾਤਸ਼ਾਹ ਕਹਿੰਦੇ ਚੀਹਾ ਸ਼ੁੱਧ ਕੇ ਬੱਚਗਾ ਕੁਛ ਤਾਂ ਚਾਰ ਤੇ ਗਿਆਨੀ ਗਿਆਨ ਸਿੰਘ ਇਸ ਦਾ ਜਦੋਂ ਪੰਜਾਬੀ ਰੂਪ ਦਿੰਦੇ ਨੇ ਅਸੀਂ ਪੜ੍ਹਦੇ ਹਾਂ ਇਹਨੂੰ ਪੁੱਤਰ ਨੇ ਕੇ ਸੀਸ ਪਰ ਵਾਰ ਦੀਏ ਚਾਰ ਮੋਏ ਤੋਂ ਕਿਹਾ ਪਿਆ ਕਿੰਨਾ ਸੌਖਾ ਲੱਗਦਾ ਪੜ੍ਹਨਾ। ਹੁਣ ਜਦੋਂ ਅਸੀਂ ਇੱਕ ਅੰਗਰੇਜ਼ੀ ਦਾ ਫਲਸਫੇ ਦੇ ਵਿੱਚ ਇੱਕ ਅੰਗਰੇਜ਼ੀ ਦਾ ਬੜਾ ਅਹਿਮ ਅਸੂਲ ਹੈ ਡੀਕੰਸਟਰਕਟ ਦਾ ਵਰਡ ਯੂ ਵਿਲ ਫਾਈਂਡ ਦਾ ਪਾਸਟ ਸਟਰਕਚਰ ਕਿਸੇ ਵੀ ਸ਼ਬਦ ਨੂੰ ਤੋੜ ਕੇ ਵੇਖੋ ਤੇ ਪਿੱਛੇ ਕੀ ਪਿਆ। ਮੈਂ ਇੱਕ ਕੈਂਪ ਦੇ ਵਿੱਚ ਸੀ ਇੱਕ ਬੱਚੀ ਨੇ ਸਵਾਲ ਕੀਤਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਸਾਰੇ ਧਰਮਾਂ ਦੀਆਂ ਸਾਂਝਾਂ ਵਰਤੀਆਂ ਜਾ ਰਹੀਆਂ ਨੇ ਹਰ ਧਰਮ ਦੇ ਹਰ ਅਸੂਲ ਦਾ ਸੰਸਕ੍ਰਿਤੀ ਦਾ ਰਿਵਾਜਾਂ ਦਾ ਫੈਸਟੀਵਲ ਦਾ ਸਾਨੂੰ ਪਤਾ ਲੱਗਦਾ। ਅੰਗਰੇਜ਼ ਬੱਚੀ ਸੀ ਉਸਨੇ ਸਵਾਲ ਕੀਤਾ ਕਿ ਸਿੱਖਾਂ ਦੇ ਵਿੱਚ ਜਦੋਂ ਵਿਆਹ ਕਰਦੇ ਨੇ ਤੇ ਬੱਚੇ ਦੇ ਬੱਚੀ ਦੇ ਸਿਰ ਦੇ ਉੱਪਰੋਂ ਪੈਸੇ ਕਿਉਂ ਕਮਾਉਂਦੇ ਨੇ ਜਿਹੜਾ ਅਸੀਂ ਵਾਰ ਨਾ ਕਰਨਾ ਕਹਿ ਦਿੰਦੇ ਹਾਂ। ਮੈਂ ਉਸਨੂੰ ਦੱਸਿਆ ਮੈਂ ਕਿਹਾ ਰਸਮ ਤੇ ਸਾਡੀ ਨਹੀਂ ਹੈ ਅਸੀਂ ਬੜੀਆਂ ਰਸਮਾਂ ਬਾਕੀ ਧਰਮਾਂ ਚੋਂ ਲਈਆਂ ਸੁਰਮਾ ਪਾਉਣਾ ਸਾਡੀ ਰਸਮ ਨਹੀਂ ਸੀ ਹੁਣ ਉਹਨਾਂ ਚਿਰ ਵਿਆਹ ਹੀ ਨਹੀਂ ਪੂਰਾ ਕਰਦੇ ਜਿਹਦੇ ਸੁਰਮਾ ਨਾ ਪਾਇਆ ਸੀ ਇਸਲਾਮ ਦੀ ਰਸਮ ਸੀ ਕਿਉਂਕਿ ਇਸਲਾਮ 'ਚ ਯਕੀਨ ਕੀਤਾ ਜਾਂਦਾ ਕਿ ਜਦੋਂ ਹਜ਼ਰਤ ਮੂਸਾ ਨੂੰ ਖੁਦਾ ਦੇ ਦਰਸ਼ਨ ਹੋਏ ਤੇ ਪਹਾੜ ਦੇ ਉੱਪਰ ਬਿਜਲੀ ਡਿੱਗੀ ਪਹਾੜ ਸੜ ਗਿਆ ਉਸਨੂੰ ਕੋਹੇ ਤੂਰ ਕਿਹਾ ਜਾਂਦਾ। ਬੁੱਲੇ ਸ਼ਾਹ ਨੂੰ ਪੜੋ ਕਹਿੰਦਾ ਕੋਹੇ ਤੂਰ ਪਹਾੜ ਦਾ ਸੁਰਮਾ ਵੀ ਕਾਲਾ ਲੋਕੀ ਨੈਣਾਂ ਵਿੱਚ ਵਸੀਂਦੇ ਕੁਰਾਨ ਸ਼ਰੀਫ ਦੇ ਹੱਥ ਵੀ ਕਾਲੇ ਲੋਕੀ ਫੇਰ ਵੀ ਸੀਸ ਨਵੀਂਦੇ ਉਹ ਕੋਹੇ ਤੂਰ ਪਹਾੜ ਦਾ ਸੁਰਮਾ ਅੱਖਾਂ 'ਚ ਪਾਇਆ ਜਾਂਦਾ ਕਿ ਸ਼ੈਤਾਨ ਦੀ ਨਜ਼ਰ ਨਾ ਲੱਗੇ। ਇਸਲਾਮ ਦੀ ਰਸਮ ਸੀ ਸਾਢੇ ਚਾਰ ਕੇ ਇਸੇ ਤਰ੍ਹਾਂ ਗਾਨਾ ਮਿਲਣਾ ਪੁਰਾਣਾਂ ਦੇ ਮੁਤਾਬਕ ਹਿੰਦੂ ਧਰਮ ਦੀ ਰਸਮ ਸੀ ਪੇਸ਼ ਪੁਰਾਣ ਦੇ ਵਿੱਚ ਆਉਂਦਾ ਸਾਡੇ ਵਿੱਚ ਆ ਗਈ ਬਹੁਤ ਰਸਮਾਂ ਹੌਲੀ ਹੌਲੀ ਸੀ ਬਾਕੀ ਧਰਮਾਂ 'ਚੋਂ ਲਈਆਂ। ਇਹ ਮੈਂ ਉਹਨੂੰ ਸਮਝਾ ਰਿਹਾ ਸੀ ਮੈਂ ਕਿਹਾ ਕਿ ਇਹ ਵਾਰ ਨਾ ਕਰਨਾ ਸਾਡੀ ਰਸਮ ਨਹੀਂ ਇਹ ਵੀ ਇਸਲਾਮ ਦੇ ਵਿੱਚੋਂ ਬਲਾ ਲੈਣੀ ਕਿ ਅਸੀਂ ਉਹਦੀ ਬਲਾ ਜਿਹੜੀ ਆ ਉਹਦਾ ਸਭ ਕੁਝ ਵਾਰ ਕੇ ਜਿਹੜਾ ਅਸੀਂ ਕੁਰਬਾਨ ਕਰ ਰਹੇ ਉਹਦੇ ਉੱਪਰ। ਕਹਿੰਦੀ ਕਿੰਨੇ ਕੁ ਪੈਸੇ ਘੁਮਾਏ ਜਾਂਦੇ ਨੇ ਇੰਜੀਓ ਨੇ ਪੁੱਛਿਆ। ਮੈਂ ਕਿਹਾ ਕੋਈ 10 ਕੋਈ 20 ਕੋਈ 50 ਕੋਈ 100 ਕੋਈ 500 ਜਿੰਨੀ ਕਿਸੇ ਦੀ ਸਮਰੱਥਾ ਹੈ। ਅੰਗਰੇਜ਼ਾਂ ਦੇ ਵਿੱਚ ਰਿਕਾਰਡ ਬਣਾਉਣ ਦਾ ਬੜਾ ਦੌੜ ਹੁੰਦੀ ਹੈ। ਕਹਿੰਦੀ ਅਜੇ ਤੱਕ ਕੋਈ ਐਸਾ ਰਿਕਾਰਡ ਹੈ ਕਿ ਵੱਧ ਤੋਂ ਵੱਧ ਪੈਸੇ ਕਿੰਨੇ ਕਮਾਏ ਹੋਣ 1, 2, 4, 5, 10 ਲੱਖ ਕਰੋੜ। ਮੈਂ ਕਿਹਾ ਮੈਨੂੰ ਪੈਸਿਆਂ ਦੇ ਰਿਕਾਰਡ ਦਾ ਪਤਾ ਨਹੀਂ ਪਰ ਇੱਕ ਵਾਰ ਨਾ ਮੇਰੇ ਗੁਰੂ ਨੇ ਕੀਤਾ ਜਿਸ ਦਾ ਰਿਕਾਰਡ ਨਾ ਟੁੱਟਿਆ ਹੈ ਨਾ ਟੁੱਟ ਸਕੇਗਾ। ਮੇਰੇ ਗੁਰਦੇਵ ਪਾਤਸ਼ਾਹ ਨੇ ਆਪਣੀ ਕੌਮ ਦੇ ਉੱਪਰੋਂ ਆਪਣੇ ਪੁੱਤਰਾਂ ਦਾ ਵਾਰ ਕਰਤਾ ਇਨ ਪੁੱਤਰਾਂ ਕੇ ਸੀਸ ਪਰ। ਵਾਰ ਨਾ ਜਿਸ ਦੇ ਉੱਪਰੋਂ ਕੀਤਾ ਜਾਂਦਾ ਉਹਨੂੰ ਜ਼ਿਆਦਾ ਅਹਿਮ ਸਮਝਿਆ ਜਾਂਦਾ ਹੈ, ਵਾਰ ਨਾ ਜਿਸ ਦਾ ਕੀਤਾ ਜਾਂਦਾ ਉਹਨੂੰ ਘਟੀਆ ਸਮਝਿਆ ਜਾਂਦਾ, ਛੋਟਾ ਸਮਝਿਆ ਜਾਂਦਾ। ਗੁਰੂ ਨੇ ਖਾਲਸੇ ਦੇ ਉੱਪਰੋਂ ਵਾਰ ਨਾ ਕਰ ਦਿੱਤਾ ਆਪਣੇ ਪੁੱਤਰਾਂ ਦਾ ਕਿ ਨਹੀਂ ਮੈਨੂੰ ਖਾਲਸਾ ਜ਼ਿਆਦਾ ਪਿਆਰਾ ਹੈ, ਮੈਂ ਆਪਣੇ ਪੁੱਤਰ ਵਾਰ ਸਕਦਾ। ਤੇ ਅੱਜ ਜੇ ਇਹ ਪ੍ਰਕਿਰਿਆ ਇਤਿਹਾਸ ਦੀ ਬਦਲਣ ਦੀ ਤਬਦੀਲੀ ਦੀ ਇਸੇ ਤਰ੍ਹਾਂ ਹੀ ਚੱਲ ਰਹੀ ਜੋ ਕੁਛ ਯੂਨੀਵਰਸਿਟੀਆਂ 'ਚ ਪੜ੍ਹਾਇਆ ਜਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਉਹ ਦਿਨ ਦੂਰ ਨਹੀਂ ਹੋਣਗੇ ਜਦੋਂ ਸਾਡਾ ਇਤਿਹਾਸ ਮਿਥਾਸ ਬਣ ਜਾਵੇਗਾ। ਤੇ ਜਿਹਨਾਂ ਲੋਕਾਂ ਨੂੰ ਅਸੀਂ ਕਹਿੰਦੇ ਸੀ ਨਾ ਤੁਹਾਡਾ ਇਤਿਹਾਸ ਹੀ ਕੋਈ ਨਹੀਂ, ਤੁਹਾਡੇ ਇਤਿਹਾਸ ਦੀ ਤਰੀਕ ਹੀ ਕੋਈ ਨਹੀਂ, ਤੁਹਾਨੂੰ ਕਿਹੜਾ ਪਤਾ ਤੁਹਾਡਾ ਅਵਤਾਰ ਕਦੋਂ ਜੰਮਿਆ, ਉਹਨਾਂ ਦਾ ਮਿਥਾਸ ਇਤਿਹਾਸ ਬਣ ਜਾਵੇਗਾ। ਇੰਟਰਨੈਟ ਦੇ ਉੱਪਰ ਸਰਚ ਕਰਿਓ ਕਿਤੇ ਤੁਹਾਡੇ ਸਾਰਿਆਂ ਦੇ ਕੋਲ ਸੈੱਲ ਫੋਨ ਨੇ ਬਰਥ ਪਲੇਸ ਆਫ ਰਾਮ ਨਵੰਬਰ 2007 ਦੀ ਟਾਈਮਸ ਆਫ ਇੰਡੀਆ ਦਾ ਇੱਕ ਆਰਟੀਕਲ ਤੁਹਾਡੇ ਸਾਹਮਣੇ ਆਵੇਗਾ। ਉਸਦੀ ਰਾਈਟਰ ਹੈ ਸਰੋਜ ਬਾਲਾ, ਰਿਟਾਇਰਡ IRS ਆਫਿਸਰ ਇੰਡੀਅਨ ਰੈਵਨਿਊ ਸਰਵਿਸਿਸ ਦੇ ਵਿੱਚੋਂ। ਉਹਨੇ ਇੱਕ ਸੋਫਟਵੇਅਰ ਡਿਵੈਲਪ ਕੀਤਾ ਪਲੈਨੇਟੇਰੀਅਮ,
ਉਸ ਸੌਫਟਵੇਅਰ ਦੇ ਨਾਲ ਉਸਨੇ ਪਦਮ ਪ੍ਰਾਣ ਤੇ ਬਾਲਮੀਕੀ ਤੇ ਤੁਲਸੀ ਰਮਾਇਣ ਦੇ ਵਿੱਚੋਂ ਗ੍ਰਹਿ ਚਾਲਾਂ ਦੇ ਹਵਾਲੇ ਲੈ ਕੇ ਇਹ ਸਿੱਧ ਕਰਕੇ ਰੱਖ ਦਿੱਤਾ ਕਿ ਜੇ ਕਿਤੇ ਭਗਵਾਨ ਰਾਮ ਹੋਇਆ ਤੇ ਉਹਦੀ ਜਿਹੜੀ ਜਨਮ ਤਰੀਕ ਹੈ ਨਾ ਉਹ ਈਸਾ ਤੋਂ 5114 ਸਾਲ ਪਹਿਲਾਂ ਦੀ 10 ਜਨਵਰੀ ਬਣਦੀ ਹੈ। ਇੰਟਰਨੈਟ ਤੇ ਸਰਚ ਕਰ ਲਈ। ਹੁਣ ਤੁਹਾਡੇ ਸਾਹਮਣੇ ਇੱਕ ਸਵਾਲ ਮੈਂ ਰੱਖਣ ਲੱਗਾ। ਉਹਨਾਂ ਨੇ ਆਪਣੇ ਮਿਥਾਸਿਕ ਪਾਤਰ ਨੂੰ ਇਤਿਹਾਸ 'ਚ ਬਦਲ ਲਿਆ। ਇਤਿਹਾਸ ਤੇ ਮਿਥਾਸ ਦਾ ਫਰਕ ਕੀ ਹੁੰਦਾ ਹੈ? ਕ੍ਰੋਨੋਗ੍ਰਾਫਿਕ ਫੇਸ, ਤਰੀਕਾ ਨਹੀਂ ਬਦਲਿਆ। ਸਾਡੇ ਕੋਲ ਇਤਿਹਾਸ ਦੀ ਤਰੀਕ ਸੀ ਗੁਰੂ ਸਾਹਿਬ ਦਾ ਪ੍ਰਕਾਸ਼ ਕਦੋਂ ਪਿਆ, ਗੁਰੂ ਸਾਹਿਬ ਦੀ ਜੋਤੀ ਜੋਤ ਕਦੋਂ ਸਮਾਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਕਦੋਂ ਮਿਲੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ। ਸਾਡੇ ਕੋਲ ਕ੍ਰੋਨੋਗ੍ਰਾਫਿਕ ਫੇਸ ਇਤਿਹਾਸ ਦਾ, ਅਸੀਂ ਕਹਿੰਦੇ ਸੀ ਉਹਨਾਂ ਕੋਲ ਨਹੀਂ ਹੈ, ਉਹਨਾਂ ਕੋਲ ਮਿਥਾਸ ਹੈ, ਪਰ ਉਹਨਾਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਹੁਣ ਤੁਸੀਂ ਪਦਮ ਪੁਰਾਣ ਦੇ ਪਤਾਲ ਖੰਡ ਦੇ ਮੁਤਾਬਕ ਜਦੋਂ ਤੁਸੀਂ ਰਾਵਣ ਦੇ ਸੰਸਕਾਰ ਦੀ ਗੱਲ ਕਰੋਗੇ ਤੇ ਆਵੇਗਾ ਸੰਸਕਾਰੋ ਰਾਮ ਨੇ ਦੀ ਪੰਚਮ ਅਮਾਸਿਆ ਭਵਨ, ਤੇ ਉਹ ਤੋਂ ਬਾਅਦ 14 ਚੇਤ ਨੂੰ ਰਾਮ ਦੀ ਵਾਪਸੀ ਹੁੰਦੀ ਹੈ, ਤੇ ਚੇ ਜਿਹੜੀ ਰਾਮ ਦੀ ਜਿਹੜੀ ਆਮਦ ਹੈ ਅਯੁੱਧਿਆ ਦੇ ਵਿੱਚ ਕੋਈ 22 ਮਾਰਚ ਬਣੇਗੀ। ਤੇ ਜੇ ਕਿਤੇ ਉਹਨਾਂ ਨੇ ਆਪਣੀ ਦੀਵਾਲੀ 22 ਮਾਰਚ ਤੈਅ ਕਰ ਲਈ, ਫਿਰ ਸਵਾਲ ਤੁਹਾਡੇ ਅੱਗੇ ਆ ਕਿ ਤੁਸੀਂ ਨਾਲ ਹੀ ਉੱਥੇ ਲੈ ਜਾਣੀ ਹੈ ਕਿ ਬੰਦੀ ਛੋੜਦੇ ਉਸ ਵੱਖਰਾ ਰੱਖਣਾ। ਇਹ ਸਵਾਲ ਤੁਹਾਡੇ ਅੱਗੇ ਹੋਵੇਗਾ, ਸਾਡੀ ਕੌਮ ਦੇ ਅੱਗੇ ਹੋਵੇਗਾ। ਸੋ ਜੇ ਅਸੀਂ ਆਪਣਾ ਵੱਖਰਾ ਕੈਲੰਡਰ ਨਿਰਧਾਰਿਤ ਨਾ ਕੀਤਾ ਆਪਣੇ ਇਤਿਹਾਸਕ ਤਰੀਕਾਂ ਨੂੰ, ਮਤਭੇਦ ਹੋ ਸਕਦੇ ਨੇ, ਸਾਨੂੰ ਬਹਿ ਕੇ ਹੱਲ ਕਰਨੇ ਪੈਣਗੇ। ਜੇ ਕਿਤੇ ਅਸੀਂ ਇਤਿਹਾਸ ਦਾ ਕ੍ਰੋਨੋਗ੍ਰਾਫਿਕ ਫੇਸ ਨਾ ਬਣਾਇਆ, ਆਉਣ ਵਾਲੇ ਸਮੇਂ 'ਚ ਸਾਡਾ ਇਤਿਹਾਸ ਜਿਹੜਾ ਉਹ ਮਿਥਾਸ ਬਣਦਾ ਜਾਵੇਗਾ। ਜਿਨ੍ਹਾਂ ਦਾ ਮਿਥਾਸ ਹੈ ਉਹ ਇਸ ਮਿਥਾਸ ਨਾਲ ਲੜਨਗੇ, ਇਹ ਸਾਡੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੋਵੇਗੀ। ਸੋ ਆਓ ਸਾਰੇ ਰਲ ਮਿਲ ਕੇ, ਨਿੱਕੇ ਮਿੱਟੇ ਮਤਭੇਦ ਸਾਰੀਆਂ ਕੌਮਾਂ 'ਚ ਹੁੰਦੇ ਨੇ। ਸਰਦਾਰ ਕਰਮ ਸਿੰਘ ਸੂਰੀਆ ਕਹਿੰਦੇ ਨੇ ਜਿਹੜੀ ਕੌਮ ਦੇ ਸੰਮਤੀ ਭੇਦ ਨਾ ਹੋਵੇ ਕੌਮ ਤਰੱਕੀ ਨਹੀਂ ਕਰਦੀ। ਸੰਮਤੀ ਭੇਦ ਡਿਫਰੈਂਸ ਹੋਣੇ ਜ਼ਰੂਰੀ ਨੇ, ਡਿਫਰੈਂਸ ਨਾ ਹੋਣ ਫਿਰ ਤਾਂ ਇੱਕ ਮਤ ਪ੍ਰਵਾਹਿਤ ਹੋ ਜਾਂਦਾ, ਡਿਫਰੈਂਸ ਹੋਣੇ ਜ਼ਰੂਰੀ ਨੇ। ਉਹ ਤਾਂ ਬੜੀ ਪਿਆਰੀ ਗੱਲ ਕਰਦਾ, ਕਹਿੰਦਾ ਡਿਫਰੈਂਸ ਤਾਂ ਚਮਕੌਰ ਦੀ ਗੜੀ 'ਚ ਵੀ ਹੈਗੇ ਸੀ, ਗੁਰੂ ਸਾਹਿਬ ਕਹਿੰਦੇ ਮੈਨੇ ਹੀ ਜਿਹੜਾ ਪੱਸੇ ਕਹਿੰਦੇ ਸੀ ਖੋਦੇ ਕੇ ਕੱਢਦੇ ਤੁਹਾਨੂੰ। ਡਿਫਰੈਂਸ ਹੋਣੇ ਜ਼ਰੂਰੀ ਨੇ, ਪਰ ਅਸਾਰੂ ਹੋਣ, ਗਾਲਾਂ ਕੱਢਣ ਵਾਲੇ ਨਾ ਹੋਣ, ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਜੋ ਕੁਛ ਅਸੀਂ ਕਰ ਰਹੇ ਇੰਝ ਦੇ ਨਾ ਹੋਣ, ਅਸਾਰੂ ਹੋਣ, ਅਸਾਰੂ ਆਲੋਚਨਾ ਹੋਵੇ, ਕੰਸਟਰਕਟਿਵ ਡਿਬੇਟ ਚੱਲੇ, ਬਹਿ ਕੇ ਕਿਸੇ ਨਾ ਕਿਸੇ ਤੱਥ ਦੇ ਉੱਪਰ ਪਹੁੰਚ ਸਕੀਏ। 15 ਮਿੰਟ ਵੱਧ ਲੈ ਗਿਆ, ਗਲਤੀ ਦਾ ਖਿਮਾ ਦਾ ਜਾ ਚੁੱਕਿਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਗੱਜ ਕੇ ਆਖਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾ ਸੋ।